ਜਿਹੜੀ ਕਲੈਰਿਟੀ ਨਾ ਹੋਵੇ ਉਸ ਇਸ਼ੂ ਦੀ, ਤੇ ਉਹ ਤੁਸੀਂ ਮੈਨੂੰ ਹੁਣੇ ਮੇਰੇ ਨਾਲ ਸਾਂਝ ਪਾ ਲਓ ਉਸ ਗੱਲ ਦੀ, ਸੋ ਆਮ ਗੋਇੰ ਟੂ ਗਿਵ ਐਵਰੀਬਾਡੀ ਲਾਈਕ ਅ 5 or 10 second ਬ੍ਰੇਕ ਹੇਅਰ ਐਂਡ ਸੀ ਇਫ ਐਨੀਬਾਡੀ ਹੈਜ਼ ਐਨੀ ਕੁਐਸਚਨਸ ਬਿਫੋਰ ਆਈ ਮੂਵ ਫਾਰਵਰਡ। ਜੀ ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਐਵਰੀਬਾਡੀ, ਇਨਸ਼ਾ ਜੀ, ਹਾਊ ਆਰ ਯੂ? ਆਮ ਡੂਇੰਗ ਓਕੇ, ਥੈਂਕ ਯੂ। ਹਾਂ ਜੀ ਵੀਰ ਜੀ, ਆਈ ਹੈਡ ਅ ਕੁਇਕ ਕੁਐਸਚਨ। ਸੋ ਹਾਂ ਜੀ, ਸੁਖਮਨੀ ਸਾਹਿਬ ਦੀ ਜਿਹੜੀ, ਆਈ ਥਿੰਕ ਇਟਸ, ਆਈ ਫੋਰਗਾਟ, ਇਟਸ ਇਦਰ 10th ਜਾਂ ਮੇ ਬੀ 11th ਔਰ 9th, ਜਿਹੜੀ ਅਸ਼ਪਤੀ ਆਉਂਦੀ ਹੈ ਨੇ, ਉਹਦੇ ਵਿੱਚ ਆਉਂਦੀ ਹੈ ਵਿਚ ਟਾਕਸ ਅਬਾਊਟ ਜੀਵਨ ਮੁਕਤ। ਦੈਟਸ ਟਰੂ। ਤੇ ਇਸ ਦੇਰ ਅ ਡਿਫਰੈਂਸ, ਕਿਉਂਕਿ ਇਟ ਸੀਮਸ ਲਾਈਕ ਦ ਸੇਮ ਕਰੈਕਟਰਿਸਟਿਕਸ ਇਟ ਡਿਸਕ੍ਰਾਈਬਸ, ਕਿ ਸਮਬਡੀ ਹੂਜ਼ ਅਬਟੇਨਡ ਦੈਟ ਸਟੇਟ। ਯਾ, I think jeevan mukti di sab to uchi stage mani gayi hai according to most authors, Preet ji. So if you notice though, ki pehle saad de utte focus hai, fir brahmgyani de utte hai. saad aur brahmgyani ch koi bahuta vadda fark nahi hai, you know, koi distinct line nahi hai jehdi draw kardi hai saad aur brahmgyani vich. Donan nu parmeshwar kiya hai, you know, ਨਾਨਕ ਸਾਧ ਪ੍ਰਭ ਭੇਦ ਨਾ ਭਾਈ, ਲਾਸਟ ਵਿੱਚ ਆਇਨ ਵਰਡ ਇੱਥੇ, ਤੇ ਬ੍ਰਹਮ ਗਿਆਨੀ ਦੀ ਅਸ਼ਪਦੀ ਵਿੱਚ ਬੜੀ ਵਾਰੀ ਆਇਆ ਕਿ ਬ੍ਰਹਮ ਗਿਆਨੀ ਆਪ ਪਰਮੇਸ਼ਵਰ, ਯੂ ਨੋ। ਉਸ ਤੋਂ ਬਾਅਦ ਪ੍ਰੀਤ ਜੀ ਤੁਸੀਂ ਨੋਟਿਸ ਕਰੋਗੇ ਅਸ਼ਪਦੀ ਨੰਬਰ 9 ਵਿੱਚ ਦੇ ਹੈਵ ਟੇਕਨ ਦੀ ਮੋਸਟ ਕਾਮਨਲੀ ਨੋਨ ਉਸ ਵੇਲੇ ਦੇ ਹਿੰਦੂਇਜ਼ਮ ਦੇ ਜਿਹੜੇ ਇੰਪੋਰਟੈਂਟ ਸਪਿਰਚੁਅਲ ਜਿਹੜੇ ਪੀਪਲ ਸਨ, ਭਗੋਤੀ, ਅਪਰਸ, ਪੰਡਿਤ, ਹੈ ਨਾ, ਉਹਨਾਂ ਸਾਰਿਆਂ ਦੀ ਗੁਰਮਤ ਅਨੁਸਾਰ ਡੈਫੀਨੇਸ਼ਨ ਆਈ ਹੈ। ਸੋ ਪੰਡਿਤ ਪਹਿਲੇ ਹੁੰਦਾ ਸੀ ਕਿ ਪੰਡਿਤ ਹੋਵੇ ਜਿਹੜਾ ਬੜਾ ਪੜ੍ਹਿਆ ਲਿਖਿਆ ਹੋਵੇ, ਯੂ ਨੋ, ਜਿਹੜਾ ਬਹੁਤ ਨੌਲੇਜਬਲ ਹੋਵੇ। ਕਈ ਆਪਣੇ ਨਾਲ ਦੋ ਦੋ ਤਿੰਨ ਤਿੰਨ ਊਠ ਰੱਖਦੇ ਸਨ, ਕਿਤਾਬਾਂ ਨਾਲ ਚਲਦੀਆਂ ਸਨ ਉਹਨਾਂ ਦੇ ਦਿਖਾਉਣ ਵਾਸਤੇ ਕਿ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਆ, ਹਾਂਜੀ। ਤੇ ਇੱਥੇ ਪੰਡਿਤ ਦੀ ਡੈਫੀਨੇਸ਼ਨ ਅੱਗੇ ਆ ਕੇ ਆ ਗਈ, ਸੋ ਪੰਡਿਤ ਜੋ ਮਨ ਪ੍ਰਬੋਧੇ, ਰਾਮ ਨਾਮ ਆਤਮ ਮੇ ਸੋਧ ਹੈ ਜੀ, ਉਹ ਗੱਲ ਆਏ ਉੱਥੇ। ਸੋ ਉਸ ਪੰਡਿਤ ਦੀ ਗੁਰਮਤ ਅਨੁਸਾਰ ਡੈਫੀਨੇਸ਼ਨ ਦਿੱਤੀ ਨੇ। ਪਰ ਜੀਵਨ ਮੁਕਤ ਦੇ ਉੱਤੇ, ਜੀਵਨ ਮੁਕਤ ਦੀ ਜਿਹੜੀ ਡੈਫੀਨੇਸ਼ਨ ਜਿਹੜੀ ਹੈ, ਜਿਹੜੀ ਉਹ ਇਨ ਮੋਸਟ ਆਥਰਸ ਓਪੀਨੀਅਨ ਸਭ ਤੋਂ ਹਾਈਐਸਟ ਫਾਰਮ ਆਫ ਸਪਿਰਚੁਅਲ ਅਟੇਨਮੈਂਟ ਦੀ ਹੈ, ਗੁਰੂ ਤੋਂ ਥੱਲੇ ਦੀ, ਹਾਂਜੀ। ਇੱਥੇ ਤੱਕ ਕਿ ਇੱਕ ਦੋ ਸਾਖੀਆਂ ਵੀ ਜੋੜ ਦਿੱਤੀ ਗਈਆਂ ਉਹਦੇ ਨਾਲ, ਜਿਵੇਂ ਵੀ ਕਮ ਟੂ ਦੈਟ ਪੁਆਇੰਟ ਦੋ ਵੀ ਵਿਲ ਟਾਕ ਅਬਾਊਟ ਦੈਟ। ਸੋ ਯਾ, ਦੇਰ ਇਜ਼ ਅ ਵੈਰੀ ਸਟਲ ਡਿਫਰੈਂਸਿਸ ਐਂਡ ਬਿਟਵੀਨ ਦ ਟੂ, ਬਟ ਓਵਰਆਲ ਐਵਰੀਬਡੀ ਇਜ਼ ਐਟ ਦ ਸੇਮ ਲੈਵਲ। ਇਸ ਯੂ ਕੈਨ ਸੇ ਪ੍ਰੀਤ ਜੀ, ਜਿਸ ਤਰ੍ਹਾਂ ਸੋਚੋ ਕਿ ਅਗਰ ਲੈਵਲ ਆਫ 1 to 10 ਹੈ, 10 ਬੀਂਗ ਟੋਟਲੀ ਸਬਮਰਜਡ ਵਿਦ ਗੋਡ, ਹਾਂਜੀ, ਬਿਲਕੁਲ ਕੋਈ ਫਰਕ ਹੀ ਨਾ ਰਹੇ ਨੰਬਰ 10 ਵਿੱਚ, ਤੇ 1 ਹੋਵੇ ਜਿਗਿਆਸੂ ਜਿਹਨੇ ਇੱਕ ਕਦਮ ਚੁੱਕਿਆ ਖਾਲੀ, ਉਹ 1 ਤੇ ਹੈ, ਤੇ 0 ਹੋਵੇ ਉਹ ਬੰਦਾ ਜਿਹੜਾ ਹਲੇ ਇਸ ਪਾਸੇ ਆਇਆ ਨੀ, ਤੇ ਮਾਈਨਸ ਹੋਵੇ ਉਹ ਬੰਦਾ ਜਿਹੜਾ ਦੂਸਰਿਆਂ ਨੂੰ ਇਸ ਪਾਸੇ ਜਾਣ ਚ ਰੋਕਦਾ ਹੋਵੇ, ਆਪ ਨੈਗੇਟਿਵਿਟੀ ਚ ਰਹਿੰਦਾ ਹੋਵੇ, ਹਾਂਜੀ। ਤੇ ਜਿਹੜਾ 1 ਤੇ ਹੈ, ਹੁਣ ਕੋਈ ਕਹਿ ਸਕਦਾ ਕਿ ਸਾਧ ਇਜ਼ ਐਟ ਨੰਬਰ 8 ਐਂਡ ਬ੍ਰਹਮ ਗਿਆਨੀ ਇਜ਼ ਐਟ ਨੰਬਰ 9, ਮੇਬੀ, ਵੀ ਡੋਂਟ ਨੋ ਦੈਟ, ਹਾਂਜੀ। ਇਟਸ ਨਾਟ ਵੈਰੀ ਅਪੈਰੈਂਟ ਰਾਈਟਿੰਗ ਫਰੋਮ ਦੇਅਰ। ਵੀ ਡੈਫੀਨੇਟਲੀ ਨੋ ਦੈਟ ਕਿ ਜੀਵਨ ਮੁਕਤ ਦੀ ਅਵਸਥਾ ਇਜ਼ ਐਟ ਨੰਬਰ 10 ਤੇ ਹੈ ਜੀ, ਦੇਰ ਇਜ਼ ਨੋ ਕੁਐਸਚਨ ਇਨ ਦੈਟ। ਮਾਤਾ ਗੁਜਰੀ ਜੀ ਦੀ ਫੇਮਸ ਸਾਖੀ ਹੈ, ਮੈਨੀ ਆਫ ਅਸ ਮਾਈਟ ਨੋ ਦਿਸ, ਵੈਨ ਦ ਟਾਈਮ ਕਮਸ ਆਈ ਵਿਲ ਟਾਕ ਅਬਾਊਟ ਦੈਟ, ਯੂ ਨੋ, ਸੂਰਜ ਪ੍ਰਕਾਸ਼ ਤੋਂ। ਉਹਨਾਂ ਦੇ ਮਨ ਵਿੱਚ ਹਮੇਸ਼ਾ ਇਹ ਡਾਊਟ ਹੁੰਦਾ ਸੀ ਕਿ ਸ਼ਾਇਦ ਜੀਵਨ ਮੁਕਤ ਦੀ ਕੋਈ ਜਿਹੜਾ ਹੈ ਇਨਸਾਨ, ਇਹ ਕੋਈ ਹਾਈਪੋਥੈਟੀਕਲ ਇਨਸਾਨ ਹੈ, ਯੂ ਨੋ, ਕੋਈ ਹੈ ਹੀ ਨਹੀਂ, ਰੀਅਲ ਨਹੀਂ ਹੋ ਸਕਦਾ ਕਦੀ ਵੀ। ਬਹੁਤ ਮੁਸ਼ਕਿਲ ਹੈ ਨਾ ਪ੍ਰੀਤ ਜੀ, ਰੀਅਲ ਹੋਣਾ ਨਾ, ਤੈਸਾ ਸਵਰਨ ਤੈਸੀ ਉਸ ਪਾਟੀ, ਕੌਣ ਕਰ ਸਕਦਾ, ਯੂ ਨੋ, ਜਿਹਨੂੰ ਮਿੱਟੀ ਤੇ ਸੋਨਾ ਇੱਕੋ ਜਿਹਾ ਲੱਗਿਆ, ਯੂ ਨੋ, ਤੈਸਾ ਮਾਨ ਤੈਸਾ ਅਭਿਮਾਨ ਕੌਣ ਕਰ ਸਕਦਾ ਹੈ, ਬਹੁਤ ਬਹੁਤ ਔਖੇ ਕੰਮ ਕਰਨੇ ਹੈ। ਸੋ ਉੱਥੇ ਫਿਰ ਸਾਖੀ ਆਉਂਦੀ ਹੈ, I will narrate that, ਕਿਸ ਤਰ੍ਹਾਂ ਉਹਨਾਂ ਦਾ ਭਾਈ ਗੁਰਬਖਸ਼ ਸਿੰਘ ਨਾਲ ਮੇਲ ਹੋਇਆ, ਕਿਸ ਤਰ੍ਹਾਂ ਮਹਾਰਾਜ ਨੇ ਬੁਲਾਇਆ ਉਹਨਾਂ ਨੂੰ, ਤੇ ਪ੍ਰਤੱਖ ਇੱਕ ਜੀਵਨ ਮੁਕਤ ਦੇ ਦਰਸ਼ਨ ਕਰਵਾਏ ਉਹਨਾਂ ਨੂੰ, ਯੂ ਨੋ। ਸੋ ਇਹ ਗੱਲਾਂ ਜਿਹੜੀਆਂ ਹੈ ਨੇ, ਅੱਗੇ ਜਾ ਕੇ ਵੀ ਵਿਲ ਡੈਫੀਨਿਟਲੀ ਟਾਕ ਅਬਾਊਟ ਦੈਟ, ਡੈਫੀਨਿਟਲੀ। ਹਾਂਜੀ ਹਾਂਜੀ, ਐਨੀਬਡੀ ਐਲਸ ਹੈਜ਼ ਐਨੀ ਕੁਐਸਚਨਸ ਦੋ ਬਿਫੋਰ ਆਈ ਗਿਵ ਅ ਬਰੀਫ ਸਮਰੀ ਆਫ ਲਾਸਟ ਵੀਕ ਦੋ ਬਿਫੋਰ ਵੀ ਮੂਵ ਫਾਰਵਰਡ, ਇਫ ਐਨੀਬਡੀ ਹੈਜ਼ ਐਨੀ। ਕੈਨ ਯੂ ਜਸਟ ਐਂਗਲ ਯੋਰ camera a little bit so we can see more of you, because right now we're only seeing very little more. Let me see, I never see myself. Is this better? Yeah, it's much better. Yeah. Okay. Thank you ji. So I'm going to give us very brief summary.
we're going to give a very brief summary of last week de jede discussion jehdi si, and then we'll go from there. Te, as I said last time, ki gurmat vich kise vi, for that matter, life de kise aspect vich vi, hand holding di bahut importance rehndi hai, you know. Kise da hath pakadna, kise nu kise di madad karni, kise kar deni ya lani udi madad bahut important hundi hai. Chahe oh chota bachcha hove jehda kindergarten janda, taan vi teacher di lod pendi hai, pehle maa di lod pendi hai, as a teacher maa sambhaldi hai. ਫਿਰ ਸਕੂਲ ਜਾਂਦਾ ਹੈ ਉੱਥੇ ਛੋਟੇ ਬੱਚੇ ਹੁੰਦੇ ਨੇ ਉੱਥੇ ਫਿਰ ਸਟੂਡੈਂਟ ਜਾਂਦੇ ਨੇ ਉੱਥੇ ਟੀਚਰ ਸੰਭਾਲਦੇ ਨੇ ਉਹਨਾਂ ਦੇ ਫਿਰ ਵੱਡੇ ਹੁੰਦੇ ਨੇ ਤਾਂ ਵੀ ਟੀਚਰ ਦੀ ਲੋੜ ਪੈਂਦੀ ਹੈ ਕਾਲਜ ਜਾਂਦੇ ਨੇ ਫਿਰ ਵੀ ਟੀਚਰ ਦੀ ਲੋੜ ਪੈਂਦੀ ਹੈ ਹਰ ਜਗ੍ਹਾ ਕੋਈ ਨਾ ਕੋਈ ਟੀਚਰ ਕਿਸੇ ਰੂਪ ਵਿੱਚ ਵੀ ਹੁੰਦਾ ਹੈ ਇੱਕ ਲਾਈਵ ਟੀਚਰ ਵੀ ਹੁੰਦਾ ਹੈ ਜਿਹੜਾ ਸਾਹਮਣੇ ਤੁਹਾਡੇ ਖੜਾ ਹੁੰਦਾ ਹੈ ਕਿਤਾਬਾਂ ਦੇ ਰੂਪ ਵਿੱਚ ਟੀਚਰ ਹੁੰਦਾ ਹੈ ਜਿਹੜਾ ਕਿਤਾਬ ਪੜ੍ਹ ਕੇ ਉੱਥੋਂ ਨੌਲੇਜ ਮਿਲਦੀ ਹੈ ਬੇਸਿਕਲੀ ਕਿਸੇ ਵੀ ਜਗ੍ਹਾ ਤੋਂ ਨੌਲੇਜ ਮਿਲੇ ਤੁਹਾਨੂੰ ਜਿਸ ਨੌਲੇਜ ਨਾਲ ਤੁਸੀਂ ਅੱਗੇ ਵੱਧ ਸਕੋ ਉਹ ਜਿਹੜਾ ਪ੍ਰੋਸੈਸ ਜਿਹੜਾ ਹਿਊਮਨ ਲਾਈਫ ਵਿੱਚ ਬਹੁਤ ਇੰਪੋਰਟੈਂਟ ਹੈ ਉਸੇ ਤਰ੍ਹਾਂ ਸਪਿਰਚੁਅਲ ਪਾਥ ਵਿੱਚ ਵੀ ਪਰਮਾਤਮਾ ਦੇ ਜਿਹੜੇ ਜੁੜੇ ਹੋਏ ਸੰਗਤ ਜਿਹੜੀ ਹੈ ਜਿਹੜੀ ਪਰਮਾਤਮਾ ਨਾਲ ਆਲਰੇਡੀ ਜੁੜੀ ਹੋਈ ਹੈ ਜਿਹਨਾਂ ਨਾਲ ਪਰਮਾਤਮਾ ਨਾਲ ਬਹੁਤਾ ਪਿਆਰ ਹੈ ਉਸ ਸੰਗਤ ਦਾ ਉਸ ਜਗਿਆਸੂ ਦੇ ਉੱਤੇ ਬਹੁਤ ਭਾਰੀ ਅਸਰ ਪੈਂਦਾ ਹੈ ਜਦੋਂ ਉਹਨਾਂ ਜਨਾਂ ਨਾਲ ਮੇਲਜੋਲ ਵੱਧਦਾ ਹੈ ਜਦੋਂ ਉਹਨਾਂ ਬੰਦਿਆਂ ਨਾਲ ਜ਼ਿਆਦਾ ਕਨੈਕਸ਼ਨ ਹੁੰਦਾ ਹੈ ਉਹਨਾਂ ਨਾਲ ਤਾਂ ਤੁਸੀਂ ਦੇਖੋਗੇ ਆਟੋਮੈਟਿਕਲੀ ਤੁਹਾਡਾ ਕਨੈਕਸ਼ਨ ਜਿਹੜਾ ਵਾ ਪਰਮਾਤਮਾ ਨਾਲ ਵੱਧ ਜਾਂਦਾ ਹੈ ਤੇ ਇਹ ਗੱਲ ਸਿਰਫ ਪਰਮਾਤਮਾ ਨਾਲ ਪਿਆਰ ਕਰਨ ਤੇ ਤੱਕ ਨਹੀਂ ਰਹਿੰਦੀ ਜੀਵਨੀ ਸੁੱਚੀ ਹੋ ਜਾਂਦੀ ਹੈ ਬੰਦਾ ਜ਼ਿਆਦਾ ਆਪਟੀਮਿਸਟਿਕ ਹੋ ਜਾਂਦਾ ਹੈ ਜ਼ਿਆਦਾ ਫਿਰ ਬੰਦੇ ਨੂੰ ਰਾਈਟ ਰੋਂਗ ਦਾ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਬੰਦੇ ਵਿੱਚ ਆਪਣੀ ਹੋਂ ਘਟਣੀ ਸ਼ੁਰੂ ਹੋ ਜਾਂਦੀ ਹੈ ਪਰਮਾਤਮਾ ਬਾਰੇ ਜਾਣਕਾਰੀ ਜ਼ਿਆਦਾ ਸ਼ੁਰੂ ਹੋ ਜਾਂਦੀ ਹੈ ਫਿਰ ਇੱਕ ਵਨਨੈਸ ਦੀ ਬੜੀ ਫੀਲਿੰਗ ਆ ਜਾਂਦੀ ਹੈ ਕਿ ਸਾਰੇ ਇੱਕੋ ਜਿਹੇ ਹਨ ਸਾਰੇ ਕੋਈ ਫਰਕ ਨਹੀਂ ਹੈ ਕੋਈ ਬੇਗਾਨਾ ਨਜ਼ਰ ਨਹੀਂ ਆਉਂਦਾ ਕੋਈ ਦੁਸ਼ਮਣ ਨਜ਼ਰ ਨਹੀਂ ਆਉਂਦਾ ਅੱਗੇ ਜਾ ਕੇ ਉਹ ਵੀ ਵਰਡ ਆਣਗੇ ਸਾਧ ਸੰਗ ਦੁਸ਼ਮਣ ਸਭ ਮੀਤ ਯੂ ਨੋ ਉਹ ਵੀ ਅੱਗੇ ਜਾ ਕੇ ਵਰਡ ਮਹਾਰਾਜ ਆਪ ਡਿਸਕਸ ਕਰਨਗੇ ਇਹਦੇ ਉੱਤੇ ਇਹ ਜਿਹੜੀਆਂ ਚੇਂਜਸ ਜਿਹੜੀਆਂ ਬੜੀਆਂ ਮੈਜੀਕਲ ਚੇਂਜਸ ਜਿਹੜੀਆਂ ਆਉਂਦੀਆਂ ਹਨ ਸਾਰੀਆਂ ਤੇ ਮੈਂ ਲਾਸਟ ਟਾਈਮ ਵੀ ਕਿਹਾ ਸੀ ਤੇ ਹੁਣ ਵੀ ਕਹਿ ਰਿਹਾ ਤੇ ਕਲਾਸ ਵਿੱਚ ਬਾਰ ਬਾਰ ਕਹਿੰਦਾ ਹੁੰਦਾ ਕਿ ਇਹ ਰੈਸਿਪੀ ਤੋਂ ਸਿਵਾਏ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ ਕੋਈ ਤਰੀਕਾ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਪਤਾ ਨੀ ਕਿਤਨੀ ਵਾਰੀ ਇੱਕ ਇੱਕ ਪੇਜ ਤੇ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਵਾਰੀ ਇਸ ਗੱਲ ਨੂੰ ਦੁਹਰਾਉਣਗੇ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਤੇ ਹਰ ਪੇਜ ਤੇ ਲਿਖਿਆ ਹੋਇਆ ਕਿ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਹੈ ਹੋਰ ਕੁਛ ਨਹੀਂ ਹੋ ਸਕਦਾ ਪਹਿਲੀ ਯਸ਼ਪਦੀ ਵਿੱਚ ਵੀ ਇਹ ਟੋਨ ਸੈੱਟ ਕਰ ਦਿੱਤੀ ਸੀ ਫਿਰ ਸੁਖਮਨੀ ਦੀ ਅਗਰ ਤੁਸੀਂ ਰਹਾਉ ਦੀ ਪੰਕਤੀਆਂ ਨੂੰ ਦੇਖੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਤੇ ਕਿੱਥੇ ਰਹਿੰਦਾ ਨਾਮ ਉਹ ਵੀ ਭਗਤ ਜਨਾ ਕੇ ਮਨ ਵਿਸ਼ਰਾਮ ਹੈ ਹੋਰ ਕਿਧਰੇ ਨਹੀਂ ਹੈ ਭਗਤ ਜਨਾ ਤੋਂ ਸਿਵਾਏ ਜਿਹੜੇ ਉਹਦੇ ਜੁੜੇ ਹੋਏ ਹਨ ਜਿਹੜੇ ਉਹਦੇ ਬਖਸ਼ੇ ਹੋਏ ਹਨ ਜਿਹਨਾਂ ਤੇ ਉਹਦੀ ਕਿਰਪਾ ਹੈ ਚਾਹੇ ਥੋੜੀ ਵੀ ਕਿਰਪਾ ਹੋਵੇ ਐਸ ਪ੍ਰੀਤ ਪੁਆਇੰਟਡ ਆਊਟ ਲਾਸਟ ਟਾਈਮ ਮੈਂ ਗਲਤ ਕਰਦਾ ਪਿਆ ਸੀ ਲੈਵਲ 1 ਤੋਂ 10 ਚ ਉਹ 4 ਤੇ ਵੀ ਪਹੁੰਚਿਆ ਹੋਵੇ 3 ਤੇ ਵੀ ਹੋਵੇ 2 ਤੇ ਵੀ ਹੋਵੇ 1 ਤੇ ਵੀ ਹੋਵੇ ਜਿਹੜੇ ਬਖਸ਼ੇ ਹੋਏ ਹੁੰਦੇ ਹਨ ਉਹਨਾਂ ਤੇ ਕਿਰਪਾ ਹੁੰਦੀ ਹੈ ਇਹਨਾਂ ਦਾ ਸੰਗ ਕਰਨ ਨਾਲ ਇਹਨਾਂ ਦੇ ਨਾਲ ਮੇਲ ਜੋਲ ਵਧਾਉਣ ਨਾਲ ਇਹਨਾਂ ਦੇ ਨਾਲ ਸੰਗਤ ਕਰਨ ਨਾਲ ਤੁਹਾਡੇ ਜੀਵਨ ਚ ਬਹੁਤ ਵੱਡੇ ਬਦਲਾਵ ਆਉਂਦੇ ਹਨ ਔਰ ਇਹਨਾਂ ਬਦਲਾਵਾਂ ਦੇ ਪੂਰੀ ਅਸ਼ਪਦੀ ਆਧਾਰਿਤ ਹੈ ਇਸ ਦੇ ਉੱਤੇ ਤੇ ਲਾਸਟ ਟਾਈਮ ਮੈਂ ਸ਼ਲੋਕ ਸੰਸਕ੍ਰਿਤੀ ਤੋਂ ਸ਼ਲੋਕ ਨੰਬਰ 40 ਜਿਹੜਾ ਹੈ ਮੰਤਰ ਰਾਮ ਰਾਮ ਨਾਮ ਵਾਲਾ ਸ਼ਲੋਕ ਡਿਸਕਸ ਕੀਤਾ ਸੀ ਉਹਦੇ ਵਿੱਚ 6 ਲਕਸ਼ਣ ਖੱਟ ਲਕਸ਼ਣ ਪੂਰਨ ਪੁਰਖਾ ਨਾਨਕ ਨਾਮ ਸਾਧ ਸੋਜਨਾ ਦੇ ਪਵਿੱਤਰ ਬਚਨ ਗੁਰੂ ਦੇ ਮਹਾਰਾਜ ਦੀ ਬਾਣੀ ਵਿੱਚੋਂ ਕਹਿ ਕੇ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ 6 ਜਾਂ 6 ਇੰਪੋਰਟੈਂਟ ਕੁਆਲਿਟੀਜ਼ ਹਨ ਪੂਰਨ ਸੰਤ ਦੀਆਂ ਲੇਕਿਨ ਇਹ ਪੂਰਨ ਸੰਤ ਨੰਬਰ 10 ਵਾਲੇ 9-10 ਵਾਲੇ ਹਨ ਹਾਂਜੀ ਉਹਨਾਂ ਦੀ ਮਹਿਮਾ ਦੀ ਤੇ ਕੋਈ ਗਣਤ ਨਹੀਂ ਉਹ ਬ੍ਰਹਮ ਗਿਆਨੀ ਅਵਸਥਾ ਵਿੱਚ ਹਨ ਪਰ ਜਿਹੜੇ 1, 2, 3, 4 ਦੇ ਲੈਵਲ ਤੇ ਵੀ ਹਨ ਜਿਹੜੇ ਪ੍ਰਮਾਤਮਾ ਨਾਲ ਪਿਆਰ ਕਰਦੇ ਹਨ ਜਿਹੜੇ ਉੱਥੇ ਪਹੁੰਚਣਾ ਚਾਹੁੰਦੇ ਹਨ ਜਿਹੜੇ ਉਸ ਰਸਤੇ ਤੇ ਚੱਲ ਪਏ ਹਨ ਉਹਨਾਂ ਦਾ ਸੰਗ ਕਰਨ ਨਾਲ ਵੀ ਬਹੁਤ ਵੱਡੇ ਫਾਇਦੇ ਹਨ ਔਰ ਉਹਨਾਂ ਦੇ ਸੰਗ ਬਿਨਾਂ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ ਇਹ ਰਸਤਾ ਗੁਰਮਤ ਵਾਲਾ ਰਸਤਾ ਘਰ ਬਾਰ ਛੋੜ ਕੇ ਕਲਿਆਂ ਜਾ ਕੇ ਤਪ ਕਰਨ ਦਾ ਰਸਤਾ ਨਹੀਂ ਹੈ ਲੈਟ ਮੀ ਮੇਕ ਦੈਟ ਵੈਰੀ ਕਲੀਅਰ ਹੇਅਰ ਜੀ ਹੈ ਜੀ ਇਹ ਗੁਰੂ ਨਾਨਕ ਦੇ ਘਰ ਦਾ ਰਸਤਾ ਨਹੀਂ ਹੈ ਕਿ ਮੇਰਾ ਕੰਮ ਹੋ ਜਾਵੇ ਮੈਂ ਚੱਲਿਆ ਘਰ ਬਾਰ ਛੋੜ ਕੇ ਮੈਂ ਜੰਗਲਾਂ ਵਿੱਚ ਜਾ ਕੇ ਤਪ ਕਰਾਂਗਾ ਮੈਂ ਪਹਾੜਾਂ ਤੇ ਬੈਠ ਜਾਵਾਂਗਾ ਮੈਂ ਕਿਲਿਆਂ ਜਾ ਕੇ ਉੱਥੇ ਮੈਡੀਟੇਟ ਕਰਕੇ ਕਿਸੇ ਵੀ ਤਰੀਕੇ ਨਾਲ ਪ੍ਰਮਾਤਮਾ ਨੂੰ ਖੁਸ਼ ਕਰ ਲਾਂਗਾ ਤੇ ਫਿਰ ਮੰਗਾਂਗਾ ਉਹਦਾ ਪਿਆਰ ਨੀ ਮੰਗ ਕੁਛ ਹੋਰ ਲਵਾਂਗਾ ਕਦੀ ਸੋਨੇ ਦੀ ਲੰਕਾ ਮੰਗ ਲਾਂਗਾ ਕਦੀ ਇਹ ਮੰਗ ਲਾਂਗਾ ਕਿ ਮੈਂ ਕਦੀ ਮਰਾਂ ਨਾ ਇਹ ਗੁਰਮਤ ਨਹੀਂ ਹੈ ਗੁਰਮਤ ਨਹੀਂ ਹੈ ਗੁਰਮਤ ਵਿੱਚ ਸਤਸੰਗ ਇੰਪੋਰਟੈਂਟ ਹੈ ਗੁਰਮਤ ਵਿੱਚ ਸਾਰਿਆਂ ਨੂੰ ਨਾਲ ਲੈ ਕੇ ਜਾਣਾ ਇੰਪੋਰਟੈਂਟ ਹੈ ਆਪ ਸਿੱਖ ਕੀਰਤਨ ਕਰ ਲੈਣਾ ਇੰਪੋਰਟੈਂਟ ਨਹੀਂ
आप कीर्तन सिख लेना इंपॉर्टेंट नहीं, दूसरे नु इनकरेज करना इस पासे आण दी, दूसरों का हाथ पकड़ के उन्होंने सिखाना, उन्होंने बार बार इस गल दोहराना कि नहीं इस पासे आओ, ये इंपॉर्टेंट है, ये गुरमत है। इसी वजह से सत्संग की बहुत वड्डी बहुत बहुत वड्डा दर्जा दिता गया है गुरु ग्रंथ साहिब महाराज की बाणी विच, साधां दा संग, सत्संग ब्रह्म ज्ञानियां दा संग, किताबां दे राहीं, चाहे सुनन दे राहीं, चाहे आप मिलन दे राहीं, जिस राहीं भी होवे, इहदी बहुत महत्ता दिती गई है। और किसी भी धर्म ग्रंथ विच, किसी भी दूसरे धर्म ग्रंथ विच इतनी महत्ता, इतनी इंपॉर्टेंस गुरबाणी विच किधरे दिती नहीं गई, जिन्नी गुरबाणी भी दिती गई है, जिहड़े उतनी सालाना है नाम जपण वालियां दी कि तुसी हैरान रह जाओगे। सुखमनी साहब दे लास्ट टाइम मैं कोट कीता सी अष्टपदी नंबर 23 ते कि उन्होंने इतना वड्डा दर्जा दे के महाराज जानते हैं कि ओ तनवंत कुलवंत पतवंत हैं जीवंत मुक्त जिस हृदय भगवंत वाली अवस्था प्राप्त होंदी उन्होंने। सो ए बैकग्राउंड है इस अष्टपदी का जिहड़ा मैं दोबारा रिपीट किया है लास्ट टाइम तो। I'm going to wait for a couple of seconds and see if anybody has any questions before we move on to the Ashpadi de andar jadiyan galla hain, par hun stage set hai, hun easy ho jayega samjhna sara kuch. Hanji, I'll wait for a few seconds to see if somebody has a question, otherwise I'll continue. Okay, looks like nobody has a question, so I'm going to repeat the shlok again. Agam agad par brahm soye, जो जो कहे सुमुक्ता होए, सुन मीता नानक बिनवंता, साजना की अचरज कथा। अगम ते अगाध, अगम गम संस्कृत वर्ड है, जाना किधरे, गम गच दोनों संस्कृत वर्ड है, अगम जिथे ना पहुंचा जा सके। हां जी, इफ समबडी एवरीबडी कैन पुट देमसेल्व्स ऑन म्यूट, जैस्मिन इफ यू आर लिसनिंग, बच्चे इफ यू कैन पुट एवरीबडी ऑन म्यूट, दी म्यूट जी। अगम जिथे ना पहुंचा जा सके, ते अगाध ओ है जिथे तुहाडी ज्ञान इंद्रियां काम ना करन, ए अखां ना देख सकन, ए दिमाग तुहाडा सोच ना सके, ए कन तुहाडे उस वसे काम ना आसन, ओ अगाध है। ओ अगम भी है ते अगाध भी है, भाव तुहाडे वस विच नहीं है, तुहाडी ब्रेन दे विच आण वाला नहीं है, उस तो परे है। इस वास्ते कृपा चाहीदी है, इस वास्ते मेहर चाहीदी है, इस वास्ते सत्संग चाहीदा है। अगम अगाध पार ब्रह्म, ओ परमात्मा अगम ते अगाध है, अगम अगाध होण कारे भी जिहड़ा उस नाल जुड़दा है, जिहड़ियां उहदियां क्वालिटीज नाल जुड़दा है, जो जो कहे तो मुक्ता होए, ओ मुक्त हो जांदा है, ओ जीवन मुक्त, ओ इस संसार सागर तो तर जांदा है, ओ उच्ची अवस्था प्राप्त कर लैंदा है। ते हुण समझ लो कि परमात्मा दे घर दीआं चाबीआं तुहाडे हथ फड़ा दित्तीआं हन अगलीआं दो लाइनां विच, ते राज दस दिंदे हन परमात्मा प्राप्ति दा, एक सीक्रेट रिवील करदे हैं इत्थे, ते सीक्रेट इतना वड्डा है कि अचरज कथा क्या है। सुनमीता नानक बिनवंता, हुण मेरे मीतो मेरे भाईओ, मेरे सत्संगी जनो, मेरे मीतो मेरे मीत जी, नानक बिनवंता, नानक दे कक्के नूं औकड़ है, नानक दा कक्का मुक्ता नहीं, जिथे नानक दा कक्का मुक्ता होएगा उह संबोधन विच आएगा, हे नानक उह नहीं, हे नानक दे वर्ड नहीं आए। सुखमनी साहब की बाणी विच आई थिंक दो होर जगह ते नानक दे कक्के नूं औकड़ लगाया ने, नानक एज अ ऑथर आया है, नानक बिनवंता, नानक नानक बेनती करदे हन, नानक कहंदे हन, की कहंदे हन नानक, साध जना की अचरज कथा। हुण मैं तुहानूं एक हैरान कर देने वाली परमात्मा दे पूर्ण पहुंचे हुए उन्हां संतां दी कथा सुणांदा हां, जिनस सुन के तू हैरान रह जाएगा, अचरज रह जाएगा, अचरज की अवस्था विच आ जाएगा। यो जे बंदियां दा संग, यो जे पूर्ण पुरखां दे संग दे नाल तैनूं परमात्मा की प्राप्ति होने दी, ए समझ लो उस परमात्मा दे घर दी चाबियां उन्हां दा दरवाजा खोल देंदे हन तुहाडे वास्ते कि हाँ, जे उन्हां दा संग करोगे, गुरु जनां दा संग, उन्हां ब्रह्म ज्ञानियां दा, उन्हां जिज्ञासुआं दा संग करोगे, ते तुहाडे जिहड़े हैं तुहाडे मस्तिष्क विचों, तुहाडे दिमाग विचों परमात्मा आना फिर दूर नहीं हो दिन। ते नोटिस करोगे कि सारी अष्टपदी विच साध कै संग वर्ड आए हैं, साध के संग नहीं है वर्ड आले की प्रोनाउंसिएशन कई वारी कई मैं ते हुण हार गया हाँ अपने सुखमनी साहिब दे ग्रुप च बड़ी वारी कह कह के सुनदे नहीं लोग हाले भी प्रभ के सिमरन ही कहना उन्होंने, प्रभ कै सिमरन नहीं है, लेकिन इत्थे साध कै संग है, साध के संग नहीं है, संघ दे गगे नूं सिहारी है, संघ करण नाल, संघ दे संघ नाल
संग विच साध कै संग मुख उज्जल होत साधु दे संग करन नाल साधु दी नाल जुड़न नाल साधु पुरखा नाल मेल वधान नाल उन्हां जिज्ञासुआं दे नाल मेल वधान नाल मुख उज्जल होत एवर लास्टिंग ऑप्टिमिज्म आ जांदी है तुहाडी लाइफ विच ओ बंदा चढ़दी कला विच रहिंदा है ओ कदी डिगण वाली अवस्था ते गल नहीं करदा क्योंकि परमात्मा दे जुड़े होयां दे नाल जदों बख्शी हुई संगत विच जांदा है संगत विच उस संगत विच क्योंकि ओ आप बख्शे होए हन आप चढ़दी कला विच रहिंदे हन आप everlasting optimism विच रहिंदे हन आप उन्हां दे चेहरे ते नूर है इस वास्ते ओ चेहरे दा नूर तुहाडे ते आना शुरू हो जांदा है ए ऑबवियस है जिस तरह दी संगत बंदा करदा है उसी तरह दा बंदा हुंदा है ए तुसी रोक नहीं सकदे एज अ स्टूडेंट भी देख लो कई स्टूडेंट हुण सिर्फ जे तुसी ओ सी या डी वाले स्टूडेंट नाल संग ज्यादा वधेगा ते ओ जी आदतां पैणगीआं ते जे तुहाडा संग जिहड़ा है ओ ए स्टूडेंट नाल वधेगा परमात्मा दे प्यार करने वाले नाल वधेगा ते उस तरह दी आदतां पैणगीआं साध के संग मुख उज्जल होत परमात्मा दे संग परमात्मा दे उहनां जनां नाल संग करन नाल एक everlasting optimism आ जांदी है जैसमिन बच्चे हाले भी आई हियर नॉइजेस दैट मींस यू हैव नॉट म्यूटेड एवरीबॉडी सो इफ यू आर लिसनिंग टू मी डू इट अदरवाइज टेल मी हाउ टू डू इट एंड आई विल डू इट फॉर यू आई कैन स्टिल हियर नॉइजेस एवरीबॉडी इफ दे कैन पुट देमसेल्व्स ऑन म्यूट दो दैट विल बी वेरी नाइस लेट मी सी हु इज नॉट म्यूटेड हियर बिकॉज आई कैन हियर बैकग्राउंड नॉइजेस हाले भी साध के संग मुख उज्जल होत मुख ते उज्जवला हो जाता है चेहरे ते रौनक आ जाती है चेहरा नूर भरिया हो जाता है परमात्मा दे जुड़न वालियां दी ए उना बख्शी हुई जिहड़ी जिंदगियां जिन्हां दी हैं जिहड़े जुड़े हुए हैं उना जुड़े हुए दे संग नाल ए अवस्था प्राप्त हो जाती है क्यों होंदी है प्राप्त क्योंकि साध संग मल सगली खोत खोत मने खो जाती है मल मने मैल नेगेटिविटी कट लेंदे हैं ये बंदे तुहाड़ी जीवन ते जिनी नेगेटिव थॉट प्रोसेस है ना जिहड़ी ढेंदी कलां दीआं गल्लां हैं ना नेगेटिविटी जिहड़ी है और नेगेटिविटी निकल जांदी है विचों इन्हां दे संग करन नाल ते जदों नेगेटिविटी निकल जांदी है ते फिर ते मुख उज्जल होना ही होना है रोक नहीं सकदे उस बंदे नूं तुसीं ते कितनियां एग्जाम्पल्स हैं गुरु इतिहास विच इहो जे बंदे दा संग जदों बंदा करदा है मैं कई वारी मे बी नैक्सट वीक मैं तुहानूं सुणावांगा प्रसंग जदों पहली वारी भाई नंद लाल आनंदपुर साहब जाके दसम पातशाह दे दर्शन करदे हन मन च कितना उताव है मुल्तान जमे पले हन कंधार पहले फिर मुल्तान आए हन वाइफ उन्हां दी सिख है करूं करूं तेजित हन बड़े करूं आसा की वार दा कीर्तन सुनदे हन मन मिलन करदा है बड़ा मन गुरु नानक नूं पता लग्या नहीं गुरु नानक नहीं हूं गुरु नानक दी दसवीं जोत धन गुरु कलगीधर पातशाह आनंदपुर साहब जोत जलांदे हन मन मिलन दा करदा है मन अंदरों तेजा हो जांदी है कदन मिलना जाके कदन जावा जाके ते इतिहास में जिक्र आंदा है जदों पहली वारी मिलन जांदे हन जदों बड़ी वारी मिलन गए हन उत्थे रहे भी हैं उत्थे नाल लेकिन जदों पहली वारी दर्शन हुंदे हन उन्हां दे ते अपने आप नूं संभाल नहीं सकदे अपने आप नूं रोक नहीं सकदे सुध की बुद्ध नहीं रहिंदी उन्हां नूं इहो जिहे बंदियां नूं इस तरह दी आत्मावां नूं उह ते गुरु जन सन आप परमात्म रूप सन साध के संग मुख उज्जल होत मिलदियां सारी मुख उजला हो जांदा है अंदर दी मैल कट्टी जांदी है क्यों कट्टी जांदी है क्योंकि साध के संग मिटे अभिमान परमात्मा दे इहो जिहे जुड़ियां दा संग करके उन्हां नूं पता लग जांदा है कि तुसीं कुछ भी नहीं हो मैं कुछ भी नहीं हाँ मैं उस परमात्मा दे वड्डे परमात्मा दे नाम दा हिस्सा हाँ अभिमान या माण कह लो या जो मर्जी कह लो ईगो कह लो जिस जो बड़े वर्ड यूज करना है कह लो वो अभिमान अंदरों घटना शुरू हो जाता है परमात्मा दे ए अंदरों निम्रता आनी शुरू हो जाती है अंदरों इहो जिहे जन दे इहो जिहे संगो संग दा जन करन नाल सारी पॉजिटिविटी दी फीलिंग तुहाडे अंदर आनी शुरू हो जाएगी कल तुसीं गुरु नानक चमत्कार पढ़नी शुरू कर दिओ इहो जिहे सत्संग दे शुरू कर दिओ संथ्या पढ़नी शुरू कर दिओ कोई इहो जिही बुक या कोई इसे बंदे नूं पढ़ना शुरू कर दिओ गुरु ग्रंथ साहिब महाराज दी बाणी नाल चित लगाना शुरू कर दिओ तुहाडे अंदरों अभिमान दी अवस्था घटनी शुरू हो जाएगी जे सच्चे मन नाल करोगे ते साध के संग मिटे अभिमान क्यों क्योंकि साध के संग मिटे सो ज्ञान एक है ज्ञान
ਤੇ ਗਿਆਨ ਦਾ ਨੰਨਾ ਜਿੱਥੇ ਮੁਕਤਾ ਹੋਏਗਾ ਉਹ ਗਿਆਨ ਮਨੇ ਸਾਰਾ ਗਿਆਨ ਕਈ ਵਾਰੀ ਗਿਆਨ ਦੇ ਨੰਨੇ ਨੂੰ ਔਕੜ ਵੀ ਲਗਾਇਆ ਨੇ ਤੇ ਔਕਣ ਲੱਗਿਆ ਉਹ ਪਰਟੀਕੂਲਰ ਗਿਆਨ ਦੀ ਗੱਲ ਆ ਰਹੀ ਹੈ ਇੱਥੇ ਪਰਮਾਤਮਾ ਦਾ ਗਿਆਨ ਤੇ ਜਿੱਥੇ ਵਰਡ ਸੋ ਗਿਆਨ ਆ ਗਿਆ ਪਵਿੱਤਰ ਗਿਆਨ ਪਰਮਾਤਮਾ ਦੇ ਪੁੱਜਣ ਵਾਲਾ ਗਿਆਨ ਪਰਮਾਤਮਾ ਨੂੰ ਲੈ ਪਰਮਾਤਮਾ ਦੇ ਕੋਲ ਲੈ ਜਾਣ ਵਾਲਾ ਗਿਆਨ ਇੱਕ ਤਾਂ ਉਹ ਗਿਆਨ ਹੈ ਜਿਹੜਾ ਅਸੀਂ ਹਾਸਿਲ ਕਰਦੇ ਹਾਂ ਪੈਸੇ ਕਮਾਉਣ ਵਾਸਤੇ ਉਹ ਵੀ ਜ਼ਰੂਰੀ ਹੈ ਪਰਿਵਾਰ ਦੀ ਪਤਪਾਲਨਾ ਕਰਨ ਵਾਸਤੇ ਇਹ ਇੱਥੇ ਵਰਡ ਉਹ ਗਿਆਨ ਬਾਰੇ ਗੱਲ ਨਹੀਂ ਆਏ ਇੱਥੇ ਗਿਆਨ ਦੇ ਨੰਨੇ ਨੂੰ ਔਕੜ ਵੀ ਹੈ ਤੇ ਨਾਲ ਸੋ ਗਿਆਨ ਵੀ ਵਰਡ ਹੈ ਇੱਥੇ ਪਰਮਾਤਮਾ ਦੇ ਭਗਤੀ ਵਾਲਾ ਗਿਆਨ ਪਰਮਾਤਮਾ ਦੀ ਪ੍ਰਾਪਤੀ ਵਾਲਾ ਗਿਆਨ ਪਰਮਾਤਮਾ ਦੇ ਗੁਣਾਂ ਵਾਲਾ ਗਿਆਨ ਨਾਮ ਦੇ ਕੋਲ ਪਹੁੰਚਾਉਣ ਵਾਲਾ ਗਿਆਨ ਸਾਧ ਸਾਧ ਕੇ ਸੰਗ ਪ੍ਰਗਟੇ ਸੋ ਗਿਆਨ ਇਹ ਗਿਆਨ ਉੱਥੋਂ ਪ੍ਰਗਟ ਹੋ ਜਾਂਦਾ ਹੈ ਹਾਂਜੀ ਤੇ ਭਾਈ ਨੰਦ ਲਾਲ ਬਾਰ ਬਾਰ ਜ਼ਿਕਰ ਉਹਨਾਂ ਦਾ ਮੇਰੇ ਮਨ ਚ ਆਉਂਦਾ ਹੈ ਕਿਉਂਕਿ ਉਹਨਾਂ ਦੇ ਜੀਵਨ ਚ ਜਿਹੜਾ ਬਦਲਾਵ ਆਇਆ ਨਾ ਦੇਖੋ ਕਿਤਨੀ ਵੱਡੀ ਅਵਸਥਾ ਪ੍ਰਾਪਤ ਹੋਈ ਉਹਨਾਂ ਨੂੰ ਇਹ ਕੋਈ ਛੋਟੀ ਮੋਟੀ ਅਵਸਥਾ ਨਹੀਂ ਹੈ ਚਲੋ ਭਾਈ ਗੁਰਦਾਸ ਨੂੰ ਵੀ ਉਹ ਅਵਸਥਾ ਪ੍ਰਾਪਤ ਹੋਈ ਲੇਕਿਨ ਭਾਈ ਗੁਰਦਾਸ ਐਟਲੀਸਟ ਗੁਰੂ ਘਰ ਦੇ ਅੰਦਰ ਜੰਮੇ ਪੱਲੇ ਹੈ ਜੀ ਨੇੜੇ ਸਨ ਗੁਰੂ ਅਮਰਦਾਸ ਪਾਤਸ਼ਾਹ ਦੇ ਉਹਨਾਂ ਦੇ ਫੈਮਿਲੀ ਨਾਲ ਰਿਲੇਟਡ ਵੀ ਸਨ ਹਾਂਜੀ ਉੱਥੇ ਜੰਮੇ ਪੱਲੇ ਪੰਜ ਗੁਰੂਆਂ ਦੇ ਦਰਸ਼ਨ ਕੀਤੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਦੀ ਲਿਖਵਾਈ ਦਾ ਕੰਮ ਉਹਨਾਂ ਨੇ ਕਰਵਾਇਆ ਉਹਨਾਂ ਦੀ ਤਾਂ ਅਵਸਥਾ ਪ੍ਰਾਪਤ ਹੋਣੀ ਸੀ ਪਰ ਭਾਈ ਨੰਦ ਲਾਲ ਦੀ ਜੀਵਨੀ ਨੂੰ ਦੇਖੋ ਕਿੱਥੇ ਜੰਮੇ ਪੱਲੇ ਹਨ ਹਿੰਦੂ ਘਰ ਵਿੱਚ ਜੰਮੇ ਪੱਲੇ ਹਨ ਮਾਤਾ ਪਿਤਾ ਦੋਨੋਂ ਹਿੰਦੂ ਹਨ ਵੈਸ਼ਨਵ ਹਨ ਵੈਸ਼ਨਵ ਸਾਧੂਆਂ ਦਾ ਆਉਣਾ ਜਾਣਾ ਹੈ ਘਰ ਤੇ ਇਸ ਤੋਂ ਬਾਵਜੂਦ ਜਦੋਂ ਪਹਿਲੀ ਵਾਰੀ ਗੁਰੂ ਮਹਾਰਾਜ ਦੇ ਦਰਸ਼ਨ ਕਰਦੇ ਹਨ ਜਦੋਂ ਅੰਦਰੋਂ ਮਨ ਉਹਨਾਂ ਦਾ ਤੇ ਕਿਤਨੀ ਉੱਚ ਅਵਸਥਾ ਪ੍ਰਾਪਤ ਕਰਦੇ ਹਨ ਕਿ ਅੱਜ ਉਹਨਾਂ ਦੀ ਬਾਣੀ ਅੱਜ ਉਹਨਾਂ ਦਾ ਕਲਾਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਤੁਲ ਗਿਣਿਆ ਜਾਂਦਾ ਹੈ ਦੇਖੋ ਕਿਤਨਾ ਵੱਡਾ ਮਾਣ ਹੈ ਕਿਤਨਾ ਵੱਡੀ ਇੱਜ਼ਤ ਪ੍ਰਮਾਤਮਾ ਕਿਤਨੀ ਵੱਡੀ ਇੱਜ਼ਤ ਗੁਰੂ ਨੇ ਉਹਨਾਂ ਨੂੰ ਬਖਸ਼ ਦਿੱਤੀ ਉਹਨਾਂ ਨੂੰ ਕਿ ਅੱਜ ਉਹਨਾਂ ਦੀ ਕਲਾਮ ਉਹਨਾਂ ਦੇ ਲਿਖੇ ਹੋਏ ਬਾਣੀਆਂ ਜ਼ਿੰਦਗੀ ਨਾਮਾ ਕਹਿ ਲਓ ਜਿਹੜਾ ਵਿੱਚ ਉਹਨਾਂ ਨੇ ਜਿਹੜੀਆਂ ਬਾਣੀਆਂ ਉਹਨਾਂ ਨੇ ਲਿਖੀਆਂ ਹਨ ਜਿਹੜੇ ਕਲਾਮ ਉਹਨਾਂ ਨੇ ਲਿਖੇ ਹਨ ਅੱਜ ਉਹ ਬਾਣੀਆਂ ਦਾ ਤੁਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਤੁਲ ਹੈ ਉਹ ਸੁੱਚੀ ਬਾਣੀਆਂ ਗਿਣੀਆਂ ਜਾਂਦੀਆਂ ਹਨ ਗੁਰੂ ਮਹਾਰਾਜ ਦੇ ਤੁਲ ਆਪਣਾ ਸਥਾਨ ਉਹਨਾਂ ਨੂੰ ਪ੍ਰਾਪਤ ਹੈ ਉਹਨਾਂ ਨੂੰ ਇਹ ਕਿੱਥੋਂ ਹੋਇਆ ਉਹਨਾਂ ਨੂੰ ਸਤਸੰਗ ਦੁਆਰਾ ਹੋਇਆ ਸੇਵਾ ਕਰਕੇ ਹੋਇਆ ਅਨੰਦਪੁਰ ਸਾਹਿਬ ਜਾ ਕੇ ਉਹਨਾਂ ਦੇ ਦਰਸ਼ਨ ਕਰਕੇ ਹੋਇਆ ਇਹ ਅਵਸਥਾ ਪ੍ਰਾਪਤ ਹੋ ਜਾਂਦੀਆਂ ਹਨ ਜਦੋਂ ਇਹੋ ਜਿਹੇ ਵੱਡੇ ਗੁਰੂ ਜਨ ਇਹੋ ਜਿਹੇ ਵੱਡੇ ਬ੍ਰਹਮ ਗਿਆਨੀਆਂ ਨਾਲ ਪ੍ਰਮਾਤਮ ਰੂਪ ਇਨਸਾਨਾਂ ਨਾਲ ਜਦੋਂ ਬੈਠਣਾ ਉੱਠਣਾ ਸ਼ੁਰੂ ਹੋ ਜਾਂਦਾ ਤੇ ਜੀਵਨ ਤਬਦੀਲੀ ਆਉਣੀ ਸ਼ੁਰੂ ਹੋ ਜਾਂਦੀ ਹੈ ਸਾਧ ਕੇ ਸੰਗ ਬੁਝੇ ਪ੍ਰਭ ਨੇੜਾ ਨੇੜਾ ਮਨੇ ਨੇੜਾਪਨ ਪਰਮਾਤਮਾ ਦੇ ਸਤਸੰਗਤ ਇਹੋ ਜਿਹੇ ਸਤਸੰਗਤ ਜਨੀਆਂ ਨਾਲ ਸੰਸੰਗਤ ਕਰਨ ਨਾਲ ਉਹ ਪਰਮਾਤਮਾ ਹੁਣ ਸਡਨਲੀ ਨੇੜੇ ਹੋਣਾ ਸ਼ੁਰੂ ਹੋ ਜਾਂਦਾ ਹੈ ਬੜਾ ਤੇ ਨੇੜੇ ਕਿਸ ਤਰ੍ਹਾਂ ਹੋ ਜਾਂਦਾ ਹੈ ਪਰਮਾਤਮਾ ਨੇੜੇ ਇਸ ਵਾਸਤੇ ਹੋ ਜਾਂਦਾ ਹੈ ਕਿ ਜੀਵਨ ਹਜ਼ੂਰੀ ਵਾਲਾ ਹੋ ਜਾਂਦਾ ਹੈ ਜੀਵਨ ਹਜ਼ੂਰੀ ਵਾਲਾ ਇਸ ਵਾਸਤੇ ਹੋ ਜਾਂਦਾ ਹੈ ਕਿਉਂਕਿ ਉਹ ਆਪ ਦੇਖਦਾ ਹੈ ਕੋਈ ਕਿੰਝ ਜੀਵਨ ਜੀਂਦਾ ਹੈ ਉਹ ਕੋਈ ਉਹ ਸੇਵਾ ਵਿੱਚ ਲੱਗਦਾ ਹੈ ਉਹ ਬਾਣੀ ਵਿੱਚ ਲੱਗਦਾ ਹੈ ਉਹ ਕੀਰਤਨ ਕਰਦਾ ਹੈ ਆਪ ਸਿੱਖਦਾ ਹੈ ਦੂਸਰਿਆਂ ਨੂੰ ਸਿਖਾਲਣ ਦੀ ਕੋਸ਼ਿਸ਼ ਕਰਦਾ ਹੈ ਆਪ ਬਾਣੀ ਪੜ੍ਹਦਾ ਹੈ ਦੂਸਰਿਆਂ ਨੂੰ ਇਨਕਰੇਜ ਕਰਦਾ ਹੈ ਇਹੋ ਜਿਹੇ ਬੰਦਿਆਂ ਨਾਲ ਸੰਗ ਕਰਨ ਨਾਲ ਫਿਰ ਉਹ ਪਰਮਾਤਮਾ ਦੇ ਨੇੜੇ ਨੇੜੇ ਤਾਂ ਹੁੰਦਾ ਹੈ ਕਰਮਾਂ ਦੇ ਹਿਸਾਬ ਦੇ ਨਾਲ ਹੈ ਨਾ ਰੋਜ਼ ਪੜ੍ਹਦੇ ਹਾਂ ਕਿ ਕੌਣ ਨੇੜੇ ਹੈ ਨੇੜੇ ਉਹ ਹੈ ਆਪ ਕਰਮੀ ਆਪੋ ਆਪਣੀ ਕਿ ਨੇੜੇ ਕੋਈ ਨੇੜੇ ਹੈ ਕੋਈ ਦੂਰ ਹੈ ਤੁਹਾਡੇ ਕਰਮਾਂ ਤੇ ਹੈ ਉਹਦੇ ਕਰਮ ਬੈਟਰ ਹੋ ਜਾਂਦੇ ਹਨ ਉਹ ਆਪਣੇ ਪਰਮਾਤਮਾ ਦੇ ਨੇੜੇ ਸਮਝਣਾ ਹਜ਼ੂਰੀ ਵਾਲਾ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿੰਦਾ ਹੈ ਕਿਉਂਕਿ ਦੇਖਦਾ ਹੈ ਨਾ ਦੂਸਰਿਆਂ ਨੂੰ ਹਜ਼ੂਰੀ ਵਾਲੇ ਜੀਵਨ ਵਿੱਚ ਉਹਦੇ ਚੋਂ ਇਨਕਰੇਜਮੈਂਟ ਮਿਲਦੀ ਹੈ ਉਸਨੂੰ ਉਹਦੇ ਚੋਂ ਉਹਨੂੰ ਪ੍ਰੋਤਸਾਹਨ ਮਿਲਦਾ ਹੈ ਉਹਦੀ ਦੇਖ ਉਸ ਜੀਵਨੀ ਨੂੰ ਦੇਖ ਕੇ ਆਪਣੀ ਜੀਵਨੀ ਉਸ ਵਰਗੀ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਇਸ ਵਾਸਤੇ ਉਹਦੇ ਜੀਵਨ ਵਿੱਚ ਰੰਗ ਪੈਦਾ ਹੁੰਦੇ ਹਨ ਤੇ ਉਸ ਰੰਗਾਂ ਦੇ ਨਾਲ ਉਸ ਪਿਆਰ ਦੇ ਨਾਲ ਪ੍ਰਮਾਤਮਾ ਨੂੰ ਪ੍ਰਮਾਤਮਾ ਨੇੜੇ ਦਿਸਣਾ ਸ਼ੁਰੂ ਹੋ ਜਾਂਦਾ ਹੈ ਦੂਰ ਨਹੀਂ ਨਜ਼ਰ ਆਉਂਦਾ ਹੁਣ ਸਾਧ ਕੇ ਸੰਗ ਬੁਝੇ ਪ੍ਰਭ ਨੇੜਾ ਕਿਉਂਕਿ ਸਾਧ ਸੰਗ ਸਭ ਹੋਤ ਨਿਬੇੜਾ ਨਿਬੇੜਾ ਹੁੰਦਾ ਹੈ ਨਿਬੜ ਜਾਣਾ ਕਿਸੇ ਗੱਲ ਦਾ ਫੈਸਲਾ ਹੋ ਜਾਣਾ ਕਿਸੇ ਗੱਲ ਦਾ ਹੁਣ ਝਗੜੇ ਨਹੀਂ ਆਉਂਦੇ ਹੁਣ ਇਹ ਨਹੀਂ ਲੱਗਦਾ ਕਿ ਕੌਣ ਵੱਡਾ ਹੈ ਹੁਣ ਇਹ ਨਹੀਂ ਮਹਿਸੂਸ ਹੁੰਦਾ ਕਿ ਹਿੰਦੂ ਵੱਡੇ ਹਨ ਕਿ ਸਿੱਖ ਵੱਡਾ ਹੈ ਹੁਣ ਇਹ ਨਹੀਂ ਮਹਿਸੂਸ ਹੁੰਦਾ ਹੈ ਕਿ ਜਿਹਨਾਂ ਦਾ ਰੰਗ ਕਾਲਾ ਹੈ ਉਹ ਬੈਟਰ ਹਨ ਕਿ ਜਿਹਨਾਂ ਦਾ ਰੰਗ ਗੋਰਾ ਹੈ ਉਹ ਬੈਟਰ ਹਨ ਹੁਣ ਇਹ ਮਹਿਸੂਸ ਨਹੀਂ ਹੁੰਦਾ ਕਦੀ ਵੀ ਕਿ ਪ੍ਰਮਾਤਮਾ ਦੀ ਹਰ ਚੀਜ਼ ਬਣਾਈ ਵਿੱਚ ਉਹ ਆਪ ਬੈਠਾ ਹੈ ਕਿ ਨਹੀਂ ਬੈਠਾ ਹੋਇਆ ਹਰ ਗੱਲ ਦਾ ਨਿਬੇੜਾ ਹੋ ਜਾਂਦਾ ਹੈ
हर गल समझ आनी शुरू हो जाती है, किधरे कोई द्वाठी वाली गल नहीं रहती, किधरे कोई दुविधा नहीं रहती, उस बंदे नू दुविधा सारियां खत्म हो जांदियां उहदियां। ते इस वास्ते उस बंदे दा जो निबेड़े शुरू हो जाते हैं तो झगड़े मुक जाते हैं उहदे। हां जी, वह फिर ऊंठां ते अपने ग्रंथ लोड करके दूसरे नू नीचा दिखाने की कोशिश नहीं करता, क्योंकि वह निबेड़े की हवालत उत्ते उठ जाता है। उसके मन में यह संशय पैदा नहीं होता कौन बेटर है, किहड़ा काम की कर रहा है, उन सारे परमात्मा के रूप नजर आते हैं। माड़े तो माड़े बंदे विच भी वह उसका रूप देखता है, उसके बारे घृणा की फीलिंग नहीं आती उस नूं। खराब तो खराब बंदा, नीवी तो नीवा बंदा उसके जिंदगी आए, उसके उत्ते उन्हें तरस आता है, उसके वास्ते अरदास करता है, उसके नाल घृणा नहीं करता। निबेड़ा हो जाता है उनकी जिंदगी विच, ये निबेड़ा तां होता है क्योंकि परमात्मा नेड़े आना शुरू हो गया है, क्योंकि परमात्मा नूं हजूरी विच देखता है। जो हजूरी विच देखता है तो फुल्लां दी खुशबू विच ही उन्हें महसूस करता है। तो इस वास्ते उसकी जिंदगी दे विच झगड़े मुक जाते हैं, उसकी जिंदगी विच वह फिर द्वाठी वाली दो वाली जिंदगी बतीत नहीं करता। उसके मन च यह कदी नहीं गल आती कि यह मैं उच्चा हाँ, मैं वड्डा हाँ, मैं निबेड़ा कर लिता है, मैं बैटर हाँ उसके नालों, या वो बैटर है किसी होर नालों। नहीं, उस परमात्मा के हुक्म विच वह सब नूं जानता है कि किसी नूं घृणा नहीं करता, तो निबेड़े की अवस्था तो उत्ते उठ जाता है। यह होंदा क्यों है? क्योंकि साध के संग पाए नाम रतन, इस तो वड्डी कीड़ी अवस्था दे सकते हैं। अरदास विच रोज अरदास सिख करता है तो बड़े दान मंगता है जी। सिख को भरोसा दान, विसा दान, किड़े किड़े दान मंगे हैं उते जी। ते सब तो वड्डा दान फिर लास्ट आंदे हन, दाना सिर दान नाम दान, श्री अमृतसर साहब जी के दर्शन स्नान। दर्शन स्नान अमृतसर साहब जी दे हन, लेकिन दान सब तो वड्डा नाम दा है। वो क्यों? क्योंकि भगतां नूं पता है कि परमात्मा की भगती तो वड्डा कोई दान नहीं होर, ते नाम दा दान केड़ा है? भाई साहब भाई वीर सिंह जी बार बार इसनूं जी दान कहंदे हन, बड़ी वारी यह जी दान है। क्यों जी दान है? क्योंकि इस तो वड्डा कोई दान नहीं है, जीवन दा दान है बड़ा वड्डा। यह दान है परमात्मा दे प्यार दा, परमात्मा दी याद दा, अंदरों तुहाडे स्ट्रांग होण दा। इस वास्ते नाम दे दान नूं सब तो उच्च मन्या गया है। और नाम सिर्फ दान है, नाम अपने आप प्राप्त नहीं हो सकता। यह किने ही दात आपस ते जो पाईए वाली अवस्था नहीं है, यह ओ है जिसनूं ओ आप दवे। इस वास्ते यह दान मंगया जांदा है, ते यह दान जदों उदे जुड़े हुए की संगत में जाता है तो यह दान खुद ब खुद मिल जाता है उसमें। साध के संग पाए नाम रतन, नाम वर्गा रतन उदी झोली विच पै जाता है। साध के संग एक ऊपर जतन, इसके ते कमाल दी लाइन है बहुत। ऑथर्स हैव रिटन अ लॉट अबाउट दिस वन। इस गल की सोझी पैनी शुरू हो जाती है। जतन कहते हैं एफर्ट नूं, जतन कहते हैं किसी चीज का जतन करना, किसी चीज का एफर्ट करना। ते एफर्ट किस चीज का करता है इंसान? जनरली पैसे कमाने का बहुते कर लेंगे, बड़ा एफर्ट होता है। अपनी धियां पुत्र ठीक वड्डे हो जाए, बड़ा एफर्ट है उहदे च। वो सैट स्कोर ठीक आ गया, उहदा वो कॉलेज चले जाण, फिर विआह ठीक जगह हो जाए, उहदी एफर्ट है। अपना बिजनेस ठीक चले, वह वड्डी वड्डी एफर्ट है। वह जतन करता है बड़े, और दिन रात एक कर देता है जतन करन दे विच। लेकिन ओ जतन परमात्मा प्राप्ति ते कितना कुछ जतन करता है ये इंसान, यो जा इंसान। अगर तुसी पाई चार्ट बढ़ाओ अपनी लाइफ दा, उदे विच तुसी एफर्ट जिहड़े करदे हो, बे कितना पैसे कमाण च एफर्ट है, बच्चियां दे उत्ते एफर्ट है, परिवार ते एफर्ट है, हां जी, ते कितनियां घर वड्डे लैण च एफर्ट है, जॉब दी सक्सेस विच एफर्ट है, मेरी प्रोफेशनल सक्सेस लाइफ दे उत्ते एफर्ट है। ते ओ एफर्ट दा कितना वड्डा हिस्सा परमात्मा प्राप्ति दे उत्ते है, वो कितना कितना वड्डा है। बहुत कईयां दे मन च, कईयां दी लाइफ च वो पाई चार्ट बड़ा छोटा है परमात्मा दे जतन करन दा। साधु दे संग करन नाल, इहो जे सत्संगी जना दे मेल नाल, इहो जे परमात्मा दी जुड़ियां होईयां दी संगत विच जाण नाल, साध के संग एक ऊपर जतन, एक दे एक ऊपर एक एक परमात्मा दे उत्ते जतन करन दी अंदरों इच्छा पैदा हो जांदी है। परमात्मा मिलन दी अंदरों इच्छा पैदा हो जाती है, उसते उत्थे एफर्ट लगाने दी इच्छा पैदा हो जाती है। क्यों? क्योंकि ये जन विच ताकत वो प्रेरदे हैं इस बारे। वो बार बार कहणगे तुहानू महान नाम नाल जुड़ो, वो बार बार कहणगे कीर्तन सिखो, वो बार बार कहणगे बाणी पढ़ो,
ਉਹ ਬਾਰ ਬਾਰ ਕਹਿਣਗੇ ਬਾਣੀ ਦੀ ਵਿਆਖਿਆ ਪੜੋ, ਉਹ ਬਾਰ ਬਾਰ ਕਹਿਣਗੇ ਪਰਮਾਤਮਾ ਨਾਲ ਸੇਵਾ ਕਰੋ, ਸੇਵਾ ਵਿੱਚ ਸਾਰੇ ਫਲ ਹੈ, ਕਿਉਂਕਿ ਉਹਨਾਂ ਦੀ ਲਾਈਫ ਉਸ ਤਰ੍ਹਾਂ ਦੀ ਹੈ, ਤੇ ਉਹਨਾਂ ਦੇ ਸੰਗ ਕਰਨ ਨਾਲ ਤੁਹਾਡੀ ਲਾਈਫ ਵੀ ਬਦਲਦੀ ਹੈ, ਤੇ ਤੁਹਾਡੀ ਲਾਈਫ ਜਦੋਂ ਬਦਲਦੀ ਹੈ ਤੇ ਤੁਹਾਡੀ ਲਾਈਫ ਦੇ ਐਫਰਟ ਵਾਲਾ ਪਾਈ ਚਾਰਟ ਬਦਲ ਜਾਂਦਾ ਹੈ, ਫਿਰ ਸਡਨਲੀ ਉਹ ਪਾਈ ਚਾਰਟ ਜਿਹੜਾ ਪਰਮਾਤਮਾ ਦੀ ਪ੍ਰਾਪਤੀ ਵਾਲਾ ਹਿੱਸੇ ਦਾ ਪਾਈ ਚਾਰਟ ਹੈ ਉਹ ਵੱਡਾ ਹੋ ਜਾਂਦਾ ਹੈ। ਸਾਧ ਕੇ ਸੰਗ ਏਕ ਉੱਪਰ ਜਤਨ, ਤੇ ਹੁਣ ਕਹਿੰਦੇ ਹਨ ਕਿ ਮੈਂ ਕੌਣ ਜਾਣ ਸਕਦਾ ਹੈ, ਇਹੋ ਜਿਹੇ ਪਰਮਾਤਮਾ ਦੇ ਭਗਤ ਜਿਹੜੇ ਹਨ, ਇਹੋ ਦੇ ਪਰਮਾਤਮਾ ਦੇ ਜੁੜੇ ਹੋਏ ਇਨਸਾਨ ਜਿਹੜੇ ਹਨ, ਇਹਨਾਂ ਦੀ ਮਹਿਮਾ ਕੌਣ ਜਾਣ ਸਕਦਾ ਹੈ ਮੇਰੇ ਦਾਤਾ, ਇਹਨਾਂ ਦੀ ਮਹਿਮਾ ਤੁਸੀਂ ਦੱਸੋ ਨਾ, ਕੀ ਮਹਿਮਾ ਹੈ ਇਹਨਾਂ ਦੀ। ਤੇ ਕਹਿੰਦੇ ਹਨ ਸਾਧ ਕੀ ਮਹਿਮਾ ਬਰਨੇ ਕੌਣ ਪ੍ਰਾਣੀ, ਕੁਐਸਚਨ ਮਾਰਕ ਹੈ। ਇਹੋ ਜਿਹੇ ਸਾਧ, ਇਹੋ ਜਿਹੇ ਜੁੜੇ ਹੋਏ, ਇਹੋ ਜਿਹੇ ਦੂਸਰਿਆਂ ਨੂੰ ਪ੍ਰੇਰਣਾ ਕਰਨ ਵਾਲੇ, ਇਹੋ ਜਿਹੇ ਦੂਸਰਿਆਂ ਦੀ ਲਾਈਫ ਬਦਲਣ ਵਾਲੇ, ਇਹ ਜੇ ਦੂਸਰਿਆਂ ਨੂੰ ਕੀਰਤਨ ਸਿੱਖਣ ਸਿਖਾਉਣ, ਬਾਣੀ ਪੜਨ ਪੜਾਣ, ਸੇਵਾ ਕਰਨ ਦੀ ਉਤਸਾਹ ਦੇਣ ਵਾਲੇ, ਇਹਨਾਂ ਦੀ ਮਹਿਮਾ ਕੌਣ ਜਾਣ ਸਕਦਾ ਹੈ। ਸਾਧ ਕੀ ਮਹਿਮਾ ਬਰਨੇ ਕੌਣ ਪ੍ਰਾਣੀ, ਕੌਣ ਵਰਣ ਕਰ ਸਕਦਾ ਇਹਨਾਂ ਦੀ ਮਹਿਮਾ, ਕੋਈ ਨਹੀਂ ਕਰ ਸਕਦਾ। ਭਾਵ ਨਾਨਕ ਸਾਧ ਕੀ ਸੋਭਾ ਪ੍ਰਭ ਮਾਏ ਸਮਾਣੀ, ਇਹ ਪ੍ਰਮਾਤਮਾ ਦੀ ਉਹਨਾਂ ਦੀ ਸੋਭਾ ਪ੍ਰਮਾਤਮਾ ਵਿੱਚ ਮਿਲੀ ਹੋਈ ਹੈ। ਭਾਵ ਇਹ ਉਹਨਾਂ ਦੇ ਆਪਣੇ ਬੰਦੇ ਹਨ, ਇਹ ਉਹਨਾਂ ਦੇ ਆਪਣੇ ਜਨ ਹਨ, ਇਹ ਬਖਸ਼ੇ ਹੋਏ ਹਨ ਦੁਰੋਂ ਦਰੋਂ ਕਰੋ, ਨਾਮ ਦੀ ਪ੍ਰਾਪਤੀ ਦਰੋਂ ਕਰੋ ਹੈ ਇਹਨਾਂ ਨੂੰ। ਇਸ ਵਾਸਤੇ ਇਹ ਜਿੱਥੇ ਜਾਂਦੇ ਹਨ, ਜਿਹਦੇ ਨਾਲ ਗੱਲ ਕਰਦੇ ਹਨ, ਉਹ ਪ੍ਰੇਰਿਤ ਹੋ ਜਾਂਦੇ ਹਨ ਇਹਨਾਂ ਨਾਲ। ਤੇ ਜਦੋਂ ਪ੍ਰੇਰਿਤ ਹੋ ਜਾਂਦਾ ਹੈ ਬੰਦਾ, ਫਿਰ ਪ੍ਰੇਰਿਤ ਹੋ ਕੇ ਬੜਾ ਕੁਛ ਕਰਦਾ ਹੈ। ਪ੍ਰੇਰਣਾ ਬੜੀ ਇੰਪੋਰਟੈਂਟ ਹੈ, ਪ੍ਰੇਰਣਾ ਵਰਗੀ ਕੋਈ ਹੋਰ ਵੱਡੀ ਚੀਜ਼ ਨਹੀਂ, ਸੇਵਾ ਬੜੀ ਇੰਪੋਰਟੈਂਟ ਹੈ। ਪ੍ਰੇਰਿਤ ਕਰਨਾ ਕਿਸੇ ਨੂੰ ਇਸ ਪਾਸੇ ਜੁੜਨਾ, ਜੁੜਾਉਣਾ ਕਿਸੇ ਨੂੰ, ਇਹ ਬਹੁਤ ਵੱਡੀ ਦਾਤ ਹੈ। ਇਹ ਪਰਮਾਤਮਾ ਦੇ ਇਹਨਾਂ ਸਾਧ ਸੰਗ ਨਾਲ, ਇਹਨਾਂ ਜੁੜਿਆਂ ਦੀ ਸੰਗਤ ਵਿੱਚੋਂ ਇਹ ਪ੍ਰੇਰਣਾ ਪ੍ਰਾਪਤ ਹੁੰਦੀ ਹੈ। ਮਹਾਰਾਜ ਉਸ ਬੰਦੇ ਨੂੰ ਬਹੁਤ ਉੱਚੀ ਅਵਸਥਾ ਦਿੰਦੇ ਹਨ ਕਿ ਸਾਧ ਕੀ ਮਹਿਮਾ ਬਰਨੇ ਕੌਣ ਪ੍ਰਾਣੀ, ਕਿਹੜਾ ਪ੍ਰਾਣੀ ਉਸ ਪਰਮਾਤਮਾ ਦੇ ਜਨਾਂ ਦੀ ਵਰਣਨ ਕਰ ਸਕਦਾ ਉਹਨਾਂ ਨੂੰ। ਤੇ ਨਾਨਕ ਸਾਧ ਕੀ ਸੋਭਾ ਪ੍ਰਭ ਮਾਏ ਸਮਾਣੀ, ਉਹਨਾਂ ਦੀ ਇਹਨਾਂ ਇਹੋ ਜਿਹੇ ਸਾਧ ਦੀ ਸੋਭਾ ਜਿਹੜੀ ਹੈ ਉਹ ਪਰਮਾਤਮਾ ਵਰਗੀ ਸੋਭਾ ਹੈ, ਉਹਦੇ ਵਿੱਚ ਸਮਾਈ ਹੋਈ ਹੈ। ਭਾਵ ਉਤਨੀ ਵੱਡੀ ਅਵਸਥਾ ਪ੍ਰਾਪਤ ਕਰ ਚੁੱਕੇ ਹਨ ਕਿ ਅੱਜ ਇਹੋ ਜਿਹੇ ਪੱਥਰ ਦਿਲ ਵੀ ਉਸ ਪਾਰਸ ਨਾਲ ਮਿਲ ਕੇ ਸੋਨਾ ਹੋ ਜਾਂਦੇ ਹਨ। ਤੇ ਦੇਖੋ ਫਿਰ ਉਹ ਸੋਨਾ ਜਦੋਂ ਹੋ ਜਾਂਦੇ ਹਨ, ਭਾਈ ਨੰਦ ਲਾਲ ਵਰਗੇ, ਭਾਈ ਗੁਰਦਾਸ ਵਰਗੇ, ਬਾਬਾ ਬੁੱਢਾ ਜੀ ਦੀ ਜ਼ਿੰਦਗੀ ਵਿੱਚ ਡਿਸਕਸ ਕਰਾਂਗੇ, ਉਹਨਾਂ ਦੇ ਜੀਵਨ ਚ ਕਿਹੋ ਜਿਹੇ ਬਦਲਾਵ ਆਏ, ਬ੍ਰਹਮ ਗਿਆਨੀ ਸੰਪੂਰਨ ਆਪ ਹੋ, ਤੇ ਇਹੋ ਜਿਹੇ ਵੱਡੇ ਗਿਆਨੀਆਂ ਦੇ, ਇਹੋ ਜਿਹੇ ਵੱਡੇ ਸਤਸੰਗੀਆਂ ਦੇ ਜਦੋਂ ਸੰਕਰਦਾ ਹੈ ਬੰਦਾ, ਤੇ ਜ਼ਿੰਦਗੀ ਚ ਬਹੁਤ ਵੱਡੀਆਂ ਤਬਦੀਲੀਆਂ ਆਉਂਦੀਆਂ ਹਨ, ਜ਼ਿੰਦਗੀ ਚ ਬਹੁਤ ਵੱਡੇ ਚੇਂਜਸ ਆਉਂਦੇ ਹਨ। ਤੇ ਇਹ ਕਿਉਂ ਕਹਿ ਰਹੇ ਹਨ ਗੱਲਾਂ ਕਿ ਤੁਸੀਂ ਵੀ ਕਰੋ, ਇਹ ਗੱਲਾਂ ਕਿਉਂ ਕਹਿ ਰਹੇ ਹਨ, ਕੋਈ ਇਹ ਗੱਲਾਂ ਕੋਈ ਅਕੈਡੈਮਿਕ ਗੱਲਾਂ ਨਹੀਂ ਹੋ ਰਹੀਆਂ ਇੱਥੇ ਕਿ ਹਾਂਜੀ ਮੈਂ ਕਰ ਰਿਹਾ, ਤੂੰ ਨਹੀਂ, ਇਸ ਵਾਸਤੇ ਨਹੀਂ। ਇਹ ਕਹਿੰਦੇ ਹਨ, ਪ੍ਰੇਰਣਾ ਕਰਦੇ ਹਨ ਕਿ ਤੁਸੀਂ ਵੀ ਕਰੋ, ਤੁਸੀਂ ਵੀ ਇਸ ਪਾਸੇ ਲੱਗੋ, ਤੁਸੀਂ ਵੀ ਸਾਧਾਂ ਦਾ ਸੰਗ ਕਰੋ, ਜੇ ਨਹੀਂ ਮਿਲਦੇ ਇੰਜ ਤੇ ਕਿਤਾਬਾਂ ਰਾਹੀਂ ਕਰ ਲਓ, ਜੇ ਇਸ ਤਰ੍ਹਾਂ ਮਿਲਦੀਆਂ ਤਾਂ ਵੀ ਉਹਨਾਂ ਦਾ ਸੰਗ ਕਰੋ। ਪਰਮਾਤਮਾ ਦੇ ਇਹਨਾਂ ਜਨ ਦੇ ਸੰਗ ਕੀਤੀਆਂ ਹੋਈਆਂ ਤੁਹਾਨੂੰ ਉੱਚੀ ਅਵਸਥਾ ਪ੍ਰਾਪਤ ਹੋਏਗੀ। ਇਹ ਇਸ ਪਹਿਲੀ ਅਸ਼ਪਦੀ ਦਾ ਦੇ ਪਹਿਲੇ ਪਦੇ ਦਾ ਸਾਰ ਹੈ, ਤੇ ਦੂਸਰੇ ਪਦੇ ਵਿੱਚ ਵੀ ਉਸੇ ਗੱਲ ਨੂੰ ਕੰਟੀਨਿਊ ਕਰਨਗੇ ਤੇ ਅਲੱਗ ਅਲੱਗ ਗੱਲਾਂ ਤੇ ਫੋਕਸ ਕਰਨਗੇ। ਆਮ ਗੋਇੰ ਟੇਕ ਅ ਫਿਊ ਮਿੰਟ ਬ੍ਰੇਕ ਹੇਅਰ, ਗਿਵਸ ਮੀ ਮਾਈ ਵੋਇਸ ਅ ਰੈਸਟ ਆਲਸੋ, ਐਂਡ ਆਮ ਗੋਇੰ ਲੈਟ ਪੀਪਲ ਆਸਕ ਐਨੀ ਕੁਐਸਚਨਸ ਇਫ ਦੇ ਹੈਵ ਐਨੀ ਕੁਐਸਚਨਸ ਬਿਫੋਰ ਵੀ ਮੂਵ ਫਾਰਵਰਡ। ਹਾਂਜੀ ਵੀਰ ਜੀ, ਐਕਚੁਅਲੀ ਟੂ ਕੁਐਸਚਨਸ। ਕਈ ਲਾਈਨਾਂ ਤੇ ਲਿਖਿਆ ਸਾਧ ਕਹਿ ਸੰਗ, ਪਰ ਦੋ ਲਾਈਨਾਂ ਹੈਗੀਆਂ ਨੇ ਸਾਧ ਸੰਗ, ਯਾ ਉਤੇ ਗ੍ਰਾਮੈਟਿਕਲੀ ਫਰਕ ਹੈ ਕੋਈ? ਸੋ ਇਸ देयर इज अ ਡਿਫਰੈਂਸ অর ਇਟਸ ਰੀਲੀ ਨੋ ਡਿਫਰੈਂਸ ਇਨ ਦੀ ਇੰਟਰਪ੍ਰੀਟੇਸ਼ਨ ਆਫ ਦਾ ਲਾਈਨ? ਨਹੀਂ, ਕੋਈ ਫਰਕ ਨਹੀਂ ਹੈ ਉਸ ਤਰ੍ਹਾਂ ਦੀ, ਪਰ ਹੁੰਦਾ ਕੀ ਹੈ ਕਿ ਕਿਉਂਕਿ ਇਹ ਅਸ਼ਪਦੀ ਹੈ, ਤੇ ਹੁਣ ਆਮ ਗੋਇੰ ਟੂ ਗੋ ਇਨਟੂ ਲਿਟਲ ਡੀਪਰ ਇਨਟੂ ਦੀ ਗ੍ਰਾਮੈਟਿਕਲ ਸਾਈਡ ਨਾਓ ਪ੍ਰੀਤ। Maybe today's topic might not be the right one, but so the do tarah de accent mark hunde han Preet ji, gurbani jehde purane sanskrit granthan vich gurbani vich ik nu laghu te ik nu guru kehnde han, laghu matra te guru matra. Maybe one day we will devote a session to this one or talk more about it. So hunda ki hai ki when you count those accent marks, though ਇਹ ਐਕਸੈਂਟ ਮਾਰਕ ਦਾ ਕਾਊਂਟ ਜਿਹੜਾ ਵੈ ਉਹ ਵਿਦ ਇਨ ਪਲੱਸ ਔਰ ਮਾਈਨਸ 1 ਦੇ ਵਿੱਚ ਆਉਣਾ ਚਾਹੀਦਾ ਉਹਦਾ।
sometimes when it does not come, then they add or subtract things from there. Hanji. So uthe saath sang dushman sab meet hai, saath ke sang dushman sab meet vi likh sakde san, de likhna chahnde the, meaning badalda na hoda. लेकिन कोई बैठा हो कोई पंडित कोई तो कवे जी पता लिखना नहीं आया जी, दो एक्स्ट्रा मार्क पै गए उथे है ना. हर एक पोएट्री दे लिखण दे प्रीत जी, हर एक पोएट्री दी जिहड़ी जिहड़ी फॉर्मेट है ना पोएट्री लिखण दा, सो पोएट्री दे लिखण दी फॉर्मेट बहुत किन्ने तरह की आई है गुरु ग्रंथ साहिब महाराज की बाणी च, राइट. सो छंत आए हैं उहदा बिल्कुल डिफरेंट काउंट है, अष्टपदियां दा डिफरेंट काउंट है, नोटिस करोगे श्लोक का तो बिल्कुल ही डिफरेंट है. हाँ जी, सवैया का अपना है, पौड़ी का अपना है. हाँ जी, ये जो डिफरेंट तरह के आए हैं जो फॉर्म ऑफ पोएट्री आई है, इन्होंने पोएट्रियों का एक अपना वजन होता है, अपना वेट होता है एक हर एक पोएट्री का. हाँ जी, और बाय द वे ये सिर्फ गुरबाणी विच ही नहीं है प्रीत जी, सिर्फ इंग्लिश पोएट्री विच भी सेम है, उहदे विच ही वेट की गल आई है, वेट होता है हर एक लाइन का, वजन होता है. उस वजन के हिसाब के नाल जड़े हैं अगे जाके मैं होर भी चीजा पॉइंट आउट करांगा, मे वी विल डिवोट सम सेशन सम पार्ट ऑफ इट गोइंग मोर इनटू डेप्थ इनटू दैट पार्ट वन डे, पर या कोई मतलब नहीं बदलते इन्हां दे. हां जी, तो वन मोर पॉइंट ऑन दैट, तुसी शुरू च क्या सीगा कि इट साध के संग है, साध के संग नहीं है, राइट. सो दैट्स दैट्स हाउ इट्स रिटन. जे साध के संग होए, इज देयर अ डिफरेंस देयर? साध के जदों संग होएगा ते गग्गे नु सिहारी नहीं हो सकदी फिर ग्रामेटिकली, पर मीनिंग विच कोई फर्क हैगा जे साध के संग? हां हां, मीनिंग विच ही फर्क पै, और डिपेंड आएगा उनको आएगी लाइन ते मैं दसांगा. ओके, मीनिंग च फर्क पेगा, बिल्कुल फर्क पेगा. हां जी, ओके, बिल्कुल फर्क पेगा मीनिंग विच 100%. या हां जी, एनीबॉडी एल्स जी? Any questions? Rishi? Anjio? Only question is the line Saad ke sang pai naam ratan, Saad ke sang ek upar jatan. So, na de niche jo line hai gi hai, because ratan means jewel, but over here the meaning changes because of it's related to naam. Haan ji. Kyunki ratan matlab honda hai precious stones. हाँ जी, ते इत्थे वो emerald ते वो सब जड़े मैंने नाम ही नहीं पता उन्हें precious stone दे, but उन्हें precious stone दे बारे गाल नहीं आ रही है. Okay, it's about नाम. इत्थे नाम परमात्मा दे प्यार वर्गा precious stone. अच्छा. या उस वर्गे precious stone दे गाल आई है. इसी वजह से जतन दे नन्ने नु भी औंकड़ है. क्योंकि ये जतन effort किन्ने तरह दे हो सकते हैं, you know? पैसे कमाने वाला एफर्ट है, you know, yeah. बड़े तरह के एफर्ट हो सकते, पर इत्थे जतन दा नन्ने नू औकड़ है, एक परमात्मा नू मिलन दे वास्ते जिहड़ा जतन है, उस जतन दी गल आई है. okay. इस वास्ते दा नन्ने नू औकड़ है. हांजी, थैंक यू जी. हां जी, सो ग्रामेटिकली यू नो चेंजेस या आ जांदियां हैं. एक ऊपर जतन एक नोटिस करोगे इथे, हुण मैं तुसी गल छेल दित्ती है, हुण आई कैन वी कैन गो लॉट डीपर इनटू दिस स्टफ, यू नो आई मीन एज डीप एज वी वांटेड टू, बट आई डू नॉट वांट टू. क्लास दे यू नो देखना पैंदा सब दा अपना अपना, यू नो कि किस लेवल दा है, आई कांट केटर टू कि कितने डीप. हुण एक दे कक्का नु मुक्ता छोड़िया होया, एक दे कक्के नु ओकड़ नहीं है, लेट मी सी क्लास चो कोई दस सके. आई वुड लाइक टू से ਜਿਹੜਾ ਸਿੰਮੀ ਨੇ ਕੁਸ਼ਚਨ ਕੀਤਾ ਰਤਨ, ਯੂ ਆਰ ਰਾਈਟ, ਇਟਸ ਇੱਕ ਰਤਨ, ਦੈਟਸ ਨਾਮ ਰੂਪੀ ਰਤਨ. ਅਗਰ ਰਤਨ ਦੇ ਥੱਲੇ ਉਹ ਨਹੀਂ ਹੁੰਦਾ, ਔਂਕੜ ਨਾ ਹੁੰਦੀ, ਤੇ ਦੈਨ ਯੂ ਕੈਨ ਕਾਊਂਟ, ਇਟ ਕੈਨ ਬੀ ਡਾਇਮੰਡ, ਇਟ ਕੈਨ ਬੀ ਨੀਲਾ, ਇਟ ਕੈਨ ਬੀ ਪੰਨਾ, ਉਹ ਸਾਰੇ. ਇਫ ਦੇ ਆਰ ਆਲ ਗਿਵਨ ਨੇਮਸ, ਦੈਨ ਦੇਰ ਵੋਂਟ ਬੀ ਐਨੀ ਔਂਕੜ. ਤੇ ਔਂਕੜ ਇਸ ਕਰਕੇ ਅੱਗੇ ਕਿ ਨਾਮ ਰੂਪੀ ਇੱਕ ਰਤਨ ਹੈ. ਸਿੰਗੂਲਰ ਨਾਊਨ ਆਇਆ ਕਿਉਂਕਿ ਮੈਸਕੁਲਰ ਨਾਊਨ ਹੈ, ਸਿੰਗੂਲਰ ਹੈ, ਇਸ ਵਾਸਤੇ. मैनू समझ नहीं आई गल, दोबारा रिपीट ला, और सिहारी वाली गल समझ नहीं आई. अच्छा, साध के संग दी सारी है. हां जी, हां जी, हां जी, हां जी, हां जी, अधिकरण कारक संघ दे नाल, संघ करण नाल.
संगदे नाल हां जी ते इथे होर नोटिस करोगे गुरबाणी च बड़ी बड़ी वर्ड जिहड़ा वा एक नू कई वारी एक दे कके नू ओकड़ भी लग्या हुंदा है इथे एक वर्ड आया है परमात्मा वास्ते हां जी ते एक इथे मतलब है निर्गुण सरगुण दोनों रूपां विच एक रूप च ना जाणे उस नू हां जी ਇਹ ਨਾ ਹੋਵੇ ਕਿ ਜੰਗਲਾਂ ਵਿੱਚ ਜਾ ਕੇ ਉਹ ਭਗਤੀ ਵਾਲਾ ਜਿਹੜਾ ਨਿਰਗੁਣ ਰੂਪ ਪਰਮਾਤਮਾ ਦੀ ਪ੍ਰਾਪਤੀ ਜਿਹੜੀ ਸੁਨ ਸਮਾਧ ਤੋਂ ਹੁੰਦੀ ਹੈ ਉਹਦੀ ਵੀ ਗੱਲ ਅੱਗੇ ਜਾ ਕੇ ਆਏਗੀ ਉਸ ਰੂਪ ਦੀ ਪ੍ਰਾਪਤੀ ਨਹੀਂ ਸੇਵਾ ਵਾਲੇ ਰੂਪ ਵਾਲੀ ਪ੍ਰਾਪਤੀ ਵੀ ਸਿੱਖ ਨੂੰ ਹੋਵੇ ਉਹ ਏਕ ਸਾਧ ਕੇ ਸੰਗ ਏਕ ਉੱਪਰ ਯਤਨ ਇੱਕ ਪਰਮਾਤਮਾ ਜਿਹੜਾ ਸਰਗੁਣ ਰੂਪ ਵਿੱਚ ਵੀ ਹੈ ਜਿਹੜਾ ਉਹਦੀ ਸੇਵਾ ਵਿੱਚ ਵੀ ਉਹਨੂੰ ਵੀ ਦੇਖੇ ਹਰ ਰੂਪ ਵਿੱਚ ਦੇਖੇ ਉਸਨੂੰ ਹਾਂਜੀ अगले पदे विच होर डिटेल दसणगे हुण कि साधु दे संग करन नाल होर की फायदे होंदे हन केड़ियां जीवन च बदलाव आंदे हन पहला है कि साध के संग अगोचर मिले साध के संग सदा प्रफुले अगोचर जिथे अगोचर मतलब ओ बंदा जिहड़ा गोचर ना होवे पहुंचिया ना जा सके समझिया ना जा सके तुहाडी मन बुद्धि तो परे होवे बंदा ओ अगोचर अगोचर परमात्मा दे दर्शन उन्हां सत्संगियां द्वारा हो सकते हैं सत्संग जाके हो सकते हैं उन्हां विच क्यों क्यों हो सकते हैं क्योंकि इन्हां बंदियां विच ताकत होंदी है ये प्रेरदे हैं उस पासे जाण नूं बार बार प्रेरणगे बार बार उस बारे गल करनगे बार जदों मिलोगे ये गल होएगी जदों किताब खोलोगे ये गल होएगी या अगर लाइव विच होए तो जदों मिलोगे ये गल ओह करनगे ते इस दे नाल बंदा प्रेरिया जांदा है बड़ा प्रेरे जान नाल फिर एक उपर जतन दे नाल अगोचर मिले एक दिन वह पूर्ण परमात्मा की प्राप्ति भी कर लेंगे ये गल अवश्य है भाई कन्हैया जी की जीवन नू देखो मैं कितनिया एग्जाम्पल देंगे एज वी गो अलोंग कित्थे सन ते कित्थे पहुंचे हो सेवा पंथियां विचो सन लेकिन जीवन च बदलाव तो आया जो कलगीधर पातशाह दे नेड़े आए जदों उस दरबार उन्हां सत्संगियां नाल मेल होया जदों ए जीवन दी बदलाव दियां ए घड़ियां हैं सारियां ते अगे जाके ए ना समझ लेना कि गुरुआं दे नाल बैठ के ही जीवन च बदलाव आया लोगां दा ओ जदो चले गए ते शब्द रूप विच जदो गुरु होए भाई जसा सिंह आलू सरदार जसा सिंह आलू वालिया दी जिंदगी तरफ झात मारो जरा हां जी उन्होंने ते चलो भाई नंद लाल जी ते आप परमात्म रूप दसम पातशाह दे दर्शन किए हैं बड़ी बारी उन्होंने ते किसी गुरुआं दे दर्शन नहीं किए छोटे सन बड़े वड़े होए जदों गुरु मातावां दे दर्शन कीते हन बाला साहब गुरुद्वारे दिल्ली विच उन्हां नाल रहे हैं तीन चार साल उत्थे पांच साल रहे हैं पर कितने वड़े हो के माता अपने माता जी को लो कितना सिख्या ते गुरबाणी दे राही कितने वड़े लोगां दा संग उन्हां नूं प्राप्त होया ते जिथे तलवार दे धनी सन जिथे सिख फौजां दियां रहनुमाई करदे सन उत्थे महान कीर्तनियां वी सन नाल ते इहो जे बंदियां दा जीवन बदलदा है उन्हां दी मां उत्थे साध दे रूप विच आई उन्हां दे मदर दा बहुत भारी असर उन्हां ते पिया ओ सत्संगी जन उन्हां नूं सत्संग अपनी मदर दा मिलिया उन्हां अगे जाके फिर वड्डे जदों होए ते फिर नवाब कपूर सिंह दा संग मिल उन्हां वर्गे संतां दा संग उन्हां नूं प्राप्त होई ते इस वास्ते जीवन बदलिया उन्हां दा लाइफ विच कितनियां मैं तुहानूं एग्जाम्पल दे के गुरबाणी चों सिख इतिहास विचों ते इह गल्लां सिर्फ लिखियां नहीं होईयां होईयां हन ए रियालिटी है जो तुसी पढ़दे पे हो आज साध के संग गोचर मिले ते साध के संग सदा प्रफुल्ले प्रफुल्ले मने प्रफुल्लित हो जाना कदी ट्री नू देखो ना कदी जे नवा नवा ट्री लग्या होवे ते छोटा होंदा जदों वड्डा हो जांदा ते फिर जदों संतरे अटकदे हन या सेवा नाल अटक अटक के थल्ले लगदे हन ओह कदी ने प्रफुल्लित हो गया है हुण सेवा नाल लग गए हन फल फुल इहनूं मिठास आ गई है इहदे विच ते एक गल याद रखना जदों प्रफुल्लित हो जांदा ना इंसान जदों उस नूं फल लग जांदे हन ना फल ते ओह फल दा फायदा ओह आप नहीं उठांदा बहुता है जी सेब ओह पेड़ नहीं खांदा सेब अंब जिहड़े लगदे हन ओह अंब दा पेड़ आप अंब नहीं खांदा अंब खाण वाले होर होंदे हन मिठास दूसरिआं नूं प्राप्त होंदी है ओह इह प्रफुल्लित इह प्रफुल्लित सत्संग करन दी इह इक फायदे हन उहदे कि ओ मिठास जिहड़ी है ओ दुनिया च वंड दिंदे हन मिठास अपने कोल रखदे नहीं है अपना जीवन ओ सिर्फ बच्चे पैदा करन विच ते पैसे कमाण विच नहीं ओ इह जन उपकारी होंदे हन बड़े इह दूसरिआं दी जिंदगी नूं प्रफुल्लित कर दिंदे हन कल
ਡਿਸਕਸ ਕਰਦਾ ਪਈ ਸਿਮੀ ਦੀਦੀ ਨਾਲ ਕੱਲ ਮੈਂ ਕਿ ਭਾਈ ਗੁਰਦਾਸ ਜੀ ਦਾ ਕਬਿਤ ਹੈ ਇੱਕ ਤੇ ਉਸ ਕਬਿਤ ਵਿੱਚ ਬੜੀ ਮਹਾਨ ਦਿੱਤੀ ਹੈ ਕਹਿੰਦੇ ਨੇ ਕਿ ਜਿਸ ਤੇ ਇਹ ਇੱਕ ਬੰਦੇ ਨੂੰ ਇੱਕ ਸ਼ਬਦ ਸਿਖਾਉਣ ਦਾ ਕਹਿੰਦੇ ਜਿਸ ਤਰ੍ਹਾਂ ਕਿ ਸੱਤ ਸੋਨੇ ਦੇ ਮੰਦਿਰ ਉਚਾਰ ਦਿੱਤੇ ਹੋਣ ਜਿਸਨੇ ਹਾਂਜੀ ਜੈਸੇ ਸਾਤ ਮੰਦਿਰ ਕੰਚਨ ਕੇ ਉਸਾਰ ਦੀ ਨੇ ਤੈਸਾ ਪੁਣ ਗੁਰਸਿੱਖ ਕੋ ਏਕ ਸ਼ਬਦ ਸਿਖਾਏਗਾ ਪੜ ਆਏ ਹਨ ਭਾਈ ਗੁਰਦਾਸ ਦੇ ਕਿਉਂ ਹੈ ਕਿਉਂਕਿ ਇਹ ਬਹੁਤ ਵੱਡੀ ਮਹਾਨ ਗੱਲ ਹੈ ਕਿਉਂਕਿ ਇਹ ਦੂਸਰਿਆਂ ਨੂੰ ਪ੍ਰੇਰਿਤ ਕਰਕੇ ਪ੍ਰਫੁੱਲਿਤ ਕਰਨਾ ਹੈ ਦੂਸਰਿਆਂ ਨੂੰ ਇਸ ਵਾਸਤੇ ਉਹਨਾਂ ਦੀ ਜ਼ਿੰਦਗੀ ਚ ਬਦਲਾਵ ਬਹੁਤ ਜਲਦੀ ਆਉਂਦੇ ਹਨ ਸਾਧ ਕੇ ਸੰਗ ਸਦਾ ਪ੍ਰਫੁੱਲੇ ਹਮੇਸ਼ਾ ਅੱਛਾ ਇੱਥੇ ਵਰਡ ਸਦਾ ਦੇ ਉੱਤੇ ਫੋਕਸ ਕਰਨਾ ਹੈ ਹਾਂਜੀ ਇਹ ਨਹੀਂ ਹੈ ਵੀ ਇੱਕ ਦਿਨ ਰਹੇ ਆਪਟੀਮਿਜ਼ਮ ਵਿੱਚ ਤੇ ਪੂਰਾ ਹਫ਼ਤਾ ਫਿਰ ਨਿਰਾਸ਼ਤਾ ਵਿੱਚ ਕਲਾਸ ਵਿੱਚ ਆਏ ਗੁਰਬਾਣੀ ਦੀ ਗੱਲ ਸੁਣੀ ਬੜੇ ਖੁਸ਼ ਦੋ ਘੰਟੇ ਬਾਅਦ ਫਿਰ ਉਹੀ ਫਿਰ ਨੀਵੀਂ ਹਾਲਤ ਵਿੱਚ ਦੁਬਾਰਾ ਉਸ ਤਰ੍ਹਾਂ ਨਹੀਂ ਹੈ ਸਦਾ ਪ੍ਰਫੁੱਲੇ ਹਮੇਸ਼ਾ ਉਸ ਐਵਰ ਲਾਸਟਿੰਗ ਆਪਟੀਮਿਜ਼ਮ ਵਿੱਚ ਰਹਿੰਦੇ ਹਨ ਸਾਧ ਕੇ ਸੰਗ ਸਦਾ ਪ੍ਰਫੁੱਲੇ ਤੇ ਸਾਧ ਕਿਉਂ ਫੁੱਲਦੇ ਹਨ ਕਿਉਂਕਿ ਸਾਧ ਕੇ ਸੰਗ ਆਵੇ ਬਸ ਪੰਚਾ ਇਹ ਪੰਜ ਜਿਹੜੇ ਚੋਰ ਜਿਹੜੇ ਹਨ ਤੁਹਾਡੇ ਵੱਸ ਵਿੱਚ ਹੋ ਜਾਂਦੇ ਹਨ ਕ੍ਰੋਧ ਅਹੰਕਾਰ ਲੋਭ ਮੋਹ ਇਹ ਜਿਹੜੀਆਂ ਚੀਜ਼ਾਂ ਤੁਹਾਡੇ ਵੱਸ ਵਿੱਚ ਆ ਜਾਂਦੀਆਂ ਹਨ ਤੁਹਾਡੇ ਕੰਟਰੋਲ ਚ ਇਹ ਤੁਹਾਡੇ ਗਿਆਨ ਇੰਦਰੀਆਂ ਦੇ ਵੱਸ ਵਿੱਚ ਆ ਜਾਂਦੀਆਂ ਹਨ ਤੇ ਜੇ ਮੇਰੀ ਗੱਲ ਤੇ ਹਾਲੇ ਵੀ ਵਿਸ਼ਵਾਸ ਨਹੀਂ ਤੇ ਜੇ ਅਪਰਸ ਦੀ ਪੜਾਂਗੇ ਨਾ ਜਦੋਂ ਡੈਫੀਨੇਸ਼ਨ ਅਸ਼ਪਦੀ ਨੰਬਰ 9 ਵਿੱਚ ਉੱਥੇ ਦੱਸਣਗੇ ਤੁਹਾਨੂੰ ਫਿਰ ਕਿਸ ਤਰ੍ਹਾਂ ਆਉਂਦੀਆਂ ਇਹਨਾਂ ਵਿੱਚ ਕਿ ਕਰਨ ਨਾ ਸੁਣੇ ਕਾਹੂ ਕੀ ਨਿੰਦਾ ਹੁਣ ਕੰਨਾਂ ਤੇ ਕੰਟਰੋਲ ਹੈ ਤੁਹਾਡਾ ਨਹੀਂ ਸੁਣਗੇ ਨਿੰਦਾ ਨਹੀਂ ਨਿੰਦਾ ਹੋ ਹੀ ਜਾਏ ਤੂੰ ਤੁਹਾਡੇ ਕੰਨ ਸ਼ਟ ਆਫ ਹੋ ਜਾਣਗੇ ਉੱਥੇ ਨਹੀਂ ਨਹੀਂ ਸੁਣਨਗੇ ਕਾਹੂ ਕੀ ਨਿੰਦਾ ਨਹੀਂ ਸੁਣਦੇ ਕੰਨ ਅੱਖਾਂ ਨਹੀਂ ਬੁਰਾ ਦੇਖ ਸਕਦੀਆਂ ਜੀਵ ਬੁਰਾ ਬੋਲ ਨਹੀਂ ਸਕਦੀ ਹੁਣ ਜੀਵ ਤੇ ਕੰਟਰੋਲ ਆ ਗਿਆ ਤੁਹਾਡਾ ਪੰਜ ਤੇ ਇਹ ਗਿਆਨ ਇੰਦਰੀਆਂ ਤੇ ਕੰਟਰੋਲ ਇਹ ਵੀ ਸਾਧਨਾ ਦੀ ਬਖਸ਼ਿਸ਼ ਨਾਲ ਆਉਂਦਾ ਹੈ ਪਰਮਾਤਮਾ ਦੇ ਜੁੜੇ ਹੋਏ ਦੀ ਸੰਗਤ ਦੀ ਮਹਾਨਤਾ ਇਤਨੀ ਵੱਡੀ ਹੈ ਕਿ ਇਹ ਸਾਧ ਕੇ ਸੰਗ ਆਵੇ ਬਸ ਪੰਚਾ ਇਹ ਪੰਜ ਚੋਰ ਜਿਹੜੇ ਹਨ ਤੁਹਾਡੇ ਵੱਸ ਵਿੱਚ ਆ ਸਕਦੇ ਹਨ ਉਹਨਾਂ ਸਕੇਲ ਆਫ 1 to 10 ਤੋਂ 1 ਤੋਂ ਸ਼ੁਰੂ ਹੁੰਦਾ ਇੱਕ ਦਿਨ ਨਹੀਂ ਵੀ ਇੱਕ ਦਿਨ ਸੰਗ ਕੀਤਾ ਤੇ ਅਗਲੇ ਦਿਨ ਵੱਸ ਚ ਆ ਗਏ ਉਸ ਤਰ੍ਹਾਂ ਨਹੀਂ ਹੌਲੀ ਹੌਲੀ ਕਰਕੇ ਤੁਹਾਡੇ ਵੱਸ ਵਿੱਚ ਆ ਜਾਂਦੇ ਹਨ ਕਿ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਤੇ ਪੁੰਚਣਾ ਕਹਿੰਦੇ ਹਨ ਵਟ ਇਜ਼ ਅ ਰਾਈਟ ਵਰਡ ਫੋਰ ਪੁੰਚਣਾ ਯੂ ਨੋ ਬੀ ਕੇਅਰਫੁਲ ਲੋਟ ਆਫ ਡਾਕਟਰਸ ਮਾਈਟ ਬੀ ਲਿਸਨਿੰਗ ਟੂ ਦਿਸ ਬ੍ਰੌਡਕਾਸਟ ਹੇਅਰ ਤੇ ਪੁੰਚਣਾ ਕਹਿੰਦੇ ਹਨ ਜਦੋਂ ਇਨਸਾਨ ਖਾਣਾ ਖਾਂਦਾ ਹੈ ਯੂ ਨੋ So let's say I like something, you know, I like ice cream. So my ice cream khadi ya kuch bhi khada, mitha lagya mere shreer nu, muh nu, bada swaad aaya, to andar chala gaya khana ho. Te andar ja ke ode jo chemical changes aandiyan, right, khane vich, ode vichon fir bada kuch banda hai, khoon banda hai, ye banda hai, whatever it is, you know, banda hai. Unnu punchna kehnde hain, punch janda hai. Mane ki oh jehda khada hoya jehda, oh lag gaya usnu to. Hanji. Ode vichon fayde hone shuru ho gaye usnu. Te ਬਾਣੀ ਪੜ੍ਹ ਲੈਣੀ ਕੀਰਤਨ ਕਰ ਲੈਣਾ ਬਾਣੀ ਦੇ ਅਰਥ ਸਮਝ ਲੈਣੇ ਪੁੰਚਣਾ ਨਹੀਂ ਹੈ ਪੁੰਚਣਾ ਹੈ ਜਦੋਂ ਬਾਣੀ ਪੜ੍ਹ ਲੈਣੀ ਕੀਰਤਨ ਸੁਣ ਲੈਣਾ ਕੀਰਤਨ ਕਰ ਲੈਣਾ ਤੇ ਕੀਰਤਨ ਵਿੱਚ ਰਸ ਆ ਕੇ ਤੇ ਕੀਰਤਨ ਰਾਹੀਂ ਉਸ ਪਰਮਾਤਮਾ ਤੱਕ ਪਹੁੰਚ ਜਾਣਾ ਉਹ ਇੰਟਰਨਲਾਈਜ਼ ਕਰ ਲੈਣਾ ਉਹ ਪੁੰਚਣਾ ਹੈ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਜਦੋਂ ਰਚੀ ਗਈ ਤੇ ਭਾਈ ਗੁਰਦਾਸ ਜੀ ਪੁੱਛਦੇ ਹਨ ਮਹਾਰਾਜ ਇੱਥੇ ਐਂਡ ਹੈ ਕਹਿਣ ਲੱਗੇ ਨਹੀਂ ਹਾਲੇ ਮੁੰਦਿਆ ਨਹੀਂ ਹੈ ਮੁਧਾਵਣੀ ਦੀ ਰਚਨਾ ਬਾਅਦ ਵਿੱਚ ਹੋਈ ਮੁਧਾਵਣੀ ਮਹੱਲਾ ਪੰਜਵਾਂ ਤੇ ਮੁਧਾਵਣੀ ਵਿੱਚ ਹੀ ਪੁੰਚਣ ਦੀ ਗੱਲ ਆਈ ਤੇ ਮੁਧਾਵਣੀ ਹੈ ਮੁੰਦ ਲੈਣਾ ਕੰਕਲੂਡ ਕਰ ਲੈਣਾ ਕਿਸੇ ਗੱਲ ਦਾ ਮੁੰਦ ਕੇ ਗੱਲ ਰੱਖ ਦੇਣੀ ਸਭ ਕੇ ਉਹ ਹੈ ਕਿ ਮੁਧਾਵਣੀ ਮਹੱਲਾ ਪੰਜਵਾਂ ਕੀ ਹੋਣੀ ਪਹਿਲੀਆਂ ਲਾਈਨਾਂ ਕਿ ਥਾਲ ਵਿੱਚ ਹੈ ਤੇ ਤਿੰਨ ਵਸਤੂ ਪਾਈਆਂ ਸਨ ਤੇ ਨਾਮ ਤੇ ਪਹਿਲੇ ਦਾ ਨਾਮ ਪਿਓ ਹੈ ਵਰਡ ਆਇਆ ਹੈ ਪਾਇਓ ਤੇ ਪਿਓ ਦਾ ਧਿਆਨ ਰੱਖਣਾ ਉਹਨਾਂ ਲਾਈਨਾਂ ਵਿੱਚ ਹਾਂਜੀ ਮੈਂ ਹੁਣ ਉਹਨਾਂ ਮੁਧਾਵਣੀ ਦੀ ਮੈਂ ਵਿਆਖਿਆ ਨਹੀਂ ਕਰਨੀ ਪਰ ਮੁਧਾਵਣੀ ਵਿੱਚੋਂ ਅਸੀਂ ਇਸ ਲੈਸਨ ਲੈਣਾ ਹੈ ਕਿ ਥਾਲ ਵਿੱਚ ਤਿੰਨ ਵਸਤੂ ਪਾਈਓ ਪਾ ਦਿੱਤੀਆਂ ਤੇ ਹੁਣ ਕੋਈ ਖਾਵੇਗਾ ਹੁਣ ਦੇਖੋ ਨਾ ਤੁਸੀਂ ਹੁਣ ਕਿਸੇ ਨੇ ਥਾਈ ਫੂਡ ਬੜਾ ਪਸੰਦ ਹੋਵੇ ਕਿਸੇ ਨੂੰ ਮੈਨੂੰ ਅੱਛਾ ਲੱਗਦਾ ਤੇ ਮੈਂ ਜਾ ਕੇ ਬਾਜ਼ਾਰੋਂ 4 ਰੈਸਿਪੀਜ਼ ਬੁੱਕਸ ਲੈ ਆਵਾਂ ਹਾਂਜੀ ਐਮਾਜ਼ੋਨ ਤੋਂ ਮੰਗਵਾ ਲਵਾਂ ਫਿਰ ਸਾਰੇ ਇਨਗਰੀਡੀਅੰਟ ਇਕੱਠੇ ਕਰ ਲਓ ਉਪੇ ਇਨਗਰੀਡੀਅੰਟ ਮੇਰੇ ਸਾਹਮਣੇ ਰੈਸਿਪੀ ਬੁੱਕ ਸਭ ਕੁਛ ਰੈਡੀ ਹੈ ਮੇਰਾ ਬਣਾਵਾਂ ਹੀ ਨਾ ਖਾਣਾ ਪਈਆਂ ਰਹਿਣ ਖਾਲੀ ਉਹ ਚੀਜ਼ਾਂ ਤੇ ਜੇ ਬਣਾ ਲਵਾਂ ਤੇ ਬਣਾ ਕੇ ਖਾਲੀ ਦੇਖਾਂ ਉਹਨੂੰ ਮੈਂ ਅੱਛੀ ਤਰ੍ਹਾਂ ਤੇ ਖਾਵਾਂ ਨਾ ਤੇ ਫਿਰ ਕੀ ਫਾਇਦਾ ਹੋਇਆ ਤੇ ਜੇ ਖਾ ਲਿੱਤਾ
मूंछ पाया ते मूंछ पाके उल्टी कर दी मैं मूंछ पाया ते चिथिया ते थुक दिता उस बार ते ओ ओ की होया उदा उदा फायदा है कोई उदा उधार ते ताही होना है कि जे को खावे जे को पुंचे तिसका होए उधारो नहीं उधार हो सकता जब तक पुंचोगे नहीं ते पुंचना की है बाणी दा पुंचना की है बाणी दा पुंचना है बाणी दे ओ जड़ा भाव जड़ी नॉलेज है उस तू इंटरनलाइज करके अपनी जो जिंदगी विच वरते उसनु ओ जिंदगी ओ जी बन जावे जो जी लिखी हुई है ओ पुंचना है ते जिहड़े जिहड़े नहीं पुंच सकदे उधार नहीं उहनां दा हुंदा जे को खावे जे को पुंचे तिसका होई उधारो ए वस्त लेकिन एक वारी जदों पुंच जांदा है एक वारी जदों स्वाद आ जांदा है एक वारी उहदे फायदे पते लग जांदे हन फिर ए वस्तु छोड़ी नहीं जा सकती तिसका होए उधारो ते अगली लाइन की है ए वस्त तजी ना जाए फिर किसा छोड़ सकदा बंदा फिर कि छोड़ सकदा उसनु फिर पुंच पुंचन की आदत जे पै गई है तो बाणी का पुंचना है बाणी नू इंटरनलाइज करके बाणी नू अपनी लाइफ का हिस्सा बनाना साध संग अमृत रस पुंचा परमात्मा दे जना दा संग करके उस नाम रूपी अमृत दे रस नू इंटरनलाइज करता है वो अपनी लाइफ ते बदलता ही है वो दूसरों दे लाइफ ते बहुत वड्डा असर छोड़ जाता है बड़ा वड्डा ये है बाणी दे रस नू पुंचना ए बाणी दे अमृत वर्गे रस नू चूसना उसनु ते अंदर इंटरनलाइज करके ताकि बाणी अंदर जाके जिस तरह खाना बंदा पुंचदा है ते उदे नाल खून वधदा है हड्डियां ते असर पैंदा है कैल्शियम आंदा है हर चीज उसे जीवन विच उदे शरीर नू लगदी है वो चीज जिहड़ी है उसी तरह बाणी दे पुंचण नाल परमात्मा हर एक रंग रंग विच रोम रोम विच परमात्मा दा वास हुंदा है उस बंदे दा साध संग अमृत रस पुंचा साध संग जो अमृत रस पुंच गया जो परमात्मा दे नेड़े आ गया ते फिर ते निम्रता ते आनी आनी है उदे अंदर निम्रत होना ही होना है क्योंकि ए ते गुरु नानक दे घर दा पहला रस्ता है निम्रता ते सब तो पहला कंडीशन लगाई ने साध संग होए सब की रेन रेन कहते हैं झूड़ धूड़ नू चरना दी धूड़ नू भाव अपने नू नीवा गिणते हैं बहुत उच्चा नहीं गिणते और एक गल मैं होर कह दिया आई विश आई हैड दैट war in front of me maybe next time if somebody reminds me I will bring that war bhai gurdas vargi sikhi kisse ne samjhi nahi eh gal clarity nal kar la main gal aj tuhanu tai maharaj ne jadon bani likhi gayi te unna di wara jadon kabit savaiye padhe te maharaj kehne lage ki eh bani gurgan sahib maharaj de chadan yog hai bani tuhanu eh tuhadi bani भाई साहब जी गुरु ग्रंथ साहिब महाराज की बाणी का हिस्सा बननी चाहिए है हाथ जोड़ के खड़े हो गए कहन लगे नहीं मैं दासां दा दास हाँ मेरी बाणी तुहाड़े तुल नहीं है ते फिर वर दे दिता बाणी नू जाओ ठीक है बाणी चढ़ाई ते नहीं तुहाड़ी लेकिन जिहड़ी तुहाड़ी बाणी नहीं पढ़ेगा ना उन्हूं गुरु ग्रंथ साहिब महाराज की बाणी समझ नहीं आ सकती कुंजी कह दिता उन्हां दी बाणी नू चाबी है तुहाड़ी बाणी लेकिन पढ़दे नहीं असीं बड़े घट हाँ जिहड़े भाई गुरदास तों स्टडी करदे हन ਉਹਨਾਂ ਦੇ ਕਬਿਤ ਸਵੀਅ ਤੇ ਉਹਨਾਂ ਦੀਆਂ ਵਾਰਾਂ ਕਿਉਂਕਿ ਭਾਈ ਗੁਰਦਾਸ ਨੇ ਸਿੱਖੀ ਨੂੰ ਜਿੰਨਾ ਕਲੋਜ਼ਲੀ ਸਮਝਿਆ ਕਿ ਕੋਈ ਬੰਦਾ ਨਹੀਂ ਸਮਝ ਸਕਿਆ ਆਪਣੀ ਲਾਈਫ ਵਿੱਚ ਤੇ ਭਾਈ ਸਾਹਿਬ ਇੱਕ ਵਾਰ ਵਿੱਚ ਨਾਨਕ ਦੇ ਘਰ ਦੀ ਨਿਮਰਤਾ ਦੀ ਡੈਫੀਨੇਸ਼ਨ ਦਿੰਦੇ ਹਨ ਨਾਨਕ ਦੇ ਘਰ ਦੀ ਨਿਮਰਤਾ ਬਾਕੀ ਘਰਾਂ ਦੀ ਨਿਮਰਤਾ ਤੋਂ ਅਲੱਗ ਹੈ ਆਈ ਵਿਸ਼ ਆਈ ਹੈਡ ਦ ਵਾਰ ਇਨ ਫਰੰਟ ਆਫ ਮੀ ਟੂ ਟਾਕ ਅਬਾਊਟ ਮੇ ਬੀ ਨੈਕਸਟ ਟਾਈਮ ਆਈਲ ਬ੍ਰਿੰਗ ਇਟ ਵਿਦ ਮੀ ਕਿ ਇੱਥੇ ਉਹ ਨਿਮਰਤਾ ਨਹੀਂ ਹੈ ਇੱਕ ਤੇ ਨਿਮਰਤਾ ਹੁੰਦੀ ਹੈ ਕਿ ਬੰਦੇ ਕੋਲ ਕੁਛ ਹੈ ਹੀ ਨਹੀਂ ਉਹ ਤੇ ਨਿਮਰ ਹੀ ਹੋਣਾ ਨਾ ਉਸਨੇ ਹਾਂਜੀ ਮੈਂ ਗਰੀਬ ਹਾਂਜੀ ਮੈਂ ਕੋਈ ਜ਼ਿਆਦਾ ਪੈਸੇ ਨਹੀਂ ਹਨ ਹਾਂਜੀ ਕੋਈ ਜ਼ਿਆਦਾ ਫਰੈਂਡ ਨਹੀਂ ਹਨ ਤੇ ਨਿਮਰਤਾ ਆਉਣੀ ਹੈ ਮੇਰੀ ਲਾਈਫ ਵਿੱਚ ਕਿਉਂਕਿ ਕੀ ਕਰਾਂ ਮੈਂ ਕਮੈਂਟ ਤੇ ਕਰ ਨਹੀਂ ਸਕਦਾ ਕਿਸੇ ਚੀਜ਼ ਦਾ ਮੈਂ ਤੇ ਇੱਕ ਹੋਵੇ ਅਮੀਰ ਗੁਰਦੁਆਰੇ ਦਾ ਪ੍ਰੈਜ਼ੀਡੈਂਟ ਹੋਵੇ ਗੁਰਦੁਆਰੇ ਉਹਦੇ ਥੱਲੇ ਚੱਲਦੇ ਹੋਣ ਜਾਂ ਵੱਡੇ ਕੰਪਨੀਆਂ ਥੱਲੇ ਚੱਲਦੇ ਹੋਣ ਰਾਜਾ ਹੋਵੇ ਫਿਰ ਵਿਦਿਆ ਵਿੱਚ ਪ੍ਰਵੀਣ ਹੋਵੇ ਬੜਾ ਪੜ੍ਹਿਆ ਲਿਖਿਆ ਹੋਵੇ ਹਾਂਜੀ ਬਹੁਤ ਪੜ੍ਹਿਆ ਲਿਖਿਆ ਹੋਵੇ ਤੇ ਉਹ ਬੰਦਾ ਜਾ ਕੇ ਉਸ ਬੰਦੇ ਵਿੱਚ ਅਤ ਨਿਮਰਤਾ ਜਦੋਂ ਆ ਜਾਵੇ ਤੇ ਭਾਈ ਨੰਦ ਲਾਲ ਜਦੋਂ ਦਰਸ਼ਨ ਕਰਕੇ ਇੱਕ ਵਾਰੀ ਮਨ ਚ ਆਇਆ ਕਿਉਂਕਿ ਭਾਈ ਨੰਦ ਲਾਲ ਦੀ ਅਵਸਥਾ ਬਹੁਤ ਪੜ੍ਹੇ ਲਿਖੇ ਸਨ ਮੈਨੀ ਆਫ ਅਸ ਮਾਈਟ ਨਾਟ ਨੋ ਦਿਸ ਭਾਈ ਨੰਦ ਲਾਲ ਮੁਗਲ ਗਵਰਨਮੈਂਟ ਵਿੱਚ
मुगल गवर्नमेंट दे थले शाहजहां दी गवर्नमेंट दे थले मीर मुंशी सन आई डोंट नो वेदर पीपल सम ऑफ अस माइट नॉट नो दिस मीर मुंशी मुंशी सेक्रेटरी हुंदा टू द गवर्नमेंट ऑफ किसी गवर्नमेंट दा ते मीर मुंशी चीफ सेक्रेटरी टू द गवर्नमेंट ऑफ इंडिया योर व्हिच हाईएस्ट सिविल सर्वेंट दी पोजीशन है नॉन इलेक्टेड ऑफिशियल जड़े ना उस तो सब तो उच्ची है जड़े पोजीशन जड़ी है मीर मुंशी दी हुंदी है मेनी ऑफ अस माइट नॉट नो दिस भाई नंद लाल शाहजहां की गवर्नमेंट औरंगजेब की गवर्नमेंट मीर मुंशी की पदवी से सन बहुत वड्डे विद्वान सन संस्कृत फारसी आप पढ़े लिखे सन इतने तक इन्होंने किताब लिखी उन्होंने कि हाउ टू राइट एन ऑफिशियल लैटर अर्जियां किसान लिखनिया हैं लैटर किंज लिखनिया हैं योजे मीर मुंशी योजे पढ़े लिखे इंसान जो संगत दे जूठे भांडे की सेवा जो गुरु देंदे उन्होंने ये निम्रता उन्होंने जूठे भांडण मांजण तो बाद निम्रता जो जागती है अंदरों ये उदा फल है उदा यो जे बंदे जो निम्र हो बंदे ते भाई गुरुदास जी क्लैरिफाई करते हैं अपनी वार विच वह निम्रता वाला नहीं है जिन्हों कुछ ना आंदा होवे वह निम्रता वाला नहीं है जिहड़ा पढ़िया लिखिया ना होवे वह ते निम्रता आनी आनी है निम्रता वाला वह है जिहड़ा पढ़िया लिखिया होवे विद्वान होवे परमात्मा नाल पहुंचिया होवे राजा होवे सब कुछ कंट्रोल करदा होवे ते फिर भी अपने आप नूं दूसरिआं दी चरण तूड़ समझे बहुत मुश्किल है करना हो ते मैं कुछ मैं याद रहा ते नेक्स्ट टाइम आई विल ब्रिंग दी वार विद मी एंड आई डिस्कस दैट वार कितने प्यार नाल भाई साहब ने इस निम्रता दे सिखिज्म दे चैप्टर नूं समझाया उस वार विच ते इस इत्थे वर्ड आए हन साध संग होए सब की रहे ते साथ के संग मनोहर बहन ते इतने निम्रता वाला बंदा ते फिर उदे मुंहों किसा को बोल निकल सकते हैं बहन मने मुंह तो शब्द निकलने उदे विचो कोड़े शब्द नहीं निकल सकते ते जिदे मुंहों हाले भी कोड़े शब्द निकलते हैं जड़ा दूसरे दी फीलिंग नू ठेस पहुंचा सकता है हाले भी ओ परमात्मा तक हाले नेड़े नहीं आया उदे क्योंकि परमात्मा दे नेड़े रहने वाले बंदे दूसरे नू कदी ठेस नहीं पहुंचा सकते कोशिश भी करन ते जबान बंद हो जाएगी उन्हां दी ओ दूसरा नु तकलीफ नहीं उन्होंने मनोहर बैन है उन्होंने मुंह निकले हुए जेडे बचन हैं बड़े मनोहर हैं बड़े स्वीट हैं उस स्वीटनेस विच रहंदे हैं हमेशा साथ संग हो सबकी रहन साथ के संग मनोहर बैन ते साथ के संग न कतहु तावे तावे मने तावना जंपिंग फ्रॉम वन प्लेस टू दी अदर नॉट बीइंग फोकस्ड ऑन वन थिंग कदी ऐ कर रहा कदी ओ कर रहा कदी उथे जा रहे कदी ऐ कर रहा सवेरे 6 बजे आ कर रहा है फिर सवेरे 9 बजे कर रहा है जीवन च दौड़ भज लगी हुई है बेचारे कदी जगह ठहर के बैठ के चिंतन करन दी किसी नूं टाइम नहीं मिलता ते इहो जे बंदियां दा संग करन नाल जीवन दे विच धावणा रुक जांदी है शांति आ जांदी है जीवन दे विच जिहड़ा है तुहाडी लाइफ विच बहुत जगह दौड़ भज घट जांदी है उस इंसान दी क्यों दौड़ भज घट जांदी है कि उहनूं पता लग जांदा है कि एक ऊपर जतन इंपोर्टेंट है परमात्मा की प्राप्ति सब तो वड्डा गोल है उस बंदे नूं सेवा विच जुड़दा है सेवा करन वाला बंदा संतोखी हो जांदा है संतोखी बंदे दे अंदर तावना घट जांदी है तावना कटण नाल परमात्मा नेड़े आंदा है ये सारे गुण तावना कटण नाल आंदे हन साथ के संग सब होए सब की रहन साथ के संग मनोहर बहन साथ के संग न कतहु तावे तावना कटण नाल फोकस वधदा है बड़ा फिर साथ के संग अस्थित मन पावे वो मन एक चित होके अस्थित मन पा लैंदा है वो बड़ा टिकाऊ वाला मन पा लैंदा है कॉन्सेंट्रेशन वध जांदी है हुण बाणी पढ़दा है ते 10 मिनट बाणी पढ़दा है ते ध्यान उधर नहीं जांदा पहले 1 मिनट पढ़दा सी ते ध्यान किधरे होर चला जांदा हुण कीर्तन करदा है ते हजूरी विच कीर्तन करदा है कीर्तन करदिआं 10-15 मिनट कीर्तन करदा है अद्धा घंटा कीर्तन करदा है ते इंज महसूस होंदा है कि गुरु नाल बैठे हैं ध्यान इधर उधर भटकदा नहीं होता बाणी पढ़न वाले सेवा करन वाले गुरुद्वारे बैठ के कीर्तन सुनन वाले कीर्तन सिखाण वाले कीर्तन करन वाले बाणी मन भटकदा नहीं उसका क्योंकि अस्थित मन पावे उसके अंदर कॉन्सेंट्रेशन वध जाती है फिर इहो जी कॉन्सेंट्रेशन परमात्मा कईआं नूं दे दिंदे हन जिहड़े 2-2, 3-3, 4-4 घंटे कीर्तन करदे हन बाणी पढ़दे हन ते उहनां दा मन इधर उधर नहीं दौड़दा उहनां दा मन एक जगह रहिंदा है ये भी एक एक्सरसाइज है लाइफ की सारे नहीं कर सकते कई 5 मिनट नहीं कर सकते 5 मिनट अपने मन नु जोड़ नहीं सकते उन्हों का मन इधर उधर दौड़ेगा कभी यह सोचेगा कभी वह सोचेगा लेकिन यो जे साधु जन का संघ करदे साथ के साथ संघ
ਅਸਥਿਤ ਮਨ ਪਾਵੇ ਇਹੋ ਜਿਹੀ ਕੰਸੈਂਟ੍ਰੇਸ਼ਨ ਵਾਲੀ ਜ਼ਿੰਦਗੀ ਉਹਨਾਂ ਨੂੰ ਮਿਲ ਜਾਂਦੀ ਹੈ ਕਿ ਸਾਧ ਕੇ ਸੰਗ ਮਾਇਆ ਤੇ ਭਿੰਨ ਭਿੰਨ ਮਨੇ ਅਲੱਗ ਡਿਫਰੈਂਟ ਉਹ ਇਸ ਜ਼ਿੰਦਗੀ ਵਿੱਚ ਜੀਂਦੇ ਹਨ ਪਰਿਵਾਰ ਵਿੱਚ ਰਹਿੰਦੇ ਹਨ ਤੇ ਰਹਿ ਕੇ ਵੀ ਪਰਮਾਤਮਾ ਨਾਲ ਜੁੜੇ ਰਹਿੰਦੇ ਹਨ ਤੇ ਮਾਇਆ ਦਾ ਸੰਗ ਘੱਟ ਜਾਂਦਾ ਹੈ ਮਟੀਰੀਅਲ ਪੋਜੈਸ਼ਨ ਨਾਲ ਪਿਆਰ ਉਹਨਾਂ ਦਾ ਘੱਟ ਜਾਂਦਾ ਹੈ ਇਹਦਾ ਮਤਲਬ ਨਹੀਂ ਕਿ ਮਟੀਰੀਅਲ ਪੋਜੀਸ਼ਨ ਰੱਖਦੇ ਨਹੀਂ ਹੋ ਲੇਕਿਨ ਉਹ ਆਪਣੀ ਪੂਰੀ ਜ਼ਿੰਦਗੀ ਮਟੀਰੀਅਲ ਪੋਜੀਸ਼ਨ ਇਕੱਠਣ ਕਰਨ ਵਾਸਤੇ ਨਹੀਂ ਰੱਖਦੇ ਉਹ ਉਤਨਾ ਪਿਆਰ ਨਹੀਂ ਕਰਦੇ ਮਟੀਰੀਅਲ ਪੋਜੀਸ਼ਨ ਜਿਤਨਾ ਅਸੀਂ ਕਰਦੇ ਹਾਂ ਸਾਰਾ ਜਿਤਨਾ ਮੈਂ ਕਰਦਾ ਹਾਂ ਉਹਨਾਂ ਦੀ ਲਾਈਫ ਵਿੱਚ ਹੋਰ ਚੀਜ਼ਾਂ ਜ਼ਿਆਦਾ ਇੰਪੋਰਟੈਂਟ ਹੋ ਜਾਂਦੀਆਂ ਹਨ ਤੇ ਸਡਨਲੀ ਮਟੀਰੀਅਲ ਪੋਜੀਸ਼ਨ ਨਾਲ ਪਿਆਰ ਕਰਨ ਦੀ ਅਵਸਥਾ ਜਦੋਂ ਘਟਦੀ ਹੈ ਤੇ ਪਰਮਾਤਮਾ ਨਾਲ ਪਿਆਰ ਵਧਣਾ ਸ਼ੁਰੂ ਹੋ ਜਾਂਦਾ ਹੈ ਉਹਨਾਂ ਦਾ ਸਾਧ ਸੰਗ ਅਸਥਿਤ ਮਨ ਪਾਵੇ ਸਾਧ ਸੰਗ ਮਾਇਆ ਤੇ ਭਿੰਨ ਤੇ ਨਾਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਤੇ ਪਰਮਾਤਮਾ ਉਹਨਾਂ ਤੇ ਖੁਸ਼ ਹੋ ਜਾਂਦਾ ਫਿਰ ਨਾਨਕ ਸੋ ਪ੍ਰਸੰਨ ਹੇ ਨਾਨਕ ਸਾਧੂ ਦਾ ਸੰਗ ਕਰਨ ਨਾਲ ਪਰਮਾਤਮਾ ਤੇਰੇ ਤੇ ਖੁਸ਼ ਹੋ ਜਾਂਦਾ ਹੈ ਪਰਮਾਤਮਾ ਖੁਸ਼ ਨਾਨਕ ਸੋ ਪ੍ਰਭ ਸੋ ਪ੍ਰਸੰਨ ਪ੍ਰਸੰਨ ਹੁੰਦਾ ਹੈ ਖੁਸ਼ ਹੋਣਾ ਸੋ ਪ੍ਰਸੰਨ ਹੁੰਦਾ ਹੈ ਬਹੁਤ ਖੁਸ਼ ਹੋਣਾ ਪਰਮਾਤਮਾ ਉਸਨੂੰ ਫਿਰ ਭਾਗ ਲੱਗਦੇ ਹਨ ਨਾਮ ਦੇ ਉਹਦੇ ਅੰਦਰ ਫਿਰ ਨਾਮ ਦੀ ਰੋਹ ਲੱਗਦੀ ਹੈ ਉਹਦੇ ਅੰਦਰ ਫਿਰ ਸੇਵਾ ਦੀ ਰੋਹ ਲੱਗਦੀ ਹੈ ਉਹ ਆਪਣਾ ਜੀਵਨ ਨਹੀਂ ਸਵਾਰਦਾ ਦੂਸਰਿਆਂ ਦੇ ਜੀਵਨ ਵਿੱਚ ਬੜਾ ਬਦਲਾਵ ਲੈ ਕੇ ਆਉਂਦਾ ਹੈ ਜਿੱਥੇ ਜਾਂਦਾ ਹੈ ਉਹਦੀ ਖੁਸ਼ਬੂ ਜਾਂਦੀ ਹੈ ਨਾਲ ਜਿੱਥੇ ਬੈਠਦਾ ਹੈ ਉਹ ਜਿੱਥੇ ਜਾਣਗੇ ਉੱਠਣਗੇ ਬੈਠਣਗੇ ਉਹ ਬੰਦੇ ਫਿਰ ਜਾਂਦੇ ਹਨ ਜਦੋਂ ਉਹ ਬੰਦਿਆਂ ਦਾ ਅਸਰ ਫਿਰ ਲੌਂਗ ਟਰਮ ਉਹਨਾਂ ਦੀ ਜ਼ਿੰਦਗੀ ਤੇ ਪੈਂਦਾ ਹੈ ਇਹੋ ਜਿਹੇ ਬੰਦੇ ਦੁਨੀਆਂ 'ਚ ਬੜੇ ਘੱਟ ਹਨ ਸੋ ਜੇ ਮਿਲਣ ਬੰਦੇ ਉਹਨਾਂ ਦਾ ਸੰਗ ਕਰੋ ਪਰ ਇਹ ਇਨਕਰੇਜ ਕਰਦੇ ਹਨ ਗੁਰਦੇਵ ਮਹਾਰਾਜ ਅਸ਼ਵਦੀ ਵਿੱਚ ਕਿ ਇਹਨਾਂ ਸੰਤ ਜਨਾਂ ਦਾ ਇਹਨਾਂ ਸਤਸੰਗੀਆਂ ਦਾ ਇਹਨਾਂ ਦਾ ਜਨ ਇਹਨਾਂ ਦਾ ਸਤਸੰਗ ਬਹੁਤ ਇੰਪੋਰਟੈਂਟ ਹੈ ਇਹਨਾਂ ਦਾ ਸਤਸੰਗ ਕਰਨ ਨਾਲ ਪਰਮਾਤਮਾ ਦੀ ਪ੍ਰਾਪਤੀ ਈਜ਼ੀ ਹੋ ਜਾਂਦੀ ਹੈ ਤੇ ਇਸ ਅਸ਼ਵਦੀ ਵਿੱਚ ਇਹਨਾਂ ਗੁਣਾਂ ਨੂੰ ਨਿਪੁਰਨ ਕਰਕੇ ਹੁਣ ਅਗਲੀ ਪਤਾ ਲੈਣਗੇ ਆਈਲ ਟੇਕ ਅ ਫਿਊ ਮਿੰਟਸ ਬ੍ਰੇਕ ਦੋ ਟੂ ਸੀ ਇਫ ਐਨੀਬਡੀ ਹੈਜ਼ ਐਨੀ ਕੁਐਸਚਨਸ ਔਰ ਨਾਟ ਬਿਫੋਰ ਵੀ ਮੂਵ ਫਾਰਵਰਡ gives me a break also for a few seconds. And then I would like to say that the parents understand that that's very good. But words bada punchda na to see ki assi sukh likhi hai ke dekho khave dekho puncha kiska hoye udharo ye punchna is hajam karna just take example of dawai agar dawai andar jandi hai banda theek ho janda hai kiyan ulti ho jandi hai to asar nahi hunda te banda usse hi rehnda hai same thing jo tusi ke gurbani da asar hoega bande te to character theek ho janda hai ਜਦ ਤੱਕ ਪੁੱਛੇਗਾ ਨਹੀਂ ਜਦ ਤੱਕ ਪੁੱਛੇਗਾ ਨਹੀਂ ਤਦ ਤੱਕ ਅਸਰ ਨਹੀਂ ਹੈ ਉਹਦਾ ਯੂ ਨੋ ਸੋ ਇਟਸ 10:03 ਮੈਨੂੰ ਸਵੀਟੀ ਦੀ ਰਿਕੁਐਸਟ ਆਈ ਹੈ ਕਿ ਬਹੁਤ ਕੁਐਸਚਨ ਲੋਕ ਪੁੱਛਦੇ ਹਨ ਸੰਗਰਾਂਦ ਬਾਰੇ ਯੂ ਨੋ ਤੇ ਆਈ ਵਾਂਟ ਟੂ ਸੇ ਅ ਫਿਊ ਵਰਡਸ ਤੇ ਪਹਿਲੀ ਗੱਲ ਤੇ ਇਹ ਹੈ ਕਿ ਇੱਕ ਦਿਨ ਦੂਸਰੇ ਦਿਨ ਨਾਲੋਂ ਚੰਗਾ ਨਹੀਂ ਹੈ ਕੋਈ ਹਾਂਜੀ ਇੱਕ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਜਿਹੜੀ ਮੈਂ ਸਾਰਿਆਂ ਨੂੰ ਇਨਕਰੇਜ ਕਰਾਂਗਾ ਪੜ੍ਹਨ ਵਾਸਤੇ ਉਸ ਬਾਣੀ ਦਾ ਨਾਂ ਹੈ ਥਿੱਤੀ ਗੌੜੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰਗੰਦੇਵ ਮਹਾਰਾਜ ਦੀ ਰਚੀ ਹੋਈ ਬਾਣੀ ਹੈ ਤੇ ਇੱਕ ਸੁਖਮਨੀ ਸਾਹਿਬ ਜੋ ਬਾਣੀ ਦਾ ਜਿੱਥੇ ਐਂਡ ਆਉਂਦਾ ਹੈ ਜਿੱਥੇ ਉਸ ਤੋਂ ਬਾਅਦ ਥਿੱਤੀ ਗੌੜੀ ਸ਼ੁਰੂ ਹੁੰਦੀ ਹੈ ਉੱਥੋਂ ਉਸ ਦੈਟ ਇਜ਼ ਅ ਸਟਾਰਟਿੰਗ ਪੁਆਇੰਟ ਆਫ ਦੈਟ ਬਾਣੀ ਥਿੱਤ ਕਹਿੰਦੇ ਹਨ ਡੇਟ ਨੂੰ ਹਾਂਜੀ ਥਿੱਤੀ ਜਾਂ ਥਿੱਤ ਕਹਿ ਲਓ ਥਿਤਵਾਰ ਨਾ ਜੋਗੀ ਜਾਣੇ ਸੁਖ ਜਪਜੀਵ ਜੀ ਵਰਡ ਆਏ ਹਨ ਸੁਰਿੰਦਰ ਜੀ ਤੁਸੀਂ ਕਹਿ ਰਹੇ ਹੋ ਜਲਥਲ ਮਈ ਅਲਪੂਰੀਆ ਸਵਾਮੀ ਸਿਰਜਣਾ ਉਹਦੇ ਜਿਹੜੀ ਨੈਕਸਟ ਆਉਂਦੀ ਹੈ ਸੁਖਮਨੀ ਸਾਹਿਬ ਤੋਂ ਬਾਅਦ ਸੁਖਮਨੀ ਸਾਹਿਬ ਮੈਂ ਪਹਿਲੇ ਵਰਡ ਮੈਨੂੰ ਯਾਦ ਨਹੀਂ ਹੈ ਲੇਕਿਨ ਥਿੱਤੀ ਗੌੜੀ ਆਈ ਥਿੰਕ ਦੈਟ ਮਾਈਟ ਬੀ ਦ ਵਨ ਆਈ ਸਮਬਡੀ ਕੈਨ ਚੈੱਕ ਇਟ ਅਪ ਵਾਈਲ ਆਈ ਐਮ ਸਪੀਕਿੰਗ ਬਟ ਉਸ ਥਿੱਤੀ ਗੌੜੀ ਦੀ ਬਾਣੀ ਵਿੱਚ ਪੂਰਾ ਜਿਹੜਾ ਮਜ਼ਮੂਨ ਹੈ ਨਾ ਬਾਣੀ ਦਾ ਉਹ ਇਹ ਹੈ ਕਿ ਇੱਕ ਦਿਨ ਜਿਹੜਾ ਵਾ ਕੋਈ ਪਰਟੀਕੂਲਰ ਇੱਕ ਦਿਨ ਦੂਸਰੇ ਦਿਨ ਨਾਲੋਂ ਬੈਟਰ ਤੇ ਵਰਸ ਨਹੀਂ ਹੈ ਹਾਂਜੀ ਉਹ ਦਿਨ ਸੁਭਾਗਾ ਹੈ ਜਿਸ ਦਿਨ ਪਰਮਾਤਮਾ ਯਾਦ ਆਏ ਤੇ ਅੱਜ ਕੱਲ ਇੱਕ ਗੁਰਦੁਆਰਿਆਂ ਵਿੱਚ ਬਹੁਤ ਜਗ੍ਹਾ ਜਿਹੜਾ ਹੈ ਅੱਜ ਕੱਲ ਨਵੀਂ ਥਾਟ ਹੈ ਕਿ ਸੰਗਰਾਂਦ ਜਿਹੜਾ ਹੈ ਜਿਹੜੇ ਮਨਾਉਂਦੇ ਹਨ ਮਹੀਨੇ ਦਾ ਜਿਹੜਾ ਪਹਿਲਾ ਦਿਨ ਹੈ ਯੂ ਨੋ ਮਨਾਇਆ ਜਾਂਦਾ ਹੈ ਯੂ ਨੋ ਕਿ ਇਹ ਹਿੰਦੂਇਜ਼ਮ ਨਾਲ ਕਨੈਕਟਡ ਹੈ ਸਾਡੇ ਨਹੀਂ ਦੇਖੋ ਗੁਰੂ ਮਹਾਰਾਜ ਟਾਈਮ ਉਸ ਵੇਲੇ ਵੀ ਗੁਰਦੁਆਰਿਆਂ ਵੀ ਸੰਗਰਾਂਦ ਦੀ ਰਹੀ ਹੈ ਮਨਾਉਣ ਦੀ ਹੁਣ ਇਹ ਨਹੀਂ ਹੈ ਕਿ ਉਹ ਹੀ ਦਿਨ ਸਭ ਤੋਂ ਚੰਗਾ ਹੈ ਤੇ ਬਾਕੀ ਉਸ ਤੋਂ ਪਿਛਲੇ ਦਿਨ ਤੇ ਅਗਲੇ ਦਿਨ ਜਿਹੜੇ ਹਨ ਉਹ ਜ਼ਿਆਦਾ ਘੱਟ ਹਨ ਵੈਲਿਊ ਉਹਨਾਂ ਦੀ ਉਹ ਗੱਲ ਨਹੀਂ ਤੇ ਉਹ ਗੱਲ ਦੀ ਤੇ ਡੈਫੀਨੇਸ਼ਨ ਥਿੱਤੀ ਗੌੜੀ ਵਿੱਚ ਤੇ ਇਤਨੀ ਕਲੈਰਿਟੀ ਨਾਲ ਆਈ ਹੈ ਕਿ ਯੂ ਆਈ ਕੈਨੋਟ ਟੈਲ ਯੂ ਰੀਡ ਇਟ ਟੂਡੇ ਐਂਡ ਯੂ ਵਿਲ ਫਾਈਂਡ ਆਊਟ
पर फिर भी जिस दिन दे कारण जिस वजह दे कारण कोई गुरुद्वारे आके कीर्तन सुने कोई बाणी पढ़े ओ दिन चंगा है ना फिर माड़ा ते नहीं ना उदे च कोई ते जे उस बहाने ही आके बाणी कोई जाके गुरुद्वारे कीर्तन कर लवे सुन लवे इस अवस्था चलो ना ही करे किसन कईयां दे मन च ए गल अवस्था आ जांदी है कि चलो जी ओ somehow Sangrand is connected with the moons and stars up there in the way that it moves though ਤੇ ਉਹ ਕੈਲੰਡਰ ਜਿਹੜਾ ਉਹਨਾਂ ਦਾ ਹੈ ਪਰ ਗੁਰੂਆਂ ਦੇ ਟਾਈਮ ਜਿਹੜਾ ਕੈਲੰਡਰ ਜਿਹੜਾ ਫੋਲੋ ਕਰਦੇ ਰਹੇ ਗੁਰੂਆਂ ਦੇ ਟਾਈਮ ਇਹ ਲੂਨਰ ਕੈਲੰਡਰ ਹੀ ਫੋਲੋ ਹੁੰਦਾ ਰਿਹਾ ਉਸ ਵੇਲੇ ਹਾਂਜੀ ਤੁਸੀਂ ਨੋਟਿਸ ਕਰੋਗੇ ਉਸ ਵੇਲੇ ਵੀ ਹੁਣ ਵੀ ਈਵਨ ਟੂਡੇ ਦਰਬਾਰ ਸਾਹਿਬ ਦੇ ਅੰਦਰ ਜਿਹੜੀਆਂ ਕੀਰਤਨ ਚੌਂਕੀਆਂ ਲੱਗਦੀਆਂ ਹਨ ਇਹ ਲੂਨਰ ਕੈਲੰਡਰ ਦੇ ਹਿਸਾਬ ਦੇ ਨਾਲ ਲੱਗਦੀਆਂ ਹਨ ਸਰਦੀਆਂ ਗਰਦੀਆਂ ਦੇ ਟਾਈਮ ਵਿੱਚ ਆਸਾ ਦੀ ਵਾਰ ਦੀ ਚੌਂਕੀ ਦਾ ਟਾਈਮ ਬਦਲਿਆ ਜਾਂਦਾ ਹੈ ਹਾਂਜੀ ਉਹ ਵੀ ਜਦੋਂ ਕਿ ਕਿਹੜੇ ਮਹੀਨੇ ਵਿੱਚ ਕਦਨ ਕਿਸ ਕਿਸ ਤਰ੍ਹਾਂ ਦੀ ਟਾਈਮਿੰਗ ਜਿਹੜੀ ਹੈ ਉਸ ਹਿਸਾਬ ਨਾਲ ਟਾਈਮਿੰਗ ਹੋਣੀ ਚਾਹੀਦੀ ਹੈ ਸੋ ਇਹ ਸੰਗਰਾਂਦ ਜਿਹੜਾ ਮਨਾਉਂਦੇ ਹਾਂ ਜਿਹੜਾ ਜਿਹੜਾ ਉਹਦੇ ਕਿ ਮਹੀਨੇ ਦਾ ਪਹਿਲਾ ਦਿਨ ਹੈ ਜਿਹੜਾ ਤੇ ਮਹੀਨੇ ਦਾ ਦੂਸਰਾ ਦਿਨ ਕੋਈ ਘੱਟ ਪਵਿੱਤਰ ਨਹੀਂ ਹੈ ਉਸ ਪਹਿਲੇ ਦਿਨ ਨਾਲ ਹਾਂਜੀ ਤੇ ਉਸ ਤੋਂ ਪਿਛਲਾ ਜਿਹੜਾ ਦਿਨ ਸੀ ਮਹੀਨੇ ਦਾ ਉਹ ਉਸ ਤੋਂ ਕੋਈ ਘੱਟ ਪਵਿੱਤਰ ਨਹੀਂ ਹੈ ਉਸ ਦਿਨ ਨਾਲ ਤੇ ਜੇ ਨਾਮ ਨਹੀਂ ਜਪਿਆ ਜੇ ਪ੍ਰਮਾਤਮਾ ਨੇੜੇ ਨਹੀਂ ਆਇਆ ਤੇ ਸਾਰੇ ਹੀ ਦਿਨ ਮਾੜੇ ਹਨ ਫਿਰ ਪਰ ਇੱਕ ਦਿਨ ਅਗਰ ਇੱਕ ਦਿਨ ਉਸ ਦਿਨ ਕਾਰਨ ਕੋਈ ਗੁਰਦੁਆਰੇ ਆ ਕੇ ਪ੍ਰਮਾਤਮਾ ਦੇ ਭਜਨ ਬੰਦਗੀ ਕਰ ਲਵੇ ਕੋਈ ਉਸ ਦਿਨ ਦੇ ਬਹਾਨੇ ਆ ਕੇ ਗੁਰਦੁਆਰੇ ਆ ਕੇ ਮੱਥਾ ਟੇਕ ਲਵੇ ਬਾਰਾਂ ਮਾਹ ਦਾ ਪਾਠ ਕਰ ਲਵੇ ਤੇ ਕੋਈ ਮਾੜੀ ਗੱਲ ਨਹੀਂ ਇਹਦੇ ਚ ਕੋਈ ਕੋਈ ਇਹਦੇ ਚ ਕੋਈ ਇਹਦੇ ਚ ਕੋਈ ਖਰਾਬੀ ਨਹੀਂ ਹੈ ਇਹਦੇ ਚ ਕੋਈ ਸਗੋਂ ਪ੍ਰੇਰਣਾ ਚਾਹੀਦਾ ਲੋਕਾਂ ਨੂੰ ਵੀ ਹਾਂ ਕਰੋ ਜ਼ਰੂਰ ਹਾਂਜੀ ਉਸ ਬਹਾਨੇ ਹੀ ਕਰ ਲਵੋ ਪਰ ਇਸ ਤਰ੍ਹਾਂ ਨਾ ਕਰੋ ਕਿ ਉਹ ਹੀ ਦਿਨ ਚੰਗਾ ਹੈ ਬਾਕੀ ਦਿਨ ਨਹੀਂ ਜਾਂ ਉਹ ਦਿਨ ਬੈਟਰ ਹੈ ਦੂਸਰੇ ਨਾਲੋਂ ਉਹ ਗੱਲ ਨਹੀਂ ਪਰ ਕਿਸੇ ਦਿਨ ਦਾ ਵੀ ਬਹਾਨਾ ਮਾਰ ਕੇ ਚਾਹੇ ਉਹ ਬਹਾਨਾ ਹੋਵੇ ਜਾਂ ਕੋਈ ਦਿਨ ਹੋਵੇ ਸੰਗਰਾਂਦ ਇਹ ਪੁਰਾਤਨ ਰਹੀ ਹੈ ਮਰਿਆਦਾ ਕਿ ਮਹੀਨਾ ਪੜਿਆ ਜਾਂਦਾ ਹੈ ਬਾਰਾਂ ਮਾਹ ਦਾ ਪਾਠ ਹੁੰਦਾ ਹੈ ਉਸ ਦਿਨ ਉਸ ਮਹੀਨੇ ਦੀ ਜਿਹੜੀ ਹੈ ਉਸ ਮਹੀਨੇ ਦੀ ਤਾਕੀਦ ਜਿਹੜੀ ਹੈ ਉਸ ਮਹੀਨੇ ਤੇ ਦੋ ਬਾਰਾਂ ਮਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਸ਼ਾਮਿਲ ਹਨ ਇੱਕ ਮਾਝ ਰਾਗ ਵਿੱਚ ਹੈ ਦੂਸਰਾ ਤੁਖਾਰੀ ਵਿੱਚ ਹੈ ਤੁਖਾਰੀ ਦੀ ਜਿਹੜੀ ਬਾਰਾਂ ਮਾਹ ਹੈ ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਹੈ ਤੇ ਮਾਝ ਵਾਲੀ ਜਿਹੜੀ ਬਾਣੀ ਹੈ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਹੈ ਤੇ ਮਾਝ ਵਾਲੀ ਬਾਣੀ ਜ਼ਿਆਦਾ ਪੜ੍ਹੀ ਜਾਂਦੀ ਹੈ ਤੁਖਾਰੀ ਨਾਲੋਂ ਐਂਡ ਦ ਮੋਸਟ ਪ੍ਰੈਵਲੈਂਟ ਥਾਟ ਪ੍ਰੋਸੈਸ ਇਜ਼ ਬਿਕੋਜ਼ ਤੁਖਾਰੀ ਵਾਲਾ ਬਾਰਾਂ ਮਾਹ ਜਿਹੜਾ ਸਮਝਣਾ ਥੋੜਾ ਜ਼ਿਆਦਾ ਔਖਾ ਹੈ ਮਾਝ ਵਾਲੇ ਨਾਲੋਂ ਮਾਝ ਵਾਲੀ ਬਾਣੀ ਥੋੜੀ ਸੌਖੀ ਹੈ ਸਮਝਣੀ ਤੇ ਮਾਝ ਵਾਲੀ ਬਾਣੀ ਦਾ ਪਾਠ ਅਸੀਂ ਕਰਦੇ ਹਾਂ ਤੇ ਸੰਗਰਾਂਦ ਦੀ ਜਿਹੜੀ ਜਿਹੜੀ ਹੈ ਮਨਾਏ ਜਾਂਦੇ ਹਨ ਗੁਰਦੁਆਰਿਆਂ ਵਿੱਚ ਤੇ ਕਈ ਲੋਕ ਇਤਰਾਜ਼ ਵੀ ਕਰਦੇ ਹਨ ਮੈਂ ਦੇਖਿਆ ਇਤਰਾਜ਼ ਕਰਦੀਆਂ ਹੋਈਆਂ ਲੋਕਾਂ ਨੂੰ ਠੀਕ ਹੈ ਜੇ ਉਹਨਾਂ ਦਾ ਮਨ ਨਹੀਂ ਮੰਨਦਾ ਝਗੜਾ ਨਹੀਂ ਕਰਨਾ ਕਿਸੇ ਨਾਲ ਬਸ ਇੱਕ ਗੱਲ ਯਾਦ ਰੱਖਣਾ ਮੇਰੀ ਸਾਧ ਸੰਗ ਸਭ ਹੋਤ ਨਿਬੇੜੇ ਵਾਲੀ ਅਵਸਥੇ ਚ ਆਉਣਾ ਹੈ ਤੇ ਸਾਧ ਸੰਗ ਦੁਸ਼ਮਣ ਹੋਏ ਮੀਤ ਵਾਲੀ ਅਵਸਥਾ ਚ ਆਉਣਾ ਹੈ ਕਿਸੇ ਨੂੰ ਭਲਾ ਪੁਰਾ ਨਹੀਂ ਕਹਿਣਾ ਕਿਸੇ ਨੂੰ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣੀ ਜੇ ਕਿਸੇ ਦਾ ਮਨ ਨਹੀਂ ਮੰਨਦਾ ਜੀ ਸਦਕੇ ਹਾਂ ਉਹ ਪ੍ਰਮਾਤਮਾ ਨਾਲ ਜੁੜੇ ਜ਼ਰੂਰ ਚਾਹੇ ਸੰਗਰਾਂਦ ਵਾਲੇ ਦਿਨ ਜੁੜੇ ਜਾਂ ਉਸ ਤੋਂ ਪਹਿਲੇ ਵਾਲੇ ਦਿਨ ਜੁੜੇ ਲੇਕਿਨ ਇਹ ਗੁਰਦੁਆਰਿਆਂ ਵਿੱਚ ਮਨਾਇਆ ਜਾਂਦਾ ਆ ਰਿਹਾ ਹੈ ਸ਼ੁਰੂ ਤੋਂ ਨਥਿੰਗ ਰੋਂਗ ਵਿਦ ਦੈਟ ਐਟ ਆਲ ਹਾਂਜੀ ਤੇ ਜਿਹਦਾ ਨਹੀਂ ਮਨ ਕਰਦਾ ਉਹ ਬੇਸ਼ੱਕ ਉਸ ਗੱਲ ਨੂੰ ਨਾ ਮੰਨੇ ਉਹ ਭਜਨ ਬੰਦਗੀ ਕਰੇ ਤੇ ਔਰ ਇਹ ਨਹੀਂ ਕਿ ਉਹ ਹੀ ਦਿਨ ਚੰਗਾ ਹੈ ਐਸ ਆਈ ਸੈਡ ਕਿ ਉਹ ਅਗਲੇ ਦਿਨ ਨਾ ਕਰੇ ਹੁਣ ਕਿਉਂਕਿ ਅਗਲੇ ਦਿਨ ਸੰਗਰਾਂਦ ਨਹੀਂ ਨੋ ਦੈਟਸ ਨਾਟ ਦ ਕੇਸ ਐਟ ਆਲ ਹਾਂਜੀ ਤੇ ਥਿੱਤੀ ਗੋੜੀ ਵਰਗੀ ਬਾਣੀ ਵਿੱਚ ਇਤਨੀ ਕਲੈਰਿਟੀ ਗੁਰੂ ਦਿੰਦੇ ਹਨ ਉਸ ਬਾਣੀ ਵਿੱਚ ਇਤਨੀ ਕਲੈਰਿਟੀ ਹੈ ਉਸ ਬਾਣੀ ਵਿੱਚ ਕਿ ਉਸ ਬਾਣੀ ਨੂੰ ਪੜ੍ਹ ਕੇ ਤੁਹਾਡਾ ਹਿਰਦਾ ਬਿਲਕੁਲ ਸਾਫ ਕਲੈਰਿਟੀ ਹੋ ਜਾਂਦੀ ਹੈ ਵੀ ਇੱਕ ਦਿਨ ਦੂਸਰੇ ਦਿਨ ਨਾਲੋਂ ਪਵਿੱਤਰ ਨਹੀਂ ਹੈ ਇੱਕ ਦਿਨ ਦੂਸਰੇ ਦਿਨ ਨਾਲੋਂ ਮਾੜਾ ਨਹੀਂ ਹੈ ਜੇ ਮਾੜਾ ਤਾਂ ਹੈ ਜੇ ਉਹ ਯਾਦ ਨਹੀਂ ਆਇਆ ਜੇ ਪੂਰੇ ਦਿਨ ਭੁੱਲਿਆ ਰਿਹਾ ਤੇ ਸੰਗਰਾਂਦ ਵਾਲੇ ਦਿਨ ਵੀ ਭੁੱਲ ਗਿਆ ਤੇ ਨਾ ਸੰਗਰਾਂਦ ਵਾਲੇ ਵੀ ਦਿਨ ਭੁੱਲ ਗਿਆ ਗੁਰਪੁਰਬ ਵਾਲੇ ਦਿਨ ਭੁੱਲ ਗਿਆ ਤੇ ਉਹ ਦਿਨ ਮਾੜਾ ਹੈ ਹਾਂਜੀ ਸੋ ਆਈ ਹੋਪ ਯੂ ਨੋ ਆਈ ਮੇਡ ਮਾਈ ਸੈਲਫ ਕਲੀਅਰ ਦੇਅਰ ਯੂ ਨੋ ਸੋ ਗੁਰਮਤ ਅਨੁਸਾਰ ਜੋ ਮੈਂ ਕੋਸ਼ਿਸ਼ ਕੀਤੀ ਹੈ ਸਮਝਾਉਣ ਦੀ ਜੋ ਮੈਂ ਪੜ੍ਹਿਆ ਜੋ ਆਪ ਪੜ੍ਹਿਆ ਜੋ ਆਪ ਸੁਣਿਆ ਹੈ ਉਹ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਯਾਨੀ ਬੜੀ ਐਡੀ ਕੁਐਸਚਨ ਔਰ ਕਮੈਂਟਸ ਆਈ ਵਿਲ ਵੇਟ ਫਾਰ ਅ ਸੈਕਿੰਡ ਬਿਫੋਰ ਵੀ ਕੁਐਸਚਨ ਹਾਂਜੀ ਅਗਾਧ ਐਂਡ ਅਗੋਚਰ ਹਾਊ ਆਰ ਦੇ ਡਿਫਰੈਂਟ ਬਿਕੋਜ਼ ਇਟ ਸਾਊਂਡਸ ਨਾਟ ਰੀਅਲੀ ਵੈਰੀ ਵੈਰੀ ਬੋਥ ਥਿਨ ਲਾਈਨ ਐ ਡਿਫਰੈਂਸੀਏਸ਼ਨ ਦੀ ਬਹੁਤ ਥਿਨ ਲਾਈਨ ਹੈ ਡਿਫਰੈਂਸੀਏਸ਼ਨ ਦੀ ਹਾਂਜੀ 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 ਕਈ ਵਾਰੀ ਨਾ ਇਸ ਲੈਵਲ ਤੇ ਆ ਕੇ ਦੀਦੀ ਦਾ ਡਿਫਰੈਂਸਸ ਆਰ ਵੈਰੀ ਸਟਲ ਐਂਡ ਬੜੇ ਸੂਕਸ਼ਮ ਐਂਡ ਡਿਫਰੈਂਸਸ ਬੜੇ ਹਾਂਜੀ
बेसिकली पॉइंट ये है कि परमात्मा तुहाडी ज्ञान इंद्रियां तो परे है, यू नो, तुहाडी समझ बूझ तो परे है। सो कई बारी ऐसी कोशिश करते हैं कि अपने समझ बूझ नाल समझ लईए उसनूं, हां जी। ते ए कोई हुण कोई कहे कि मैं 50 टीके जपजी साहब दे पढ़े हैं ते मैनूं परमात्मा बारे समझ आ गई है, या मैं सारे वेद शास्त्र पढ़ ले हैं मैनूं समझ आ गई है, वो तुहाडी समझ बुद्धि इस माइंड के घेरे चो अलग है, वो समझ नहीं आने वाली गल उत्थे, हां जी। इसी वास्ते बाणी च बार बार ताकीद की गई है कि तुसी उहदे च मर्ज होना है, तुसी उहनूं समझना नहीं है, उहनूं वो समझण दी चीज नहीं है। थोड़ी बहुत समझ सकदा बंदा पर उत्थे तक पहुंच नहीं सकदा उसे, हां जी, हां जी। ते ओ जिहड़े जपजी साहिब दे जिहड़े इंपोर्टेंट वर्ड आएंगे, नदियां आते वे पवे समुंदर ना जाणीए, तो उस गल ते फोकस करना है कि जदों नदी समुंदर च मिलदी है, जदों गैंजस बे ऑफ बंगाल जाके मिल जाती है, कि जदों बे ऑफ जदों नदी का पानी समुंदर वे जांदा है कि समुंदर दी गहराई नूं पहचान लैंदा है, कि उसनूं परवाह है कि जदों जदों उस नदी का पानी समुद्र में जाके कि उसनूं कि हुण उसनूं इस गल दी हुंदी है कि हुण कितना गहरा है पैसिफिक ओशन या अटलांटिक ओशन या इंडियन ओशन, उसनूं ते मान हुंदा है, फखर हुंदा है इस गल का कि धन है मैं जे तेरे विच मिल गई हाँ, देख मेरे तेरे च कोई फर्क नहीं रह गया, मैनू की परवाह है तू किन्ना गहरा है, मैनू की परवाह है तू किन्ना वड्डा है, कितने कितनी तेरी तेरी अगे पिछे दे सार की है, मैनू की पता तू किन्ना वड्डा है, और मैनू परवाह भी नहीं इस गल दी तू किन्ना वड्डा है। उस समुंदर विच जाके इस गल दा मान फकर कर दिया है कि मैं देख मैं तेरे वर्गी हो गई हाँ, देख मैं तेरे नाल फर्क नहीं रहा मेरा तेरा कोई कोई, तू कौन है, किन्ना वड्डा है, कितनी गहराई है तेरे विच, कौन रहिंदा है तेरे, मैनू इस गल दा की फिक्र। ਇਹ ਸ਼ਰਨ ਆਉਣ ਦੀ ਗੱਲ ਹੈ ਦੀਦੀ, ਜਿਹੜਾ ਸ਼ਰਨ ਆਉਂਦਾ ਹੈ ਉਸ ਗੱਲ ਨੂੰ ਇਸ ਗੱਲ ਦਾ ਪਛੂ ਸੁਣਦਾ ਹੈ। ਇਸੀ ਵਾਸਤੇ ਪ੍ਰਮਾਤਮਾ ਅਗੋਚਰ ਹੈ, ਅਗਾਧ ਹੈ, ਅਬੋਧ ਹੈ, ਹਾਂਜੀ, ਉਸ ਉਹ ਉਹ ਤੁਹਾਡੇ ਮਨ ਬੁੱਧੀ ਤੋਂ ਪਰੇ ਹੈ, ਹਾਂਜੀ 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 ਹਾਂਜੀ। ਐਨੀਬਡੀ ਹੈਜ਼ ਐਨੀ ਕੁਐਸਚਨਸ ਔਨ ਦੀ ਇਸ਼ੂ ਆਫ ਸੰਗਰਾਂਦ ਔਰ ਐਨੀ ਔਰ ਐਨੀਬਡੀ ਵਾਂਟਸ ਟੂ ਐਡ ਸਮਥਿੰਗ ਟੂ ਦੈਟ ਵਟ ਆਈ ਸੈਡ, ਮੋਰ ਦੈਨ ਵੈਲਕਮ ਟੂ। ਆਈਲ ਵੇਟ ਫਾਰ ਅ ਸੈਕਿੰਡ ਬਿਫੋਰ, ਵੈਸੇ ਤਾਂ 10:13 ਹੋ ਗਏ ਹਨ, I probably should not start on another, but I can do one or two more or something, or we can talk. Any questions or any comments or anybody? Vijay, can you redefine agad? Agad matlab tuhadi sam tuhadi gyan indriyan to pare didi, tuhade mind diyan jehdiyan cognitive abilities hain na jehdiyan. So cognitive abilities होंदियां हैं, जिस तरह फॉर एग्जाम्पल रंगां दी पहचान, ऐड करन दी शक्ति, सोचन दी शक्ति, एनालाइज करन दी शक्ति, है ना, वो जिहड़ियां कॉग्निटिव एबिलिटीज जिहड़ियां तुहानूं परमात्मा ने दित्तियां हैं, उस उन्हां एबिलिटियां तों परे है परमात्मा। तुहाडी कॉग्निटिव एबिलिटी जिहड़ियां हैं उस दायरे विच हैं, इन्ने दायरे विच, वो उस दायरे च नहीं है, उस दायरे तों परे है। ਤੁਸੀਂ ਇਸ ਦਿਮਾਗ ਨਾਲ ਉਹਨੂੰ ਨਹੀਂ ਕਰ ਸਕਦੇ ਕਿ ਹਾਂਜੀ ਉਹ ਇੰਜ ਹੈ ਜੀ ਉਹ ਜਾਂ ਫਲਾਣ ਹੈ ਢਿੰਗਾਣ ਹੈ, ਤੁਸੀਂ ਨਹੀਂ ਸੋਚ ਸਕਦੇ, ਉਹ ਤੁਹਾਡੇ ਦਾਇਰੇ ਤੋਂ ਪਰੇ ਹੈ। ਔਰ ਇਸ ਗੱਲ ਦਾ ਅੰਦਾਜ਼ਾ ਜਦੋਂ ਤੁਸੀਂ ਜੁੜਦੇ ਹੋ ਇਸ ਪਾਸੇ, ਜਦੋਂ ਪ੍ਰਮਾਤਮਾ ਦੇ ਇਸ ਪਾਸੇ, ਜਦੋਂ ਸਪਿਰਚੁਅਲ ਲਾਈਫ ਦੇ ਤਰਫ਼ ਤੁਹਾਡੇ ਕਦਮ ਪੁੱਟਦੇ ਹੋ, ਵੈਨ ਯੂ ਟੇਕ ਯੋਰ ਫਸਟ ਸਟੈਪਸ, ਦੋ ਹੌਲੀ ਹੌਲੀ ਕਰਕੇ ਤੁਹਾਨੂੰ ਇਸ ਗੱਲ ਦਾ ਅੰਦਾਜ਼ਾ ਹੋਣਾ ਸ਼ੁਰੂ ਹੋ ਜਾਂਦਾ ਹੈ। ਹਾਂਜੀ, ਤੇ ਮੈਂ ਆਪਣੀ ਲਾਈਫ ਵਿੱਚ ਤੁਹਾਨੂੰ ਮੈਂ ਐਗਜ਼ਾਮਪਲ ਦੱਸਾਂ ਕਿ ਜਦੋਂ 30s ਵਿੱਚ, 20s ਐਂਡ 30s ਵਿੱਚ ਜਦੋਂ ਬੁੱਕਸ, ਜਦੋਂ ਜ਼ਿਆਦਾ ਜਿੰਨਾ ਵੀ ਸਟੱਡੀ ਜਿਹੜੀ ਸੀ, ਮੇਰੇ ਤੇ ਕਿਰਪਾ ਰਹੀ, ਯੰਗ ਏਜ ਤੋਂ ਪ੍ਰੇਰਿਆ ਗਿਆ ਬੜਾ, ਤੇ ਇਸ ਗੱਲ ਦਾ ਅੰਦਾਜ਼ਾ ਮੈਨੂੰ ਹੋ ਗਿਆ ਕਿ ਜਦੋਂ ਸੰਥਿਆ ਪੜ੍ਹਨੀ ਸ਼ੁਰੂ ਕੀਤੀ ਮੈਂ, ਤੇ ਜਦੋਂ ਤਿੰਨ ਚਾਰ ਵਾਲੀਅਮ ਪੜ੍ਹ ਕੇ ਮੈਨੂੰ ਮਹਿਸੂਸ ਹੋਇਆ ਕਿ ਮੈਨੂੰ ਕੁਛ ਨਹੀਂ ਪਤਾ, ਮੈਨੂੰ ਇਸ ਨਤੀਜੇ ਤੇ ਮੈਂ ਪਹੁੰਚ ਗਿਆ ਕਿ ਮੈਨੂੰ ਕੱਖ ਨਹੀਂ ਪਤਾ ਹੁਣ। ਇਤਨਾ ਪੜ੍ਹ ਕੇ ਮਹਿਸੂਸ ਹੁੰਦਾ ਕਿ ਕੁਛ ਨਹੀਂ ਪਤਾ ਤੁਹਾਨੂੰ, ਯੂ ਕੈਨ ਮਾਈਟ ਐਸ ਵੈਲ ਸਟਾਰਟ ਫਰੋਮ ਸਕ੍ਰੈਚ ਅਗੇਨ, ਯੂ ਨੋ। ਸੋ ਕਿਉਂ? ਕਿਉਂਕਿ ਇਸ ਗੱਲ ਦਾ ਪਤਾ ਲੱਗ ਜਾਂਦਾ ਤੁਹਾਨੂੰ ਕਿ ਇਹ ਇਹ ਡਿਸਕਸ਼ਨ, ਇਹ ਜਿਹੜੀ ਨਾਮ ਦੀ ਡਿਸਕਸ਼ਨ ਜਿਹੜੀ ਹੈ, ਸੰਗੀਤ ਦੀ ਡਿਸਕਸ਼ਨ ਜਿਹੜੀ ਹੈ, ਸੇਵਾ ਵਾਲੀ ਡਿਸਕਸ਼ਨ ਜਿਹੜੀ ਹੈ, ਇਹਦਾ ਕੋਈ ਆਦੰਤ ਨਹੀਂ ਹੈ, ਕੋਈ ਇਹਦਾ ਕੋਈ ਇਹਦਾ ਇਹ ਤੁਹਾਡੇ ਮਨ ਬੁੱਧੀ ਤੋਂ ਪਰੇ ਹੈ ਗੱਲਾਂ। ਸੋ ਮਨ ਬੁੱਧੀ ਤੋਂ ਪਰੇ ਹੋਣ ਕਾਰਨ ਇਸ ਵਾਸਤੇ ਦੀ ਤੁਸੀਂ ਨੋਟਿਸ ਕਰੋਗੇ ਕਿ ਅਗਰ ਮਨ ਬੁੱਧੀ ਤੋਂ ਪਰੇ ਨਾ ਹੁੰਦੀਆਂ, ਤੁਸੀਂ ਇਸ ਗੱਲ ਦਾ ਨੋਟਿਸ ਕਰੋ, ਜਿਹੜੇ ਬੜੇ ਪੜ੍ਹੇ ਲਿਖੇ ਲੋਕ ਹਨ, ਬੜੇ ਜਿਹੜੇ PhD ਜਿਹਨਾਂ ਕੋਲ ਹੈ, ਜਿਹੜੇ ਬੜੇ ਇੰਟੈਲੈਕਚੁਅਲੀ ਜਿਹੜੇ ਬੜੇ ਸਾਊਂਡ ਹਨ ਜਿਹੜੇ ਲੋਕ, ਜੇ ਮਨ ਬੁੱਧੀ ਤੋਂ ਪਰੇ ਨਾ ਹੁੰਦੇ ਤੇ ਉਹਨਾਂ ਨੂੰ ਸਾਰਿਆਂ ਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ, ਰਾਈਟ? ਲੇਕਿਨ ਹੋਈ ਤੇ ਨਹੀਂ ਨਾ ਉਹਨਾਂ ਨੂੰ, ਇੱਥੇ ਤੇ ਕਬੀਰ ਵਰਗਿਆਂ ਨੂੰ ਹੋਈ ਹੈ, ਰਾਈਟ?
नामदेव वर्गिया नु होई है इथे नामदेव नु मिले हन कबीर नु मिले हन रविदास नु मिले हन है ना लेकिन पंडता नु वड्डे पढ़े हुए पंडता नु प्राप्ति नहीं हो सकी क्योंकि ढाई अक्षर प्रेम का पढ़े सो पंडित होए ना प्रेम ना होने कारण प्रेम नेसेसरी इंग्रेडिएंट है ना बड़ा वो ना होने कारण अगे नहीं बढ़ सकता बंदा हां जी एनीबॉडी एल्स हैज एनी क्वेश्चंस ਵੀਰ ਜੀ ਵਾਈ ਖਾਲਸਾ ਵਾਈ ਗੁਰੂ ਜੀ ਕੀ ਫਤਿਹ ਚਰਨੀ ਪੈਣਾ ਜੀ ਹਾਂਜੀ ਹੋ ਵੀਰ ਜੀ ਕੁਐਸਚਨ ਹੈਗਾ ਕਿ ਜਦੋਂ ਸੁਖਮਨੀ ਸਾਹਿਬ ਗੁਰੂ ਸਾਹਿਬਾਨ ਨੇ ਲਿਖਿਆ ਤੇ ਉਹ ਕਿਹੜੀ ਜਗ੍ਹਾ ਤੇ ਲਿਖਿਆ ਤੇ ਕਿੰਨੀ ਦੇਰ ਲਈ ਜਾਂ ਅਲੱਗ ਅਲੱਗ ਅਸ਼ਟਪਦੀ ਅਲੱਗ ਅਲੱਗ ਟਾਈਮ ਤੇ ਲਿਖੀ ਨਹੀਂ ਵੀਰ ਜੀ ਇਤਿਹਾਸ ਦੇ ਹਿਸਾਬ ਦੇ ਨਾਲ ਰਾਮਸਰ ਲਿਖੀ ਗਈ ਤੁਸੀਂ ਨੈਕਸਟ ਟਾਈਮ ਅੰਮ੍ਰਿਤਸਰ ਜਾਓ ਤੇ ਦਰਸ਼ਨ ਜ਼ਰੂਰ ਕਰਨ ਜਾਓ ਰਾਮਸਰ ਸਾਹਿਬ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਰਚਨਾ ਹੋਈ ਹੈ ਪਹਿਲੇ ਜਿੱਥੇ ਸਰੋਵਰ ਹੈ ਦਰਬਾਰ ਸਾਹਿਬ ਦਾ ਉਹਨੂੰ ਸੁਧਾ ਸਰੋਵਰ ਕਹਿੰਦੇ ਸਨ ਸੂਰਜ ਪ੍ਰਕਾਸ਼ ਬੜੀ ਜਗ੍ਹਾ ਸੁਧਾ ਸਰੋਵਰ ਵਰਡ ਆਏ ਹਨ ਤੇ ਉਸ ਸਰੋਵਰ ਤੋਂ ਰਾਮਸਰ ਸਾਹਿਬ ਅਬਾਊਟ 15 ਮਿੰਟ ਦੀ ਡਰਾਈਵ ਹੋਣੀ ਹੈ 10-15 ਮਿੰਟ ਦੀ ਪਾਲੀ ਵਾਕਿੰਗ ਜਾਓਗੇ ਤੇ ਹਾਫ ਐਨ ਆਵਰ ਵਾਕ ਹੋਏਗੀ ਤੇ ਰਾਮਸਰ ਉੱਥੇ ਸਰੋਵਰ ਹੈ ਵੀਰ ਜੀ ਉਸ ਸਰੋਵਰ ਦੇ ਨੇੜੇ ਉੱਥੇ ਸਰੋਵਰ ਦੇ ਉੱਤੇ ਇੱਕ ਬੇਰ ਦਾ ਦਰਖਤ ਬੇਰੀ ਦਾ ਉਸ ਦਰਖਤ ਦੇ ਥੱਲੇ ਸੁਖਮਨੀ ਸਾਹਿਬ ਦੀ ਰਚਨਾ ਹੋਈ ਹੈ ਔਰ ਸਾਰੀ ਰਚਨਾ ਇੱਕੋ ਟਾਈਮ ਹੋਈ ਹੈ ਵਿੱਚ ਇਹਦੀਆਂ ਡਿਟੇਲਸ ਸੂਰਜ ਪ੍ਰਕਾਸ਼ ਬੜੀਆਂ ਅਵੇਲੇਬਲ ਹਨ ਮੇ ਬੀ ਨੈਕਸਟ ਟਾਈਮ ਮੇ ਬੀ ਆਈ ਕੈਨ ਟਾਕ ਅਬਾਊਟ ਦ ਲਿਟਲ ਬਿਟ ਆਫ ਹਿਸਟੋਰੀਕਲ ਐਸਪੈਕਟ ਆਲਸੋ ਵਨ ਡੇ ਔਨ ਦਿਸ ਵਨ ਬਟ ਜਦੋਂ ਕਲਾਸ ਵਿੱਚ ਸੁਖਮਨੀ ਸਾਹਿਬ ਦੀ ਡਿਸਕਸ਼ਨ ਸ਼ੁਰੂ ਕੀਤੀ ਸੀ ਤੇ ਦੈਨ ਆਈ ਟਾਕ ਅਬਾਊਟ ਸੋ ਯੈਸ ਦ ਇੰਟਾਇਰ ਬਾਣੀ ਵਾਸ ਉੱਥੇ ਉਚਾਰੀ ਗਈ ਬਾਣੀ ਰਾਮਸਰ ਸਾਹਿਬ ਅੰਮ੍ਰਿਤਸਰ ਤੇ ਇੱਕੋ ਟਾਈਮ ਉਚਾਰੀ ਗਈ ਹਾਂਜੀ ਵੀਰ ਜੀ ਮੈਂ ਇਹੀ ਕਹਿਣਾ ਸੀ ਜੀ ਕਿ ਬਿਊਟੀਫੁਲ ਵਰਡ ਜਿਹੜਾ ਹੈਗਾ ਹੈ ਤੇ ਬਹੁਤ ਛੋਟਾ ਵਰਡ ਬਟ ਇਹ ਹੀ ਮਹਿਸੂਸ ਹੋ ਰਿਹਾ ਜੀ ਜੋ ਤੁਸੀਂ ਜਿਸ ਤਰ੍ਹਾਂ ਤੁਸੀਂ ਦੱਸਦੇ ਪਏ ਹੋ ਨਾ ਕਿ ਦੈਟਸ ਦ ਆਨੰਦ ਆ ਰਿਹਾ ਜੋ ਤੁਸੀਂ ਦੱਸਦੇ ਜਿਸ ਤਰ੍ਹਾਂ ਤੁਸੀਂ ਦੱਸਦੇ ਪਏ ਹੋ ਸੋ ਤੁਹਾਡਾ ਬਹੁਤ ਧੰਨਵਾਦ ਐਂਡ ਵਾਹਿਗੁਰੂ ਦਾ ਤੇ ਓਬਵੀਅਸਲੀ ਗੁਰੂ ਜੀ ਦਾ ਧੰਨਵਾਦ ਤੇ ਹੈ ਹੀ ਹੈ ਬਟ ਯੂ ਆਰ ਥੈਂਕ ਯੂ ਵੀਰ ਜੀ ਇਜ਼ ਮੈਸੈਂਜਰ ਸੋ ਤੇ cognitively I'm going to use that tongue in cheek ke cognitively assi jadon kise bande nu milne aa te oh bande da jo kehnda hai whatever he is speaking assi utthon us bande da jehda hega matlab onu pehchanne aan only from 3-5% of that person's identity is known from what he or she says, whereas 95% is known from whatever is not said. So ye bande te bande da hega hai matlab apne nu pehchanna te assi pehchan rahe ha jehdi cheez sanu dikhdi vi nahi so onu pehchanan vaste this is so beautifully said Sukhmani sahab de vich ke you need much more than your cognition your je tusi jive pandit ji di gal karde pe ho we are all like assi think karke soch ke assi soch ke jada hega nahi inna kar sakde mehsoos jinu kehnde hai jinu andar jada mehsoos hove that is so it is so beautifully jive tusi explain kita ji thank you veer ji thank you ji yeah nahi it's true though and je meri gal te hale vi believe nahi hai te kaiyan logan nu eh gal da bhulekha hai jehde parmatma nu kai vari question kar lende han guru nu question kar lende han apne aur apne dimag nal sochde han you know so una oh unfortunately oh wale us avastha ch aaye nahi hale kai vari class vich hi mere kol aake oh je bande is tarah di gal kar lende han kai vari fir bande di hasi aa jandi hai go mainu ki that's like you know if somebody is at a kindergarten level te bachcha hove oh gachcha kade class bhul jaye apni te oh 12th class chala jaye kidre oh kade ap chemistry di class vad jaye galti nal toddler hove 3 saal da te utthe andar chala jaye te utthe jo teacher kave kuch to teacher kave this doesn't make any sense to me at all this is all wrong this doesn't make any sense to me at all of course it's not going to make sense to you te music da student hove nava te unnu ja ke pehla raag mainu mali goda unnu karaiye unnu pehle hi mali goda to shuru karange ji assi ya shri to shuru karange assi
तो स्टूडेंट तो नस जाएगा दो दिन वो कहेगा ये मेरे वास्ते कभी सीख ही नहीं सकता मैं ये इतना औखा काम है। तो सियाना बंदा कहता नहीं पहले बिलावल कल्याण आसा तनासरी तो शुरू कराओ हौली हौली करके इसकी नॉलेज वधाओ जो ये सुर लगने शुरू हो जाएंगे तो पहली ताल अगर सीखना शुरू करे तो पहले ही धमार से चार ताल से आ जाए या भानमती से आ जाए तो कहे यार ये कहते पांच ताल की सवारी तो शुरू कर रहे हैं जिसी काम तो स्टूडेंट की वो ताल की समझेगा उन्होंने छोटी तो समझाना पेगा ना। तो ये सारे बेबी स्टेप्स हैं सारे है जी। तो बाणी पढ़ने वाले गुरबाणी हूँ पढ़ रहा हो पहली बाणी जपजी की समझ ना हो सुखमनी की समझ ना हो श्लोक संस्कृति पढ़ना शुरू कर दे पहले ही उतों शुरू करा जी असं श्लोक संस्कृति तो फिर तो समझ लो वह रस्ता मुश्किल है फिर बड़ा हूँ वो एपी लेवल की बाणी ला ली उसने जी जी कहोगे मैं जी नहीं मैं सिद्ध गोष्ठ शुरू करनी है तो होर मुश्किल है काम लाइफ इसी वास्ते इन्हों अष्टपदियों चो इन्ह चीजों प्रेरणा मिलती है कि बेबी स्टैप्स लैने हैं तुसी हैं जी बेबी स्टैप्स तो काम शुरू करना है और हर एक नु पता है वो किड़ी क्लास बैठा हुआ है हर एक नु पता है कि मैं प्री के विच आ या मैं किंडरगार्टन चा मैं फर्स्ट ग्रेड चा मैं सैकेंड ग्रेड चा मैं किन्नी कु नॉलेज है किन्नी कु भक्ति है मेरे अंदर। और याद रखना दूसरी गल की वीर जी की ये रस्ता बिल्कुल एकेडमिक नहीं है मैं कई मेरी रिक्वेस्ट आदि बड़ी जगह तो आके यूनिवर्सिटी से कोई डिस्कशन हो रही है उत्थे जाके बोलो मैं क्या मैं कोई इंटरेस्ट नहीं है कोई परमात्मा बारे एकेडमिक गल करन दी मैं आई एम नॉट इंटरेस्टेड आई एम डन विद इट आई डोंट वांट टू परमात्मा मेरे वास्ते सिर्फ इको ही रूप विच मैं डिस्कस करांगा वो है कि तुहानू इनकरेज करा उत्थे पहुंचने दे। ते कई लोगों ने मैं इतने तक कहा है फोन से मैं ना नहीं लैने किसी दी ऑफकोर्स कि नहीं जी ये तुसी ए ना क्या करो जी जो तुसी बुला ते रहे हां तुहानू बोलन वास्ते लेकिन तुसी ए ना क्या करो कि परमात्मा नाल जुड़ो सारे या भक्ति करो मैं क्यों क्योंकि साउंड्स वेरी प्रीची दिस व्हाट दे टेल मी इट साउंड्स प्रीची टू देम। ते मैं क्या फिर गुरु ग्रंथ साहिब महाराज की बाणी मत्था टेकना बंद कर दो सारी बाणी प्रीची है ना मनो अपना गुरु उन्होंने फिर क्यों मत्था टेक दो उत्थे जाके क्यों सजदे कर दे हो क्यों अखंड पाठ साहब कर दे हो ना कीर्तन करया करो उस बाणी का आप सिख होके जे मैनू रोक दे हो मेरे गुरु की गल करन तो फिर ना जे जे प्रीची है तो आप बंद कर दे हो। सो ए मैं तां कह रहा हां कि ए सुखमनी की जिहड़ी डिस्कशन जिहड़ी चलदी पई है जे तुसी इसनू सिर्फ एकेडमिक डिस्कशन लैके बैठे हो ना इत्थे कि सुरिंदर समझाने की कोशिश करता पिया है आपे तरफ पूरा जोर ला रहा है तो मैं समझ जा बाणी मैं समझांगा तो फिर बड़ा मजा आएगा मैं तो समझ तक ही रह जावा तो अपना टाइम वेस्ट कर रहे हो मेरा भी तो भी दोनों का बिल्कुल कंप्लीट वेस्ट ऑफ टाइम है जे सिर्फ एकेडमिक नॉलेज लैण वास्ते इस बाणी की समझ तुम आती पी है जे बाणी की जे इस बाणी का भाव तुम अपने हिरदे के अंदर नहीं वसाया जो जो लिखा हुआ तुम किया नहीं अदा किया जो कम किया यू हैव वेस्टेड माई टाइम एंड यू थरली वेस्टेड योर टाइम 100% बिकॉज किसी ने यह नॉलेज निरी नॉलेज किसी काम की नहीं। और इस बाणी गुरु ग्रंथ साहिब महाराज की बाणी बड़ी वारी आसा की वार से पूरा श्लोक आया कि पड़ पड़ गड्डी लदीए पड़ पड़ पड़िए पार वो तो पूरी श्लोक ही दस दिता उन्होंने कि नानक होमे और होमे चकना चाक वाली गल है वो किसी गल की नहीं। हाँ जी सो इस वास्ते कई अपनी कॉग्निटिव एबिलिटीज से वीर जी बड़ा माण होंदा है बड़ा मेरी क्लास च बड़े आते हैं बड़ा माण होंदा उन्होंने अपनी कॉग्निटिव एबिलिटीज से बड़ा माण होंदा है अपनी एनालिटिकल एबिलिटी से बड़ा माण होंदा कि बड़े पढ़िया लिखिया मैं ते मूर्खा नूं पता नहीं है कि इत्थे कबीर वरियां दी ते गल बन गई है इत्थे इत्थे रविदास वरियां दी गल बन गई है इत्थे पर पढ़िया लिखिया दी गल बनी नहीं भाई नंद लाल जी दी गल बनी है पर ताहीं उन्हां दी एग्जाम्पल बहुत दिंदा हुंदा उन्हां दी ताहीं भाई गुरदास दी एग्जाम्पल बहुत दिंदा हुंदा कि वह उल्टियां एग्जाम्पल्स हैं वह इंटलैक्चुअल होके भी परमात्मा नाल जुड़ पे क्योंकि उन्हां नूं पता लग गया भाई गुरदास वर्गे जिहड़े इतने इतने वेद व्यास हैं गुरु घर दे इतने पढ़े लिखे इतने पंडित लोग संस्कृत दे वेदां दे शास्त्रां दे गुरु ग्रंथ साहिब महाराज दी बाणी दे फारसी दे वड्डे पढ़े लिखे बंदे उन्हां नूं परमात्मा दी ए वो एग्जाम्पल्स हैं दूसरियां हां जी क्योंकि उन्होंने अपने आप नूं इस बारे प्रेरिया इस बारे ये बहुत क्रिटिकल चीज है। सो ये एकेडमिक डिस्कशन बिल्कुल नहीं है। और एक गल होर रखदे आ जिहड़े कीर्तन सिखदे पए नूं काफी उहदी कृपा नाल उह परमात्मा सिखाण वाला सारिआं नूं
ਤੇ ਜੇ ਕੀਰਤਨ ਸਿੱਖਣ ਦਾ ਜਾਂ ਕਰਨ ਦਾ ਤੁਹਾਨੂੰ ਇਹ ਹੀ ਹੈ ਕਿ ਜੇ ਮੈਂ ਸੁਰਾਂ ਦੀ ਨੌਲੇਜ ਵੱਧ ਜਾਏ ਮੇਰੀ ਜੀ ਮੈਨੂੰ ਸਮਝ ਆ ਜਾਏ ਕੋਮਲ ਗਾ ਕਿੱਥੇ ਹੈ ਤੇ ਕੋਮਲ ਧਾ ਕਿੱਥੇ ਹੈ ਥਾਟ ਕਿਹੜੇ ਹਨ ਤੇ ਮੈਨੂੰ ਤਾਲਾਂ ਬਾਰੇ ਸਮਝ ਆ ਜਾਏ ਜੇ ਜੇ ਉਸ ਤਰ੍ਹਾਂ ਕੀਰਤਨ ਸਿੱਖਦੇ ਪਏ ਹੋ ਤਾਂ ਉਹ ਕੀਰਤਨ ਸਿੱਖਿਆ ਕਿਸੇ ਕੰਮ ਦਾ ਨਹੀਂ ਉਹ ਜ਼ੀਰੋ ਹੈ ਕਿਉਂਕਿ ਕੋਈ ਗਾਵੇ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ ਹਰ ਹਰ ਬੀਜੇ ਰਾਮ ਰਾਜ ਉਹਨਾਂ ਦੀ ਕੋਈ ਵੈਲਿਊ ਨਹੀਂ ਹੈ ਕੀਰਤਨ ਵਸੀਲਾ ਹੈ ਪਰਮਾਤਮਾ ਤੱਕ ਪਹੁੰਚਣ ਦਾ ਕੀਰਤਨ ਇੱਕ ਮੀਡੀਅਮ ਹੈ ਉਸ ਇਸ ਗੈਪ ਨੂੰ ਕਵਰ ਕਰਨ ਦਾ ਤੇ ਜੇ ਉਹ ਗੈਪ ਜੇ ਉਸ ਭਾਵਨਾ ਨਾਲ ਸਿੱਖਿਆ ਹੈ ਕੀਰਤਨ ਕਿ ਮੈਂ ਕੀਰਤਨ ਕਰਾਂਗਾ ਤੇ ਮਿਲੇਗਾ ਮੈਨੂੰ ਉਸ ਨਾਮ ਦੀ ਪ੍ਰਾਪਤੀ ਮੇਰੀ ਹੋਣੀ ਹੈ ਤਾਂ ਕੀਰਤਨ ਸਿੱਖਿਆ ਸਿਖਾਇਆ ਉਹ ਸਫਲ ਹੈ ਜੀ ਤੇ ਜੇ ਸਿਰਫ ਸੁਰਾਂ ਤੇ ਜੇ ਉਹ ਇਨਾਮ ਜਿੱਤਣੇ ਹਨ ਕਿਸੇ ਨੇ ਅੱਜ ਕੱਲ ਬੜੇ ਬੜੇ ਹੁੰਦੇ ਹਨ ਜੇ 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 ਕਿਸੇ ਨੇ ਇਨਾਮ ਵਾਸਤੇ ਸਿੱਖੇ ਇਨਾਮ ਵਾਸਤੇ ਸਿੱਖਦੇ ਹਨ ਮੁਕਾਬਲਿਆਂ ਵਾਸਤੇ ਜਿੱਤਦੇ ਹਨ ਉਹਨਾਂ ਦਾ ਕੀਰਤਨ ਸਿੱਖੇ ਹੋਏ ਕਿਸੇ ਕੰਮ ਨਹੀਂ ਆਉਣੇ ਉਹ ਭੁਲੇਖੇ ਚ ਹਨ ਸਾਰੇ ਹਾਂਜੀ Somebody is putting some comments on the chat. Mere itna inni ability nahi hai ki main dono cheezan ikkhiyan kar saka hain ji. So ina hoye koi naraz na hoye mere naal. Hanji kisi ne quote kita hai lekin no mere computer te Punjabi wali quote utthe aaya nahi hai. Khali whether educated or uneducated obtains a state of yeah bilkul theek hai. Whoever wrote that is absolutely 100% right. Asa di waar vich te hor clarity hai ki padhya te omiya ਵਿਚਾਰ ਅੱਗੇ ਵਿਚਾਰੀਏ ਹੀ ਨਾ ਉੱਥੇ ਉਹ ਉਮੀਆਂ ਦੇ ਪੜ੍ਹੇ ਲਿਖਿਆਂ ਦਾ ਕੋਈ ਮਤਲਬ ਹੀ ਨਹੀਂ ਇੱਥੇ ਕੋਈ ਐਨਜੀਓ ਇਸ 10:27 ਰਾਈਟ ਨਾਊ ਆਮ ਗੋਇੰਗ ਟੂ ਐਂਡ ਦ ਕਲਾਸ ਤੇ ਆਮ ਗੋਇੰਗ ਟੂ ਵੇਟ ਫॉर ਅ ਫਿਊ ਮੋਰ ਕਮੈਂਟਸ ਜਾਂ ਕੁਐਸਚਨ ਕਿਸ ਦੇ ਹੋਣ ਅਦਰਵਾਈਜ਼ ਇਨ 2-3 ਮਿੰਟਸ ਸੋ ਵੀ ਵਿਲ ਐਂਡ ਇਟ ਅਗਲੀਆਂ ਪੌੜੀਆਂ ਅਗਲੀ ਵਾਰੀ ਡਿਸਕਸ ਕਰਾਂਗੇ ਅਗਲੀਆਂ ਜਿਹੜੀਆਂ ਅਸ਼ਪਦੀ ਜਿਹੜੀ ਪਦੇ ਜਿਹੜੇ ਹਨ ਜਿਹੜੇ ਹਨ ਜੀ ਇੱਕ ਹੋਰ ਰਿਕੁਐਸਟ ਹੈ ਜੀ ਕਿ ਜਿਸ ਤਰ੍ਹਾਂ ਤੁਸੀਂ ਅੱਜ ਭਾਰ ਦਾ ਸਮਝਾਇਆ ਹੈ weight and it will be that'll be wonderful je tusi kise vele oh cheez de utte ek lesson class because ohde naal uchcharan de vich or even samjhan de vich or vahe karan de vich vi oh matlab it'll be for me it'll be very helpful ji I think uchcharan vich koi bohta uchcharan de rule alag hain vir ji oh gurbani de pronunciation rules hain acha ji ਉਹ ਅਲੱਗ ਡਿਸਕਸ਼ਨ ਹੈ ਤੇ ਇੱਕ ਡਿਸਕਸ਼ਨ ਹੈ ਗੁਰਬਾਣੀ ਦੇ ਵਿਆਕਰਨ ਦੀ ਵਿਚ ਇਜ਼ ਗ੍ਰਾਮਰ ਹੈ ਜਿਹੜਾ ਤੇ ਵਿਆਕਰਨ ਦੀ ਆਪਣੀ ਡਿਸਕਸ਼ਨ ਹੈ ਯਾ ਓਕੇ ਆਈ ਵਿਲ ਥਿੰਕ ਅਬਾਊਟ ਇਟ ਐਂਡ ਮੇਬੀ ਵਨ ਡੇ ਟੂ ਅ ਲਿਮਿਟਿਡ ਫਾਰਮੈਟ ਮੇਬੀ ਵੀ ਕੈਨ ਡੂ ਇਟ ਆਈ ਕੈਨੋਟ ਗੋ ਐਕਸਟ੍ਰੀਮਲੀ ਡੀਪ ਇਨ ਟੂ ਦ ਟੋਪਿਕ ਵੀਰ ਜੀ ਬਿਕੋਜ਼ ਪੀਪਲ ਵਿਲ ਮੋਸਟ ਪੀਪਲ ਮਾਈਟ ਨਾਟ ਬੀ ਇੰਟਰਸਟਿਡ ਇਨ ਦੈਟ ਡੀਪਰ ਡਿਸਕਸ਼ਨ ਦੀ ਅਦਰ ਪ੍ਰੋਬਲਮ ਵਿਦ ਡਿਸਕਸਿੰਗ ਦੈਟ ਇਜ਼ ਕਿ ਆਈ ਹੈਵ ਟੂ ਬੀ ਰੀਅਲ ਬਿਕੋਜ਼ ਆਈ ਡੋਂਟ ਹੈਵ ਅ ਵਾਈਟ ਬੋਰਡ I'll have to write it on my tablet te even though Jasmine has tried her best to teach me main hale vi I'm getting old now so meri cognitive abilities while talking and drawing on the tablet and appearing the right way on this computer screen is not very good so I will try my best to relearn that process ek vari hor te maybe we can have a very short 20 minute a very basic discussion on Gurbani grammar just the very basic rules we can take it to I have tried to teach Virginia Gurdwara 15 years ago I had a 15 saal purani gal hodi hai 2005-06 di ek vari main Lancashire Gurdware advanced Gurbani grammar di class rakhi te 20 people ke 18 people signed up for that class there were only 3 people left after the first 2 sessions and the reason is because complex hai you know karak samajhne inne easy nahi hain sentence as subject of the sentence object of the sentence understanding the verbs understanding the karak karta ki hai karm ki hai karan ki hai adhikaran ki hai sambodhan ki hai you know inne easy gallan samajhne diyan nahi hain maine agar todi background hai definitely te samajh sakde ho lekin bohta logan nu ik te interest nahi hai vir ji samajhna da itni depth vich ਔਰ ਸਮਝਾਉਣੇ ਵਾਲੇ ਵਾਸਤੇ ਵੀ ਵੱਡੀ ਚੈਲੰਜ ਹੈ ਤੇ ਸਮਝਣ ਵਾਸਤੇ ਵਾਸਤੇ ਵੀ ਵੱਡੀ ਚੈਲੰਜ ਹੈ ਔਰ ਆਨਲਾਈਨ ਤੇ ਮੈਂ ਕਦੀ ਕੀਤਾ ਹੀ ਨਹੀਂ ਹੈ ਸਭ ਚੀਜ਼ਾਂ ਕਦੀ ਸੋ ਯਾ ਮੇਬੀ ਵੀ ਕੈਨ ਹੈਵ ਇਟ ਅ ਡਿਸਕਸ਼ਨ ਔਨ ਅ ਵੈਰੀ ਲਿਮਿਟਿਡ ਇੱਕ ਸਿੰਪਲਿਸਟਿਕ ਫੋਰਮ ਦੇ ਉੱਤੇ ਅਸੀਂ ਡਿਸਕਸ਼ਨ ਕਰ ਸਕਦੇ ਹਾਂ ਗੁਰਬਾਣੀ ਵਿਆਕਰਨ ਦੀ ਡੂ ਯੂ ਥਿੰਕ ਇਟਸ ਅ ਗੁੱਡ ਆਈਡੀਆ ਐਂਡ ਆਈ ਵਾਂਟ ਟੂ ਹੀਅਰ ਸਮ ਅਦਰ ਪੀਪਲ ਦੋਸ ਐਂਡ ਵੀ ਕੈਨ ਟਾਕ ਅਬਾਊਟ ਦੈਟ ਲੈਟ ਮੀ ਸੀ ਹੂ ਐਲਸ ਵਾਂਟਸ ਟੂ ਜੀ ਬਿਲਕੁਲ ਸ਼ੋਰ ਜੀ ਵੀ ਲਵ ਟੂ ਸੀ ਦੈਟ ਵੀ ਨੀਡ ਦੈਟ
Okay. I think Simrit Didi ne, Simrit Didi is attending right now. I don't know whether she's here. Yeah. Simrit, you have suggested that someone has asked a question, you have given some chat group, you have given a link. And you will tell them about it. So maybe if they watch that a little bit, then my job might get a little easier. Hanji, Hanji, Virji, somehow I lost my video. Can you hear me? I can hear you fine. Achha, I don't know, somehow I lost my video. Hanji, I have a suggestion that ਕਿ ਜਿਹੜੇ ਇਹ ਵੀਡੀਓਜ਼ ਕੋਈ 10-11 ਵੀਡੀਓਜ਼ ਕੈਨੇਡਾ ਵਿੱਚ ਨਾਟ ਇਨ ਵੈਨਕੂਵਰ ਇਟ ਇਨ ਐਡਮਿੰਟਨ ਸਮਵੇਅਰ ਲਾਈਕ ਦੈਟ ਉਹਨਾਂ ਨੇ ਬਣਾਏ ਸੀਗੇ ਤੇ ਉਹਦੇ 'ਚ ਉਹਨਾਂ ਨੇ ਜਿਹੜੀ ਬੇਸਿਕ ਗ੍ਰਾਮਰ ਹੈ ਬੜੀ ਸੋਹਣੀ ਤਰ੍ਹਾਂ ਨਾਲ ਇੰਨੇ ਸਿੰਪਲ ਵੇ ਜਿਹੜੀ ਕਿ ਤੁਸੀਂ ਸਮਝ ਸਕਦੇ ਹੋ ਉਹਦੇ 11 ਵੀਡੀਓਜ਼ ਨੇ ਤੇ ਜੇ ਤੁਸੀਂ ਉਸਨੂੰ ਵੇਖੋ ਨਾ ਰੀਅਲੀ ਧਿਆਨ ਨਾਲ ਵੇਖੋ ਨਾਲ ਨੋਟਸ ਲਓ ਆਪਣੇ ਤੇ ਯੂ ਵਿਲ ਲਰਨ ਦਾ ਬੇਸਿਕ ਗ੍ਰਾਮਰ ਵੈਰੀ ਈਜ਼ਲੀ ਫਿਰ ਜਦੋਂ ਤੁਸੀਂ ਜਦੋਂ ਸਮਝਾਓਗੇ ਨਾ ਜੇ ਮੰਨ ਲਓ ਤੁਸੀਂ ਕਲਾਸ ਲਓ ਆਈ ਮੀਨ ਯੂ ਨੋ ਯੂ ਆਰ ਯੂ ਨੋ ਮੋਰ ਯੂ ਨੋ ਮੋਰ ਦੈਨ ਵੈਲਕਮ ਟੂ ਟੀਚ ਦੈਟ ਤੇ ਉਹਨਾਂ ਨੂੰ ਬੜਾ ਆਸਾਨ ਹੋ ਜਾਏਗਾ ਦੈਟਸ ਮਾਈ ਫੀਲਿੰਗ ਐਂਡ ਵੀ ਹੈਵ ਬੀਨ ਵਾਚਿੰਗ ਇਟ ਵੀ ਇਨ ਅਵਰ ਗਰੁੱਪ ਵਾਚ ਦੈਟ ਐਂਡ ਵੀ ਡੂ ਦੈਟ ਡਿਸਕਸ਼ਨ ਮੈਨੀ ਟਾਈਮਸ ਸੋ ਦੈਟਸ ਵਾਜ਼ ਮਾਈ ਸੁਜੈਸ਼ਨ ਕਿ ਉਹਦੇ 'ਚ ਜਿਹੜਾ ਮੈਂ ਲਿੰਕ ਪਾਇਆ ਸੀ ਅਗਰ ਤੁਸੀਂ ਉਸ ਲਿੰਕ ਨੂੰ ਓਪਨ ਕਰਕੇ ਤੇ ਬੋਡੀ ਵੀਡੀਓਜ਼ ਨੂੰ ਵਾਚ ਕਰੋ ਇਟਸ ਵੈਰੀ ਵੈਰੀ ਹੈਲਪਫੁਲ ਸੋ ਦੈਟਸ ਵਾਸ ਜਸਟ ਮਾਈ ਉਹਨਾਂ ਨੇ ਚਲੋ ਸਾਰੀਆਂ ਵੀਡੀਓ ਦੇਖੋ ਨਾ ਦੇਖੋ ਬਟ ਇੱਕ ਮਿਨਿਮਮ ਨੌਲੇਜ ਮਤਲਬ ਕਿ ਆਈ ਵਿਲ ਨਾਟ ਐਕਸਪਲੇਨ ਵਾਟ ਅ ਨਾਊਨ ਇਜ਼ ਹਾਂਜੀ ਆਈ ਵਿਲ ਨਾਟ ਡੂ ਦੈਟ ਇਟ ਵਿਲ ਟੇਕ ਮੀ ਆਈ ਵਿਲ ਨਾਟ ਐਕਸਪਲੇਨ ਵਾਟ ਅ ਵਰਬ ਇਜ਼ ਆਈ ਵਿਲ ਨਾਟ ਐਕਸਪਲੇਨ ਵਾਟ ਅ ਪ੍ਰੋਨਾਊਨ ਇਜ਼ ਜਾਂ ਪ੍ਰੀਪੋਜੀਸ਼ਨ ਕੀ ਹਨ ਜਾਂ ਕੰਜੰਕਸ਼ਨ ਕੀ ਹਨ ਯੂ ਨੋ a knowledge hun you know a hun I know is a 5th 6th 7th grade di grammar di vichon hai lekin itni tusi pre knowledge la ke aana us din maine ki bilkul main ekdam zero to na shuru karan bilkul haan ji so I will start off with saying ki masculine tonu pata hona chahiye ki masculine ki hai te feminine ki hai yani plural ki hai te singular ki hai hai na te first person ki hai te second person ki hai you know te agar punjabi vich karan uttam purush you know anya purush you know so eh tonu itni basic ek understanding of the grammar tonu honi chahidi I mean otherwise it will take 4 sessions to explain everything so oh agar tusi ohna tapean cho ya ohna recording to le loge te will make my job a little easier yeah what happened to my video yeah. Oh, the link mil sakta hai jehda jehda ohne daste pe sun ਹਾਂਜੀ ਵੀਰ ਜੀ ਇਹ ਜਿਹੜਾ ਆਪਣਾ ਗੁਰਬਾਣੀ ਉਹਦੇ ਵਿੱਚ ਮੈਂ ਲਿੰਕ ਪਾਇਆ ਹੋਇਆ ਗੂਗਲ ਦਾ ਲਿੰਕ ਹੈ ਜਦੋਂ ਤੁਸੀਂ ਪਾਓਗੇ ਅੰਮ੍ਰਿਤਪਾਲ ਸਿੰਘ ਜਿਹੜੇ ਗਰੁੱਪ ਵਿੱਚ ਜਿਹਨੇ ਕੁਐਸਚਨ ਪੁੱਛਿਆ ਸੀ ਨਾ ਮੈਂ ਉੱਥੇ ਹੀ ਪਾ ਦਿੱਤਾ ਸੀ ਸੋ maybe that's in the other group so I can put it in the other in this group also okay thank you oh link the khologe te tuhanu sariyan tusi onu 1 through 11 karamwar onu dekho because you know then you will understand the grammar di jis tarah us describe kar rahe ne te sariyan nu english language di basic grammar sariyan nu hi aandi hai they will understand ke you know ki verb ki hai kriya ki hai and all that so I think it'll make it very easy Yeah. The other thing is going to say though ki we will decide on the day so what I'll do is I'll give myself a week or two though before we have that session we will have that session since everybody many people want it though te tusi sariyan tapea dekho na dekho lekin oh basic ik jo zarur dekh lena that will get some knowledge main vi bahut ik basic level te discussion karanga hain ji so basically we'll talk about ki you know, what is a noun what is a pronoun what is a verb you know kinne tarah de aaye hain how do you know whether the first person ch gal ho rahi hai how do you know whether second person ch gal ho rahi hai how do you know ki third person ch gal ho rahi hai how do you know ki feminine hai ya masculine hai so oh tonu main basic jehdi knowledge jehdi hai jehdi ekdam ultra basic simplistic bahut oh knowledge main koshish karanga impart karan di tode naal ਮੈਂ ਪਹਿਲੇ ਉਹ ਪਹਿਲੇ ਮੈਨੂੰ ਤਾਂ ਸਿੱਖਣੀ ਪਏਗੀ ਦੁਬਾਰਾ ਉਹ ਟੈਬਲੇਟ ਤੇ ਲਿਖਣਾ ਕਿਸੇ ਦਾ ਵਿਦਆਊਟ ਰਾਈਟਿੰਗ ਦੇਰ ਇਜ਼ ਨੋ ਵੇ ਆਈ ਕੈਨ ਐਕਸਪਲੇਨ ਦਿਸ ਔਨ ਜੂਨ 5th ਆਈ ਪੁੱਟ ਦੈਟ ਲਿੰਕ ਇਨ ਗੁਰਬਾਨੀ ਕਲਾਸ ਕੇਸੀਐਫ ਜਿਹੜੀ ਗਰੁੱਪ ਹੈ ਨਾ
Friday on June 5. Hanji, oh, they which link haga, Google the link haga. So it gives you all the videos. Hanji, okay. Okay. Thank you. किसी ने पाया इथे कमेंट विच आई डोंट अंडरस्टैंड दो एक सेकंड लेट मी सी हियर गुड कोच जी तुसी कैन यू स्पीक अप अ लिटिल बिट मेरे वास्ते ना इट्स वेरी हार्ड टू रीड एंड स्पीक दो तुसी क्वेश्चन होवे ना इंस्टेड ऑफ राइटिंग इट तुसी अगर बोल सको इफ यू आर अटेंडिंग द क्लास राइट नाउ कैन यू प्लीज स्पीक अप दो एंड एक्सप्लेन टू मी व्हाट आर यू ट्राइंग टू व्हेन यू ट्राइंग टू आस्क अगर तुसी अटेंड कर रहे हो क्लास इस वेले I guess she is not attending. So let me read what she says. In my humble understanding, Gurbani is not grammar. Search up this Gurbani quote and ponder upon it. The mortal may read scriptures, study grammar, and say his prayers 3 times a day. Without the word of the Guru's Shabad, where is liberation, O mortal, without the Lord? Yeah, bilkul theek hai, yeah. Gurbani di grammar is not a understanding of Pramatma di Bhakti at all. But that doesn't mean you should not understand Gurbani grammar. Hanji? Oh, te fir, that applies to everything in life. Hanji? That means that getting a job does not guarantee Pramatma di Prapti, so we should all sit at home and do nothing. No. Utthe in a meaning de, oh, matlab nahi hai, good Gurji de tusi kadde hai meaning. The meaning a hai, ki utthe tak na simit banda reh jaye. ਇਹ ਨਾ ਸਮਝ ਲਏ ਬੰਦਾ ਕਿ ਮੈਂ ਗੁਰਬਾਣੀ ਦੇ ਮਤਲਬ ਕੱਢ ਲਿੱਤੇ ਹਨ ਜਾਂ ਸਮਝ ਗਿਆ ਤੇ ਮੈਨੂੰ ਹੁਣ ਆਈ ਐਮ ਡਨ ਵਿਦ ਇਟ ਨੋ ਦੈਟਸ ਵਾਟ ਦੈਟ ਲਾਈਨਸ ਮੀਨਸ ਉੱਥੇ ਡਿਸਕਰੇਜ ਨਹੀਂ ਕਰਦੇ ਗੁਰੂ ਕਿਸੇ ਨੂੰ ਮਿਊਜ਼ਿਕ ਸਿੱਖਣ ਤੋਂ ਕਿਸੇ ਨੂੰ ਗ੍ਰਾਮਰ ਪੜ੍ਹਨ ਤੋਂ ਉੱਥੇ ਡਿਸਕਰੇਜਮੈਂਟ ਆਈ ਹੈ ਕਿ ਗ੍ਰਾਮਰ ਪੜ੍ਹ ਕੇ ਹੀ ਸਮਝ ਲਵੇ ਕਿ ਮੇਰਾ ਕੰਮ ਹੋ ਗਿਆ ਉੱਥੇ ਡਿਸਕਰੇਜਮੈਂਟ ਹੈ ਤੋ ਸਿਹਾਰੀਆਂ ਬਿਹਾਰੀਆਂ ਦੀ ਸਮਝ ਆ ਜਾਣੀ ਇੰਪੋਰਟੈਂਟ ਹੈ ਸਮਝਣੀ ਚਾਹੀਦੀ ਹੈ ਗੱਲ ਪਰ ਇਹ ਸਮਝ ਲੈਣਾ ਕਿ ਸਿਹਾਰੀਆਂ ਬਿਹਾਰੀਆਂ ਦੀ ਸਮਝ ਨਾਲ ਪ੍ਰਮਾਤਮਾ ਦੀ ਸਮਝ ਆ ਗਈ ਹੈ ਮੈਨੂੰ ਜਾਂ ਸਿਹਾਰੀਆਂ ਬਿਹਾਰੀਆਂ ਦੀ ਸਮਝ ਨਾਲ ਮੈਨੂੰ ਅੱਗੇ ਪੜ੍ਹਨ ਦੀ ਲੋੜ ਨਹੀਂ ਅੱਗੇ ਕੁਛ ਉਹ ਬੇਸਮਝੀ ਹੈ ਉਹ ਮੂਰਖਤਾ ਹੈ ਬਹੁਤ ਵੱਡੀ ਤੇ ਉਸ ਬਾਰੇ ਗੁਰਬਾਣੀ ਵਿੱਚ ਬੜਾ ਕੁਛ ਆਇਆ ਹੈ ਸੋ ਇਹ ਨਹੀਂ ਆਇਆ ਕਿ ਗ੍ਰਾਮਰ ਨਾ ਸਮਝੋ ਨਹੀਂ ਗ੍ਰਾਮਰ ਸਮਝਣੀ ਚਾਹੀਦੀ ਹੈ ਮੇਰੇ ਹਰ ਬੰਦੇ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਜਿੰਨੇ ਤੱਕ ਸਮਝ ਸਕੇ ਕਿਉਂਕਿ ਜੇ ਸਮਝੋਗੇ ਤੁਹਾਨੂੰ ਪਤਾ ਲੱਗੇਗਾ ਤੁਹਾਡੀ ਮੀਨਿੰਗ ਜ਼ਿਆਦਾ ਕਲੈਰਿਟੀ ਹੋਏਗੀ ਮੀਨਿੰਗ ਦੀ ਥਾਟ ਪ੍ਰੋਸੈਸ ਜ਼ਿਆਦਾ ਕਲੈਰਿਟੀ ਹੋਏਗੀ ਪਰ ਉਹ ਐਂਡ ਇਨ ਇਟ ਸੈਲਫ ਨਹੀਂ ਹੈ ਹਾਂਜੀ ਸੋ ਸੰਗੀਤ ਸਿੱਖ ਲੈਣਾ ਹੈ ਨਾ ਸੋ ਆਸਾ ਤੇ ਬਿਲਾਵਲ ਦੇ ਤੇ ਕਲਿਆਣ ਦੇ ਮਤਲਬ ਸਮਝ ਆ ਜਾਣੇ ਨਾਲ ਪਰਮਾਤਮਾ ਦੀ ਪ੍ਰਾਪਤੀ ਨਹੀਂ ਜੇ ਉੱਥੇ ਰੁਕ ਗਿਆ ਤੇ ਹਾਂ ਕੀਰਤਨ ਸਿੱਖਣ ਨਾਲ ਉਹ ਭਾਵਨਾ ਪੈਦਾ ਹੁੰਦੀ ਹੈ ਜਦੋਂ ਕਰਦਾ ਹੈ ਬੰਦਾ ਜੇ ਉਹਦੇ ਉੱਤੇ ਫੋਕਸ ਕਰੇਗਾ ਤੇ ਫਿਰ ਫਾਇਦਾ ਹੈ ਉਹਦਾ ਹਾਂਜੀ ਸੋ ਉੱਥੇ ਉਸ ਗੱਲ ਨੂੰ ਵਰਜਿਆ ਨੇ ਉੱਥੇ ਡਿਸਕਰੇਜ ਨਹੀਂ ਕੀਤਾ ਕਿ ਕੋਈ ਬਾਣੀ ਦੇ ਮਤਲਬ ਨਾ ਸਮਝੇ ਕਿ ਗ੍ਰਾਮਰ ਦੇ ਮਤਲਬ ਨਾ ਸਮਝੇ ਉੱਥੇ ਡਿਸਕਰੇਜ ਕੀਤਾ ਗਿਆ ਕਿ ਇਹ ਨਾ ਸਮਝੇ ਕਿ ਗ੍ਰਾਮਰ ਸਮਝ ਗਿਆ ਤੇ ਮੇਰੀ ਗੱਲ ਬਣ ਗਈ ਉੱਥੇ ਡਿਸਕਰੇਜਮੈਂਟ ਹੈ ਹਾਂਜੀ ਐਂਡ ਇਫ ਯੂ ਸਟਿਲ ਅਟੈਂਡਿੰਗ ਦ ਕਲਾਸ ਯੂ ਆਰ ਮੋਰ ਦੈਨ ਵੈਲਕਮ ਟੂ ਹੈਵ ਅ ਡਿਸਕਸ਼ਨ ਔਨ ਦੈਟ ਵਿਦ ਮੀ ਆਈ ਐਮ ਸਟਿਲ ਹੇਅਰ ਹਾਂਜੀ ਇਫ ਯੂ ਆਰ ਸਟਿਲ ਦੇਅਰ ਹਾਂਜੀ ਐਨੀਵੇ ਆਈ ਥਿੰਕ ਵੀ ਆਰ ਡਨ ਆਈ ਥਿੰਕ ਫੋਰ ਟੂਡੇ ਆਈ ਐਮ ਗੋਇੰਗ ਟੂ ਵੇਟ ਅਨਦਰ 30 ਸੈਕਿੰਡਸ ਪ੍ਰੀਤ ਜੀ ਯੂ ਵਾਂਟ ਟੂ ਸੇ ਸਮਥਿੰਗ ਨਹੀਂ ਜੀ ਨਹੀਂ I just found the link, so I appreciate whoever put that up. Thank you. Je kisi ne kitab padhni hoye grammar de utte te kitabaan badhiyan available. I can suggest very good books to you. Ek saral gurbani vyakaran hai. Badhiyan kitabaan hain. I can put that on the chat group though in the order of complexity. Gurbani da shudh uchcharan book hai. ਜਿਹੜੀ ਲਿਖੀ ਹੋਈ ਹੈ ਪਰ ਇਹ ਗੁਰਬਾਣੀ ਦੇ ਗ੍ਰਾਮਰ ਤੇ ਫੋਕਸ ਨਹੀਂ ਕਰਦੀ ਬਹੁਤੀ ਇਹ ਉਚਾਰਨ ਤੇ ਫੋਕਸ ਕਰਦੀ ਹੈ ਹਾਂਜੀ ਗੁਰਬਾਣੀ ਦੀ ਗ੍ਰਾਮਰ ਦੀ ਬੁੱਕ ਜਿਹੜੀ ਹੈ ਇਹਨਾਂ ਦੀ ਇਸੀ ਆਥਰ ਦੀ ਲਿਖੀ ਹੋਈ ਹੈ ਤਲਵਾੜਾ ਜੀ ਦੀ ਲਿਖੀ ਹੋਈ ਇਹ ਵੀ ਤਲਵਾੜਾ ਜੀ ਦੀ ਕਿਤਾਬ ਸੀ ਜਿਹੜੇ ਦੀਦੀ ਨੇ ਦਿਖਾਈ ਹੈ ਸਾਹਮਣੇ ਉਹਨਾਂ ਦੀ ਬੁੱਕ ਹੈ ਗੁਰਬਾਣੀ ਦਾ ਸਰਲ ਵਿਆਕਰਨ 2 parts ਵਿੱਚ ਵਾਲੀਅਮ 1 ਤੇ ਵਾਲੀਅਮ 2 ਐਂਡ ਇਟ ਵਿਲ ਸਟਾਰਟ ਦੋ ਕਿ ਵਨ ਆਫ ਮਾਈ ਫੇਵਰੇਟ ਆਥਰਸ ਐਂਡ ਮੈਂ ਇਹਨਾਂ ਕੋਲ ਬੜਾ ਕੁਛ ਸਿੱਖਿਆ ਹੈ ਹਰਪ੍ਰੀਤ ਜੀ ਇਹਨਾਂ ਦੇ ਪਰਸਨਲ ਰਿਲੇ ਹਰਪ੍ਰੀਤ ਦੀਦੀ ਇਹਨਾਂ ਨੂੰ ਪਰਸਨਲੀ ਜਾਣਦੇ ਸਨ ਇਹਨਾਂ ਜੋਗਿੰਦਰ ਸਿੰਘ ਤਲਵਾੜਾ ਮੈਂ ਬਹੁਤ ਕਿਤਾਬਾਂ ਇਹਨਾਂ ਦੀਆਂ ਪੜ੍ਹੀਆਂ ਹਨ ਤੇ ਹਾਂ ਗੁਰਬਾਣੀ ਦੇ ਵਿਆਕਰਨ ਦਾ ਸਰਲ ਨੇਮ ਹਾਂ ਦਿਸ ਇਜ਼ ਆਲਸੋ ਅ ਗੁੱਡ ਬੁੱਕ ਤੇ ਉਹਨਾਂ ਦੀ ਜਿਹੜੀ ਗੁਰਬਾਣੀ ਦੀ ਵਿਆਕਰਨ ਦੀ ਬੁੱਕ ਹੈ ਜੋਗਿੰਦਰ ਸਿੰਘ ਤਲਵਾੜਾ ਦੀ ਗੁਰਬਾਣੀ ਦਾ ਸਰਲ ਵਿਆਕਰਨ ਉਹ 2 volume ਵਿੱਚ ਹੈ ਬੁੱਕ ਉਹ ਐਕਸਲੈਂਟ ਬੁੱਕ ਟੂ ਰੀਡ ਐਂਡ ਕੈਨ ਯੂ ਬਿਲੀਵ ਦੈਟ ਹੀ ਵਰਕਡ ਪ੍ਰੋਬਬਲੀ 15 ਈਅਰਸ ਔਨ ਦੈਟ ਬੁੱਕ ਦੋ It's sad though ki vicharyan de he passed away and then the books were published 3 weeks after
his passing away. Ona de jaan to ari. This is the book I'm talking about, volume 1 and 1. Thank you, Didi Simrit. These books are important though. Sab to pehli book jadi likhi gayi hai, oh Professor Sahib Singh Nandi si Gurbani Vyakaran. Didi ko sariyan hand dekho. Sariyan je padhiyan hon taan. Oh padhniyan inniyan mushkil hain, inniyan aasan nahi. पढ़नियां मुश्किल है, समझना मुश्किल है. फिर एक होर बड़ी खतरनाक गल है गुरबाणी ग्रामर दे नॉलेज बारे, जिहड़ी क्लास विच मैं ना बड़ी बार नोटिस करदा, वो है नीम हकीम खतरे जान. लिटल नॉलेज इज एक्सट्रीमली डेंजरस. ओ जिथे औकड़ देखदे से ओ ए मतलब ओ नो नो दैट्स नॉट व्हाट इट मींस यू नो. ओ जिथे सिहारी दे ना हो सुरिंदर सेड दिस सो ए ही होएगा. नो दैट्स नॉट द केस. सो इत ऑल साइजेस फिट ऑल वाली गल नहीं है इतने. ताई मैं भी बड़ा कतराना हूं कई बार बंदा फिर गल यही गल होनी है क्योंकि सुंदर सेट दिस सुंदर सेट औंकड़ लगन सिंगुलर हो. नो नॉट एवरी वेयर इज औंकड़ लगन सिंगुलर. नानक के कके औंकड़ वाला नानक सिंगुलर रूप च नहीं आया उ जी. रतन वर्गा नहीं है नानक. रतन वर्गी रतन की सेम फिलोसफी डज नॉट फॉलो नानक के कके औंकड़ वाली. So, उदे च एक ए आंदी है बड़ी की यू नो. बट एनी वे तो सिखरी ने आई नो हरिंदर ऑलसो वेरी वेल यू नो. हरिंदर ने एक बुक पब्लिश की थी इंग्लिश विच गुरबाणी ग्रामर दी. आई वॉज अ पार्ट ऑफ दैट यू नो बुक ऑलसो. तो उदे विच ओ भी इज अ डिसेंट बुक टू सी दो लुक इफ यू फील मोर कंफर्टेबल रीडिंग इन इंग्लिश दो. बट आई वुड नॉट रेकमेंड यू रीड एनी ऑफ दिस बुक्स विदाउट हैविंग अ basic understanding. You will be lost as you would not believe how lost you will be, you know. So it's better to read it after you have a little bit better understanding. Hanji, Hanji, I'm going to end the class now ji. Vahiguru ji ka khalsa, Vahiguru ji ki fateh, and I'll stay.